ਸਾਰੇ ਐਮ ਏ ਟੀ ਵੀ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਹਰਜਾਪ ਸਿੰਘ ਪੰਗਲ ਵੱਲੋਂ ਸਤਿ ਸ਼੍ਰੀ ਅਕਾਲ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਅਸੀਂ ਵੀ ਕਦੇ ਕਦੇ ਕਾਮੇਡੀ ਛੱਡ ਦੇ ਦੀ ਆ, ਪਰ ਅਸੀਂ ਵੀ ਕਿਸੇ ਤੋਂ ਇੰਸਪਾਇਰ ਹੋਇਆ। ਤੁਹਾਨੂੰ ਪਤਾ ਹੀ ਹੈ ਕਿ ਮੇਰੇ ਜੀ ਬਚਪਨ ਦੇ ਹੀਰੋ, ਤੁਹਾਨੂੰ ਮੈਂ ਕਈ ਵਾਰੀ ਦੱਸਿਆ ਟੀ ਵੀ 'ਤੇ, ਮੇਹਰ ਮਿੱਤਰ ਜੀ ਹੈ। ਮੈਂ ਉਹਨਾਂ ਦੇ ਗੱਲਾਂ ਤੋਂ, ਉਹਨਾਂ ਦੀਆਂ ਮੂਵੀਆਂ ਤੋਂ, ਉਹਨਾਂ ਦੇ ਗੀਤਾਂ ਤੋਂ ਮੈਂ ਬੜਾ ਇੰਸਪਾਇਰ ਹੋਇਆ, ਉਹਨਾਂ ਦੀ ਕਾਮੇਡੀ ਸਕਿੱਟਾਂ ਤੋਂ। ਪਰ ਇੱਕ ਗੱਲ ਉਹਨਾਂ ਤੋਂ ਮੈਂ ਹੋਰ ਇੰਸਪਾਇਰ ਹੋਇਆ ਕਿ ਜੀ ਵਕੀਲ ਹੋ ਕੇ ਵੀ, ਕਿ ਉਹਨਾਂ ਨੇ ਲੋਕਾਂ ਨੂੰ ਬਹੁਤ ਹਸਾਇਆ, ਲੋਕਾਂ ਦੇ ਬਹੁਤ ਮਨਪਸੰਦ ਆਏ ਉਹ। ਅਤੇ ਅੱਜ ਮੇਰਾ ਸੁਭਾਗ ਹੈ ਕਿਉਂਕਿ ਅੱਜ ਮੈਂ ਪਰਸਨਲੀ ਕਹਿ ਸਕਦਾ, ਜਿੱਦਾਂ ਲੋਕ ਜੀ ਕਹਿੰਦੇ ਜੀ ਕਿ ਸਾਨੂੰ ਅਮਿਤਾਭ ਬੱਚਨ ਜਾਂ ਸ਼ਾਹਰੁਖ ਖਾਨ ਨੂੰ ਮਿਲ ਕੇ, ਜੀ ਸਾਡੇ ਸਭ ਤੋਂ ਬੜੇ ਜਾਂ ਪ੍ਰੈਜੀਡੈਂਟ ਓਬਾਮਾ ਨੂੰ ਮਿਲ ਕੇ ਜੀ, ਉਹਨਾਂ ਨੂੰ ਸਾਰਿਆਂ ਨੂੰ ਇੱਕ ਪਾਸੇ ਲਾ ਦਿਓ। ਮੇਰੇ ਲਈ ਤਾਂ ਜੀ ਇਹੀ ਆ ਜੀ, ਅੱਜ ਤਾਂ ਮੇਰੇ ਲਈ ਵਿਆਹ ਵਾਲੇ ਦਿਨ ਨਾਲੋਂ ਵੀ ਜ਼ਿਆਦਾ ਖੁਸ਼ੀ, ਮੈਨੂੰ ਸਿੱਧੀ ਜੀ ਗੱਲ ਹੈ ਜੀ। ਅਤੇ ਕਹਿੰਦੇ ਹੁੰਦੇ ਜੋ ਵਿਆਹ ਵਾਲੇ ਦਿਨ ਤੋਂ ਜ਼ਿਆਦਾ ਖੁਸ਼ੀ ਨਹੀਂ ਹੋ ਸਕਦੀ ਕਿਸੇ ਨੂੰ, ਮੈਨੂੰ ਹੈਗੀ ਅੱਜ। ਅਤੇ ਭਾਵੇਂ ਵੋਟੀ ਰੁੱਸ ਜਾਵੇ। ਅੱਜ ਜੀ ਮੇਰੇ ਨਾਲ ਬੈਠੇ ਆ ਮੇਹਰ ਮਿੱਤਰ ਜੀ, ਜਿਹਨਾਂ ਨੂੰ ਦੇਖ ਕੇ ਪਹਿਲਾਂ ਤਾਂ ਮੈਂ ਬਹੁਤ ਖੁਸ਼ ਹੋਇਆ, ਜਿਹਨਾਂ ਤੋਂ ਮੈਂ ਜੀਆਂ ਨੂੰ ਬੁਲਾਉਂਦਾ। ਮੇਰੇ ਮਿੱਤਰ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਟਾਈਮ ਕੱਢਿਆ। ਤੁਹਾਡਾ ਵੀ ਧੰਨਵਾਦ। ਸਤਿ ਸ਼੍ਰੀ ਅਕਾਲ, ਓਮ ਸ਼ਾਂਤੀ, ਹਰਜਾਪ ਪੱਲਰ ਜੀ। ਕਿਉਂਕਿ ਮੈਨੂੰ ਇਹ ਅੱਜ ਮਿਲੇ ਐੱਮ ਏ ਟੀ ਵੀ ਵਾਸਤੇ, ਅਤੇ ਐੱਮ ਏ ਟੀ ਵੀ ਦਾ ਸਾਰਾ ਪ੍ਰੋਗਰਾਮ ਦੱਸਿਆ ਵੀ ਸਾਡਾ ਪ੍ਰੋਗਰਾਮ ਬੜਾ ਪਾਪੂਲਰ ਚੱਲ ਰਿਹਾ, ਬਹੁਤ ਚੰਗਾ ਚੱਲ ਰਿਹਾ, ਲੋਕ ਦੇਖਣਾ ਚਾਹੁੰਦੇ ਹੈ ਅਤੇ ਮਿੱਤਰ ਨੂੰ ਸੁਣਨਾ ਵੀ ਚਾਹੁੰਦੇ ਹੈ। ਅਤੇ ਮੈਂ ਕਿਹਾ ਵੀ ਮੈਂ ਤਾਂ ਜਿਵੇਂ ਤੁਸੀਂ ਕਹੋਗੇ ਮੈਂ ਬੋਲ ਦਿੰਦਾ, ਬਾਕੀ ਕਿਸੇ ਨੇ ਹੋਰ ਕੋਈ ਸਵਾਲ ਪੁੱਛਣਾ ਹੋਵੇ ਜਾਂ ਹਰਜਾਪ ਦੇ ਥਰੂ ਹਰਜਾਪ ਜੀ ਨੂੰ ਸਮਝਦਾ ਹੋਵੇ ਵੀ ਆਹ ਸਵਾਲ ਮੈਨੂੰ ਪੁੱਛਣਾ ਚਾਹੀਦਾ, ਉਹ ਸਵਾਲ ਮੈਨੂੰ ਪੁੱਛੂਗਾ ਤਾਂ ਤੁਸੀਂ ਇਹ ਸਮਝ ਲਓ ਉੱਥੋਂ ਪੁੱਛਿਆ ਮੈਂ। ਅਤੇ ਸਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਅਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ, ਜਿਵੇਂ ਪੁੱਛਣਗੇ ਮੈਂ ਜ਼ਰੂਰ ਜਵਾਬ ਦੇਵਾਂਗਾ। ਬਿੱਤ ਜੀ, ਪਹਿਲਾਂ ਤੁਸੀਂ ਸਾਨੂੰ ਇਹ ਦੱਸੋ ਜੀ ਕਿ ਤੁਹਾਡਾ ਬਚਪਨ ਕਿਸ ਤਰ੍ਹਾਂ ਗੁਜ਼ਰਿਆ, ਤੁਸੀਂ ਕਿਸ ਤਰ੍ਹਾਂ ਦੇ ਪਰਿਵਾਰ ਵਿੱਚ ਜੰਮੇ ਪਲੇ, ਉਹਦੇ ਬਾਰੇ ਕੁਛ ਦੱਸੋ ਸਾਨੂੰ। ਉਹਦੇ ਬਾਰੇ ਗੱਲ ਇਹ ਹੈ ਜੀ ਵੀ ਮੈਂ ਅਸਲ ਵਿੱਚ ਸਾਡਾ ਪਿੰਡ ਬੜਾ ਬੈਕਵਰਡ ਸੀ। ਹਾਂਜੀ, ਬਠਿੰਡੇ ਦੇ ਵਿੱਚ ਪਿੰਡ ਸੀ, ਉਹ ਰਿਆਸਤ ਪਟਿਆਲੇ ਦੇ ਵਿੱਚ ਸੀ, ਚੁੱਗਾ ਖੁਰਦ। ਅੱਛਾ ਜੀ। ਅਤੇ ਸਾਡਾ ਬਾਣੀਆਂ ਦਾ ਇੱਕੋ ਹੀ ਘਰ ਸੀ ਉੱਥੇ। ਅੱਛਾ ਜੀ। ਅਤੇ ਐਕਚੁਲੀ ਨਾ ਉੱਥੇ ਕੋਈ ਗੁਰਦੁਆਰਾ ਸੀ ਅਤੇ ਨਾ ਉੱਥੇ ਕੋਈ ਮੰਦਰ ਸੀ, ਅਤੇ ਨਾ ਕੋਈ ਪੰਜਾਬੀ ਜਾਣਦਾ ਸੀ। ਅਤੇ ਜੇ ਕੋਈ ਮੁੰਡਾ ਜੰਮਦਾ ਸੀ ਜਾਂ ਕੁੜੀ ਜੰਮਦੀ ਸੀ ਤਾਂ ਜਿਹੜਾ ਉੱਥੋਂ ਦਾ ਹੁੰਦਾ ਨਾ ਲਿਖਣ ਵਾਲਾ, ਉਹ ਸ਼ਹਿਰ ਆਉਂਦਾ ਅਤੇ ਸ਼ਹਿਰ ਆਏ ਕਹਿੰਦਾ ਜੇ ਇੱਕ ਮੁੰਡਾ ਜੰਮਿਆ ਉਹਦਾ ਨਾਂ ਕੀ ਰੱਖੀਏ, ਕਿਸ ਦਿਨ ਕਾਂ ਰੱਖਤਾ, ਐਕਚੁਲੀ ਕਿਸ ਦਿਨ ਚਿੜੀ ਰੱਖਤਾ, ਕਿਸ ਦਿਨ ਠਾਣਦਾ ਰੱਖਤਾ, ਕਿਸੇ ਨੇ ਕੁਛ ਰੱਖਦਾ, ਕਿਸੇ ਨੇ ਕਾਂ ਵੀ ਰੱਖਿਆ ਹੋਇਆ, ਕਿਸੇ ਨਾ ਹਾਂ ਕਾਂ ਸੌਂ ਵੀ ਹੈ, ਕੋਈ ਕਾਂ ਰੱਖਿਆ ਹੋਇਆ, ਤਾਨਾ ਰੱਖਿਆ ਹੋਇਆ, ਮਤਲਬ ਇਹੋ ਜਿਹੇ ਨਾਂ ਰੱਖਦੇ ਰਹੇ ਅਤੇ ਪਤਾ ਨਹੀਂ ਸੀ। ਪਰ ਉਹਦੇ ਵਿੱਚ ਮੈਂ ਉਹ ਪਿੰਡ ਦੇ ਵਿੱਚ ਪਹਿਲਾ ਬੰਦਾ ਸੀ ਜਿਹੜੀ ਮੈਟ੍ਰਿਕ ਪਾਸ ਕੀਤੀ ਬਠਿੰਡੇ ਆ ਕੇ, ਅਤੇ ਅਸੀਂ ਬਾਣੀ ਉਦੋਂ ਬਿਲੋਂਗ ਕਰਦੇ ਹਾਂ ਅਗਰਵਾਲ ਤੋਂ, ਅਤੇ ਮੈਨੂੰ ਸ਼ੁਰੂ ਤੋਂ ਸ਼ੌਕ ਸੀ ਇਹ ਕੰਮ ਕਰਨ ਦਾ, ਅਤੇ ਇਸ ਵਾਸਤੇ ਪਿੰਡਾਂ 'ਚ ਤਾਂ ਮੈਂ ਡਰਪੋਕ ਸੀ ਕਈ ਗੱਲਾਂ ਤੋਂ, ਵੀ ਜਿਵੇਂ ਕੁੱਤੇ ਤੋਂ ਵੀ ਡਰ ਪੈਣਾ ਜਾਂ ਜੇ ਮੈਨੂੰ ਕੁਛ ਛੇੜ ਦਿੰਦਾ ਫਿਰ ਵੀ ਡਰ ਪੈਣਾ ਜਾਂ ਮੈਂ ਕਿਸੇ ਨੂੰ ਦੁੱਖ ਨਾ ਦੇਣਾ, ਐਕਚੁਅਲੀ ਮੈਂ ਕਿਸੇ ਨੂੰ ਦੁੱਖ ਦੇ ਨਹੀਂ ਸਕਦਾ। ਅਤੇ ਇਹ ਫਿਲਮ ਲਾਈਨ ਦੇ ਵਿੱਚ ਮੈਂ ਆ ਕੇ ਵੀ ਇਹੀ ਕੰਮ ਕੀਤਾ, ਅਤੇ ਫਿਰ ਉੱਥੋਂ ਮੈਂ ਬਠਿੰਡਾ ਆ ਗਿਆ, ਬਠਿੰਡੇ ਫਿਰ ਆਸਤਾ ਆਸਤਾ ਜਿਵੇਂ ਅੱਗੇ ਪੁੱਛਣਗੇ ਹਰਦਾਪ ਸਿੰਘ ਜੀ ਨੂੰ। ਤੁਹਾਡੀ ਵਕਾਲਤ ਬਾਰੇ, ਕਿਉਂਕਿ ਬਹੁਤ ਲੋਕਾਂ ਨੂੰ ਇਹ ਨਹੀਂ ਪਤਾ ਕਿ ਤੁਸੀਂ ਵੀ ਵਕੀਲ ਹੋ, ਕਿ ਤੁਸੀਂ ਅਜੇ ਵੀ, ਮੇਰਾ ਖਿਆਲ ਤੁਸੀਂ ਮੈਂਸ਼ਨ ਕੀਤਾ ਤੁਸੀਂ ਅਜੇ ਵੀ ਵਕੀਲ ਹੋ ਰਜਿਸਟਰਡ। ਦੇਖੋ ਜੀ, ਪਹਿਲੀ ਗੱਲ ਤਾਂ ਇਹ ਵੀ ਮੈਂ ਹੁਣ ਵੀ ਵਕੀਲ ਹਾਂ, ਐਨਰੋਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਾਹ ਜੀ ਐਡਵੋਕੇਟ। ਅਤੇ ਇਸ ਵਾਸਤੇ ਗੱਲ ਇਹ ਵੀ ਮੈਂ ਉੱਥੇ ਫਿਰ ਮੈਟ੍ਰਿਕ ਕੀਤੀ ਬਠਿੰਡੇ, ਫਿਰ ਐੱਫ ਏ ਕੀਤੀ, ਮਤਲਬ ਫਿਰ ਬੀ ਏ ਕੀਤੀ, ਉੱਥੇ ਵੀ ਡਰਾਮਾ ਕੀਤਾ ਅਸੀਂ। ਉੱਥੇ ਡਰਾਮਾ ਦੇਖਣ ਵਾਸਤੇ ਵੀ ਮੈਨੂੰ ਕਈ ਲੋਕ ਐਂ ਇਕੱਠੇ ਹੁੰਦੇ ਸੀ ਜਿਵੇਂ ਐਕਟਰ ਨੂੰ ਇਕੱਠੇ ਹੁੰਦੇ ਆ, ਪਰ ਮੈਨੂੰ ਸਮਝ ਆਉਂਦੀ ਵਾ ਕੀ ਗੱਲ ਹੈ। ਉਹਦੇ ਬਾਅਦ ਮੈਂ ਲਾਅ ਕਰਨ ਲੱਗ ਗਿਆ ਇੱਥੇ ਆ ਕੇ, ਲਾਅ 'ਚ ਅਸੀਂ ਡਰਾਮਾ ਕੀਤਾ ਤਾਂ ਜਸਟਿਸ ਵੇਚਦੀ ਸੀ ਕੋਈ, ਉਹ ਸਾਨੂੰ ਸਪੈਸ਼ਲੀ ਮਿਲਣ ਦੇਖਣ ਵਾਸਤੇ ਆਇਆ, ਉਹ ਕਹਿੰਦਾ ਮੈਨੂੰ ਉਹ ਮੁੰਡਾ ਮਿਲਾਓ ਜਿਹੜੇ ਮੁੰਡੇ ਨੇ ਕੰਮ ਕੀਤਾ। ਤਾਂ ਮੈਂ ਫਿਰ ਉਹਦੇ ਬਾਅਦ ਮੈਂ ਇੱਥੇ ਪ੍ਰੈਕਟਿਸ ਸ਼ੁਰੂ ਕਰਤੀ, ਫਿਰ ਮੈਂ ਡਰਾਮੇ ਕੀਤੇ, ਉਹ ਡਰਾਮੇ ਦੇ ਵਿੱਚ ਬਲਵੰਤ ਗਾਰਗੀ ਦਾ ਡਰਾਮਾ ਸੀ ਇੱਕ ਲਿਟਲ ਕਲੇ ਕਾਰਡ। ਅੱਛਾ ਜੀ। ਉਹਨੂੰ ਕਹਿੰਦੀ ਮਿੱਟੀ ਕੀ ਗਾੜੀ, ਹਾਂਜੀ, ਉਹਦੇ ਵਿੱਚ 75 ਐਕਟਰ ਸੀ, ਉਹਦੇ ਵਿੱਚ ਇੱਕ ਸੀ ਗਗਨ ਮਹਿਥਾਲ, ਆਪਣਾ ਪੰਜਾਬੀ ਦਾਦਾ ਗੁਰੂ ਨਾਨਕ ਦੇਵ, ਗਗਨ ਮਹਿਥਾਲ ਇੱਕ ਉਹ ਪਲੇ ਹੋਇਆ, ਉਹ ਦੋ ਪਲੇ ਹੋਇਆ। ਐਕਚੁਅਲੀ ਉਹ ਦੋ ਪਲਿਆਂ 'ਚ ਮੇਰਾ ਪੰਡਾ ਦਾ ਰੋਲ ਸੀ, ਪਰ ਲੋਕਾਂ ਨੇ ਇੰਨਾ ਪਸੰਦ ਕੀਤਾ, ਇੰਨਾ ਪਸੰਦ ਕੀਤਾ, ਲੋਕ ਕਹਿੰਦੇ ਬੰਬੇ ਕਿਉਂ ਨਹੀਂ ਜਾਂਦੇ, ਮੈਂ ਕਹਿੰਦਾ ਮੈਂ ਨਹੀਂ ਜਾ ਸਕਦਾ, ਇੱਥੇ ਮੈਂ ਐਡਵੋਕੇਟ ਹਾਂ, ਚੰਗਾ ਕੰਮ ਕਰੀ ਜਾਂਦਾ। ਬਸ ਫਿਰ ਆਪਦੀ ਆਪ ਕੋਈ ਗੱਲ ਇਹੋ ਜਿਹੀ ਹੋਊਗੀ ਕਿ ਮੈਨੂੰ ਬੰਬੇ ਵਾਲੇ ਸਿਲੈਕਟ ਕਰਨ ਵਾਸਤੇ ਆ ਗਏ, ਉੱਥੇ ਉਹਨਾਂ ਦਾ ਮੇਲਾ ਸੀ ਕੋਈ ਵਿਸਾਖੀ ਦਾ, ਅਤੇ ਉਹ 'ਚ ਮੈਂ ਸਿਲੈਕਟ ਹੋ ਗਿਆ। ਇੰਨੇ ਹਸਨਪੁਰੀ ਫਿਲਮ ਬਣਾ ਰਿਹਾ ਸੀ ਤੇਜ਼ ਮੇਰੀ ਇੱਕ ਜ਼ਰੀ, ਅਤੇ ਮੈਂ ਉਹਦੇ 'ਚ ਮੈਨੂੰ ਉਹਨੇ ਬੁਲਾ ਲਿਆ, ਮੇਰਾ ਡਰਾਮਾ ਦੇਖ ਕੇ, ਮੈਂ ਡਰਾਮਾ ਇੱਕ ਆਪ ਲਿਖਿਆ ਸੀ ਮਾਂ ਦਾ ਲਾਲ ਲਾ, ਅਤੇ ਫਿਰ ਮੈਂ ਬੰਬੇ ਚਲਿਆ ਗਿਆ, ਅਤੇ ਬੰਬੇ ਅਤੇ ਧਰਮਿੰਦਰ ਨੂੰ ਦੇ ਸਾਹਮਣੇ ਜਦੋਂ ਮੈਂ ਡਾਇਲੋਗ ਬੋਲੇ, ਕਹਿੰਦਾ ਯਾਰ ਆਹ ਕਿਹੜਾ ਬੰਦਾ ਫੜ ਲਿਆਂਦਾ ਤੁਸੀਂ, ਕਹਿੰਦਾ ਨਵੀਆਂ ਗੱਲਾਂ ਕਰੀ ਜਾਂਦਾ, ਕਹਿੰਦਾ ਇਹ ਤਾਂ ਨਹੀਂ ਬੋਲ ਸਕਦੇ। ਅਤੇ ਉਹਦੇ ਬਾਅਦ ਫਿਰ ਇੱਕ ਮਤਲਬ ਮੈਨੂੰ ਮਨੋਜ ਕੁਮਾਰ ਨੇ ਦੇਖਿਆ ਬਾਅਦ 'ਚ, ਹਾਂਜੀ, ਮਨੋਜ ਕੁਮਾਰ ਕਹਿੰਦਾ ਜਿਵੇਂ ਤੂੰ ਬੋਲਦਾ ਨਾ ਵੀ ਐ, ਉਹ ਕਹਿੰਦਾ ਮੈਨੂੰ ਦੁਬਾਰਾ ਬੋਲ ਕੇ ਸੁਣਾ। ਅੱਛਾ ਜੀ। ਅਤੇ ਉਹ ਫਿਰ ਬਾਕੀ ਵਾਰੀ ਬੋਲਿਆ ਉਹਦੇ ਕੋਲ, ਅੱਛਾ ਜੀ, ਅਤੇ ਉਹਨੇ ਫਿਰ ਸ਼ੇਰ ਨਹੀਂ ਬਣ ਰਹੀ ਸੀ ਉਹਦੇ ਵਿੱਚ, ਖਾਸ ਗਿਆ ਮਤਲਬ ਨੀਲੇ
ਉਹ ਕਹਿੰਦਾ ਯਾਰ ਪੰਡਿਤ ਜੀ ਕਹੀ ਜਾਂਦੇ ਰੋਲ ਦੇਣੇ, ਮੈਨੂੰ ਤਾਂ ਨਹੀਂ ਪਤਾ ਬੰਦਾ ਕਿਹਾ ਜਾ ਕਿਹਾ ਜਾਂ ਨਹੀਂ ਯਾਰ। ਕਹਿੰਦਾ ਬੁਲਾ ਲਾ ਮੈਨੂੰ, ਕਹਿੰਦਾ ਬਾਈ ਤੂੰ ਕੰਮ ਕਰੋ, ਕਹਿੰਦਾ ਪੰਡਿਤ ਜੀ ਨੇ ਹੁਕਮ ਦਿੱਤਾ ਰੋਲ ਹੀ ਦੇਣਾ ਉਹਨੂੰ, ਫਿਰ ਸ਼ੇਰ ਹੀ ਦੇ ਮੈਂ ਪੰਡਿਤ ਦਾ ਰੋਲ ਕੀਤਾ। ਵਾਹ, ਤੁਸੀਂ ਤੁਹਾਡੇ ਜੋ ਤੁਸੀਂ ਆਪਣੇ ਮਾਪੇ ਨੂੰ ਦੱਸਿਆ ਕਿ ਜੀ ਮੈਂ ਇਹ ਲਾਈਨ ਵਿੱਚ ਬਣਨਾ ਚਾਹੁੰਦਾ, ਉਹਨਾਂ ਦਾ ਰਿਐਕਸ਼ਨ ਕੀ ਸੀ ਯਾਰ ਕਿ ਵਕੀਲੀ ਛੱਡ ਕੇ ਤੂੰ ਕੀ ਕਰਦੇ? ਉਹ ਸਹੀ ਗੱਲ, ਮੇਰੇ ਫਾਦਰ ਤਾਂ ਉਹਦਾ ਡੈਥ ਹੋ ਚੁੱਕੀ ਸੀ। ਅੱਛਾ ਜੀ। ਪਰ ਐਕਚੁਅਲੀ ਜਦੋਂ ਮੈਂ ਰਾਮਲੇ 'ਚ ਕੰਮ ਸ਼ੁਰੂ ਕੀਤਾ ਨਾ, ਹਾਂਜੀ, ਕਿਉਂਕਿ ਪਹਿਲਾਂ ਰਾਮਲੇ ਸ਼ੁਰੂ ਕੀਤਾ, ਅੱਛਾ ਜੀ, ਤਾਂ ਮੈਨੂੰ ਘਰਦੇ ਵੀ ਕਹਿੰਦੇ ਹਰੇ ਪਾਪੂਲਰਿਟੀ ਬਹੁਤ ਸੀ, ਉਹ ਕਹਿੰਦੇ ਕਿਉਂ ਇਹ ਕੌਲੇ ਮਗਰ ਲੱਗੇ ਹੋਏ, ਤੂੰ ਆਪਦਾ ਕੰਮ ਕਰ, ਇੱਥੇ ਕੌਲਾ ਹੋ ਜਾਏਗਾ ਸੀ, ਕਿਉਂਕਿ ਕੁਛ ਕੌਲੇ ਮਾਰਦਾ ਸੀ। ਫਿਰ ਮੈਂ ਐਕਚੁਅਲੀ ਜਦੋਂ ਬੰਬੇ ਵੀ ਜਾਣ ਲੱਗਿਆ ਤੇ ਲੋਕਾਂ ਨੇ ਕਿਹਾ ਇਹਦਾ ਤੁਸੀਂ ਹੁਣ ਵਿਆਹ ਹੋਇਆ, ਤੂੰ ਤੂੰ ਭੁੱਲ ਜਾਏਗਾ, ਉਹਦੇ ਕੌਲ ਮਾਰੇਗਾ, ਤੈਨੂੰ ਕੁਛ ਮਿਲਣਾ ਨਹੀਂ ਗਾ, ਤੂੰ ਐਡੀ ਉਮਰ 'ਚ ਗਿਆ, ਤੂੰ ਕਾਮਯਾਬ ਨਹੀਂ ਹੋਣਾ। ਐਕਚੁਅਲੀ ਮੇਰੇ ਰਿਸਕਾ ਦੀ ਗੱਲ ਸੀ, ਕਿਉਂਕਿ 33 ਦੀ ਉਮਰ 'ਚ ਮੈਂ ਬੰਬੇ ਗਿਆ, ਅਤੇ ਇਸ ਵਾਸਤੇ ਫਿਰ ਵੀ ਪਰਮਾਤਮਾ ਵਾਹਿਗੁਰੂ ਨੇ ਮੈਨੂੰ ਕਾਮਯਾਬ ਕੀਤਾ, ਅਤੇ ਕੁਛ ਤੁਹਾਡੇ ਲੋਕਾਂ ਨੇ ਕਾਮਯਾਬ ਕੀਤਾ। ਤੁਸੀਂ ਲਾਈਕ ਕਰਦੇ ਹੋ ਤਾਂ ਮੈਂ ਐਕਟਿੰਗ ਕਰਦਾ ਰਿਹਾ, ਜਿੰਨੀ ਚਿਰ ਤੁਸੀਂ ਲਾਈਕ ਕਰਦੇ ਰਹੇ ਮੈਂ ਨਵੀਂ ਤੋਂ ਨਵੀਂ ਗੱਲ ਦੱਸਦਾ ਰਿਹਾ। ਗੱਲਾਂ ਤਾਂ ਹੁਣ ਵੀ ਬਹੁਤ ਦੌੜਦੀਆਂ, ਪਰ ਇਨਸਾਨ ਗੱਲਾਂ ਤਾਂ ਦੌੜਦੀਆਂ ਰਹਿੰਦੀਆਂ, ਪਰ ਇਨਸਾਨ ਬੁੜਾ ਹੋ ਜਾਂਦਾ। ਹੁਣ ਉਹ ਗੱਲਾਂ ਕਹਿੰਦੇ ਫਿਰ ਚਾਂਸ ਮਿਲਿਆ ਤੁਹਾਡੇ ਨਾਲ, ਮੰਨ ਲਓ ਕਿ ਪ੍ਰਜਾਤ ਕੋਲ ਆ ਕੇ ਅਤੇ ਐੱਮ ਏ ਟੀ ਵੀ ਜਾ ਕੇ ਗੱਲਾਂ ਕਰਾਂਗੇ ਆਪਾਂ, ਨਾਲੇ ਮੈਂ ਕੁਝ ਐਕਟਿੰਗ ਕਰਕੇ ਦਿਖਾਊਂਗਾ। ਮਿੱਤਲ ਸਾਹਿਬ ਜੀ, ਪਹਿਲਾਂ ਮੈਨੂੰ ਇਹ ਦੱਸੋ ਕਿ ਜਦੋਂ ਤੁਸੀਂ ਆਪਣੀ ਪਹਿਲੀ ਫਿਲਮ 'ਚ ਐਕਟਿੰਗ ਕੀਤੀ ਤਾਂ ਉਸ ਤੋਂ ਬਾਅਦ ਲੋਕਾਂ ਦਾ ਕੀ ਰਿਐਕਸ਼ਨ, ਕੀ ਤੁਹਾਨੂੰ ਲੋਕ ਪਛਾਣਨ ਲੱਗ ਪਏ ਸੀ ਸੜਕਾਂ 'ਤੇ ਜੀ ਕਿ ਇਹ ਤਾਂ ਐਕਟਰ ਆ, ਜਾਂ ਤੁਹਾਡੇ ਮਨ 'ਚ ਫਿਰ ਕਿਸ ਤਰ੍ਹਾਂ ਦੀ ਮਹਿਸੂਸ ਕੀਤੀ? ਹਰਜਾਪ ਸਿੰਘ ਜੀ ਪੁੱਛਦੇ ਹੈ ਕਿ ਮੈਂ ਫਿਲਮ ਸ਼ੁਰੂ ਕੀਤੀ ਸੀ ਤੇਰੀ ਮੇਰੀ ਇੱਕ ਜਨਵਰੀ, ਹਾਂਜੀ, ਪਰ ਫਿਲਮ ਪਹਿਲਾਂ ਰਿਲੀਜ਼ ਹੋਈ ਮੇਰੀ ਆਪਣੀ, ਅੱਛਾ ਜੀ, ਮਾਂ ਦਾ ਲਾਲ, ਹਾਂਜੀ, ਉਹਦੇ ਵਿੱਚ ਕੁਛ ਕਮੀਆਂ ਰਹਿ ਗਈਆਂ ਸਾਊਂਡ ਦੀ, ਹਾਂਜੀ, ਕੋਈ ਸਾਊਂਡ ਦੀ ਕਮੀ ਰਹਿ ਗਈ, ਕੁਛ ਉਦੋਂ ਰਾਸਟੋਕ ਨਹੀਂ ਮਿਲਦਾ ਸੀ, ਹੁਣ ਤਾਂ ਰਾਸਟੋਕ ਆਮ ਮਿਲਦਾ, ਹਾਂਜੀ, ਉਦੋਂ ਰਾਸਟੋਕ ਦੇ ਮੈਨੂੰ ਲੈਣਾ ਪੈਂਦਾ ਸੀ, ਟੁਕੜੇ ਮਿਲੇ 200 ਫੁੱਟ ਦਾ ਇੱਕ ਟੁਕੜਾ ਮਿਲਿਆ, 150 ਇੱਕ ਦਾ ਪੜੇ, ਉਹ ਸੀ ਇੰਨੇ ਨਵੇਂ ਜਾਣਦੇ ਵੀ ਨਹੀਂ ਸੀ, ਹਾਂਜੀ, ਪਰ ਉਹ ਫਿਲਮ ਜ਼ਿਆਦਾ ਚੱਲੀ ਨਹੀਂ, ਪਰ ਐਕਚੁਅਲੀ ਮੇਰਾ ਰੋਲ ਲੋਕਾਂ ਨੇ ਬਹੁਤ ਪਸੰਦ ਕੀਤਾ। ਤੁਹਾਡਾ ਜੋ ਲੋਕ ਜ਼ਿਆਦਾ ਪਸੰਦ ਕਰਦੇ ਆ ਉਹ ਤੁਹਾਡਾ ਜੋ ਪੇਂਡੂ ਸਟਾਈਲ ਆਫ ਐਕਟਿੰਗ ਆ ਜੀ, ਕਿਉਂਕਿ ਤੁਸੀਂ ਜਦੋਂ ਐਕਟਿੰਗ ਕਰਦੇ ਆ ਤਾਂ ਲੋਕ ਬਿਲਕੁਲ ਦੇਸੀ ਐਕਟਿੰਗ, ਬਿਲਕੁਲ ਪੇਂਡੂ ਵਾਲਾ ਲੋਕ ਪਸੰਦ ਬਹੁਤ ਕਰਦੇ ਆ, ਉਹ ਇਹ ਨਹੀਂ ਕਿ ਤੁਸੀਂ ਸ਼ਹਿਰੀ ਸਟਾਈਲ ਦਾ ਆਉਂਦੇ ਆ, ਤਾਂ ਲੋਕ ਸੋਚਦੇ ਕਿ ਯਾਰ ਇਹਨਾਂ ਨੂੰ ਇਹ ਇੱਥੋਂ ਸਿੱਖਿਆ ਕਿੱਥੋਂ, ਕਿ ਉਹ ਤੁਹਾਡੇ ਪਿੰਡ ਤੋਂ ਤੁਸੀਂ ਪ੍ਰਭਾਵਿਤ ਹੋਏ ਜ਼ਿਆਦਾ ਲੋਕਾਂ ਨੂੰ ਦੇਖ ਕੇ? ਇਹਦੀ ਹਰਜਾਪ ਸਿੰਘ ਜੀ ਦੀ ਗੱਲ ਇਹ ਹੈ, ਤੁਸੀਂ ਤਾਂ ਐੱਮ ਏ ਟੀ ਵੀ ਦੇ ਬਹੁਤ ਵੱਡੇ ਬੋਲਣ ਵਾਲੇ ਹੋ, ਹਮੇਸ਼ਾ ਐਂ ਨਹੀਂ ਪਤਾ ਮਾਲਕ ਹੋ ਕੇ ਹੋਵੇ, ਆਪਣੇ ਬੋਲੀ ਜਾਂਦਾ, ਮੈਨੂੰ ਤਾਂ ਪਤਾ ਨਹੀਂ ਭਾਈ ਗੁਰੂ ਦਾ ਸਾਡੇ ਗੁਰੂ ਦਾ, ਪਰ ਗੱਲ ਇਹ ਦੱਸਾਂ ਮੈਂ ਕਿ ਜਦੋਂ ਮੈਂ ਐਕਟਿੰਗ ਸ਼ੁਰੂ ਕੀਤੀ ਨਾ, ਜਿਵੇਂ ਹੁਣ ਐਕਟਿੰਗ ਕਰਦੇ ਆ ਨਾ ਸਾਰੇ, ਤੁਸੀਂ ਟੀ ਵੀ ਦੇਖ ਲਓ ਜਿਹੜੇ ਸੀਰੀਅਲ ਆਉਂਦੇ ਆ, ਕੋਈ ਆਦਮੀ ਮੈਲੇ ਕੱਪੜੇ ਪਾ ਕੇ ਰਹਿ ਜੀ ਨਹੀਂ, ਕੋਈ ਆਦਮੀ ਨੌਕਰ ਦੇ ਕੱਪੜੇ ਪਾ ਕੇ ਰਹਿ ਜੀ ਨਹੀਂ, ਕੋਈ ਆਦਮੀ ਢਿੱਲੇ ਕੱਪੜੇ ਪਾ ਕੇ ਰਹਿ ਜੀ ਨਹੀਂ। ਪਰ ਜਦੋਂ ਮੈਂ ਕਰੈਕਟਰ ਸ਼ੁਰੂ ਕੀਤੇ ਨਾ ਆਪਦੇ, ਜੇ ਮੈਂ ਬਣਿਆ ਡਾਕੀਆ ਤਾਂ ਉਹ ਐ ਬਣ ਗਿਆ ਵੀ ਜਿਵੇਂ ਭੁੱਖਾ ਹੁੰਦਾ ਤੁਰਿਆ ਜਾਂਦਾ ਅਤੇ ਕੁਝ ਦੇਖਣ ਨੂੰ ਮਿਲਦਾ ਨਹੀਂਗਾ, ਕਦੇ ਉੱਧਰ ਚਾਹੀਦਾ ਕਦੇ ਉੱਧਰ ਚਾਹੀਦਾ, ਕਦੇ ਚਿੱਠੀ ਦੇ ਦਿੰਦਾ ਵੀ ਚਿੱਠੀ ਕਿੱਧਰ ਪਾ ਦਿਆ ਕਿੱਧਰ ਨਾ ਪਾ ਦਿਆ। ਜੇ ਮੈਂ ਕਿਸੇ ਸੀਰੀ ਬਣਿਆ ਤਾਂ ਲੋਕਾਂ ਨੂੰ ਇਹ ਯਕੀਨ ਹੋ ਗਿਆ ਵੀ ਇਹ ਬੰਦਾ ਮੈਟ੍ਰਿਕ ਪਾਸ ਹੋ ਹੀ ਨਹੀਂ ਸਕਦਾ, ਵੀ ਕਿਉਂ ਕੱਪੜੇ ਵੀ ਹੋਏ ਜੇ, ਝੱਕਣਾ ਵੀ ਹੋਏ ਜੇ, ਰੋਟੀ ਖਾਈ ਜਾਂਦੇ ਆ, ਤੁਸੀਂ ਖਾ ਲਓ ਭਾਈ। ਮੈਂ ਤਾਂ ਆਹ ਲੋਕਾਂ ਨੂੰ ਇਹ ਲੱਗਦਾ ਸੀ ਵੀ ਯੂ ਕਾਂਟ ਇਮੈਜਿਨ, ਜੇ ਮੈਨੂੰ ਕੋਈ ਰੋਲ ਦਿੱਤਾ ਨਾ ਮੈਂ ਉਹ ਰੋਲ ਦੇ ਵਿੱਚ ਖੁੱਭ ਗਿਆ। ਮੈਂ ਇਹ ਨਹੀਂ ਦੇਖਿਆ ਵੀ ਮੇਰੇ ਕੱਪੜੇ ਕੀ ਹੈ, ਮੇਰੇ ਕੱਪੜੇ ਚੰਗਾ ਲੱਗਦਾ ਕਿ ਨਹੀਂ ਲੱਗਦਾ, ਮੈਂ ਹੀਰੋ ਨਾਲੋਂ ਘੱਟ ਲੱਗਦਾ ਕਿ ਨਹੀਂ ਲੱਗਦਾ। ਨਾ, ਮੈਂ ਜੇ ਹੀਰੋ ਹੈ ਤਾਂ ਮੈਂ ਹੀਰੋ ਦੇ ਸਾਹਮਣੇ ਮਾੜਾ ਕੋਡਾ ਜਾਂਦਾ ਸੀ ਜਾਣ ਕੇ, ਕਿਉਂ ਮੈਂ ਕਿਹਾ ਹੀਰੋ ਨੂੰ ਹੀਰੋ ਰਹਿਣ ਦਿਓ, ਅਸੀਂ ਉਹੀ ਕੌਮ ਡੋਮੀਨੇਟ ਕਰਾਂਗੇ, ਡੋਮੀਨੇਟ ਕਰਾਂਗੇ, ਮੈਂ ਗੱਲ ਸੁਣਾ ਵੀ ਤੈਨੂੰ ਰਾਹ ਮੈਂ ਪਾਊਗਾ, ਰਾਹ ਪੈ ਨਹੀਂ ਸਕਦਾ, ਉਹਦੇ ਡੋਮੀਨੇਟ ਹੋ ਜਾਂਦਾ ਸੀ। ਅਤੇ ਇਸ ਵਾਸਤੇ ਜੀ ਉਹ ਫਿਰ ਇੰਨਾ ਕਰੈਕਟਰ ਕਰਕੇ ਨਾ ਲੋਕਾਂ ਨੂੰ ਐਂ ਲੱਗਿਆ ਵੀ ਇਹ ਸਾਡਾ ਬੰਦਾ ਹੈ, ਵੀ ਇਹ ਬੰਦਾ ਬਗਾਨਾ ਨਹੀਂ ਹੈ, ਆਪਣਾਪਨ ਲੋਕ। ਹਾਂ, ਲੋਕਾਂ ਜੇ ਮੈਂ ਸੀਰੀ ਕੰਮ ਕੀਤਾ ਨਾ ਤਾਂ ਮੈਂ ਰੋਟੀ ਖਾਈ ਜਾਂਦਾ ਫਰਜ਼ ਕਰੋ, ਤਾਂ ਮੈਂ ਚੱਕੀ ਜਾਂਦਾ ਵੀ ਫਿਰ ਚੱਕ ਦਿਆ ਰੋਟੀ ਖਾ ਲੈਂਦਾ, ਫਿਰ ਚੱਕਣ ਲੱਗ ਗਿਆ, ਫਿਰ ਖਾਣ ਲੱਗ ਗਿਆ, ਇੱਕ ਤਾਂ ਰੋਟੀ ਮੁੱਕੀ ਜਾਂਦੀ ਹੈ, ਉਹ ਰੋਟੀ ਭੁੱਲ ਨਾ ਜਾਣ ਅਤੇ ਮੈਨੂੰ ਖਾਲੀ ਬੈਠਣਾ ਪਊਗਾ, ਅਤੇ ਰੋਟੀ ਉਹ ਦੋ ਰਹੀ ਹੌਲੀ ਖਾਣ ਲੱਗ ਗਿਆ, ਭਾਈ ਹੱਥ ਧੁਆ ਦਈਏ, ਮੈਂ ਹੱਥ ਕਿੱਥੇ ਧੁਆ ਦਿਆਂਗੇ, ਹੱਥ ਤਾਂ ਰੋਟੀ ਮੈਂ ਹੋਰ ਖਾਣੀ ਹੈ। ਹੁਣ ਦੇਖੋ ਇਹਦਾ ਗਰੀਬ ਦਾ, ਗਰੀਬ ਦਾ ਦਿਖਾਇਆ ਵੀ ਗਰੀਬ ਦਾ ਰੋਟੀ ਹੋਰ ਜਾਂਦਾ, ਕਈ ਵਾਰੀ ਭੁੱਲ ਜਾਂਦੇ ਵੱਡੇ ਆਦਮੀ ਰੋਟੀ ਖਾਣ। ਮਿੱਤਲ ਸਾਹਿਬ, ਤੁਸੀਂ ਮੈਨੂੰ ਇਹ ਦੱਸੋ, ਮਿੱਤਲ ਸਾਹਿਬ ਫਿਰ ਜਦੋਂ ਤੁਹਾਨੂੰ
ਮਿੱਤਲ ਸਾਹਿਬ ਫਿਰ ਜਦੋਂ ਤੁਹਾਨੂੰ ਪੰਜਾਬੀ ਫਿਲਮਾਂ ਮਿਲੀਆਂ ਤਾਂ ਉਹਦੇ ਵਿੱਚ ਤੁਹਾਨੂੰ ਕਿਹਾ ਗਿਆ ਜੀ ਕਿ ਤੁਸੀਂ ਗੀਤਾਂ ਨਾਲ ਬਹੁਤ ਮਸ਼ਹੂਰ ਹੋਏ, ਮੈਨੂੰ ਕਈ ਗੀਤ ਤੁਹਾਡੇ ਯਾਦ ਆ ਜੀ ਕਿ ਆਸ਼ਕਾਂ ਨੂੰ ਭੁੰਦੇ ਤੂੰ ਛੋਲੇ ਭੱਠੀ ਵਾਲੀ, ਰੱਬ ਕਰੇ ਟੁੱਟ ਜਾਣ ਬਟਨ ਤੇਰੇ, ਭੈਣ ਜੀ, ਅਤੇ ਬਲੈਤੀ ਬਾਬੂ ਦੇ ਗੀਤ, ਅਤੇ ਇੱਕ ਤਾਂ ਤੁਸੀਂ ਉਹ ਜੱਟੀ ਦੇ ਗੀਤ ਬਹੁਤ ਚੱਲੀ ਜੀ, ਹਾਂਜੀ, ਚਸਕਾ 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 ਬਹੁਤ, ਉਹ ਗੀਤਾਂ ਵਿੱਚ ਫਿਰ ਤੁਸੀਂ, ਕਿਉਂਕਿ ਪੰਜਾਬੀਆਂ ਦੀ ਇੱਕ ਖਾਸੀਅਤ ਆ ਜੇ ਡਾਂਸ ਕਿਸੇ ਨੂੰ ਸੁੱਖ ਨਾ ਲਾਉਂਦਾ ਨਹੀਂ, ਖਾਸ ਤੌਰ ਤੇ ਐਕਟਰਾਂ ਭਾਵੇਂ ਜੀ ਧਰਮਿੰਦਰ ਜੀ ਹੋਣ, ਦਾਰਾ ਸਿੰਘ ਜੀ ਹੋਣ, ਰਜੇਸ਼ ਖੰਨਾ ਜੀ ਹੋਣ, ਡਾਂਸ ਨਹੀਂ, ਉਹਦੇ ਵਿੱਚ ਤੁਸੀਂ ਐਡਜਸਟ ਕਿਸ ਤਰ੍ਹਾਂ ਕੀਤਾ? ਹਰੇਕ ਐਕਟਰ, ਜੇ ਤੁਸੀਂ ਇਹ ਨਹੀਂ ਕਹਿ ਸਕਦੇ ਪੰਜਾਬੀ ਐਕਟਰ ਕਿਸੇ ਨੂੰ ਡਾਂਸ ਆਉਂਦਾ ਹੀ ਨਹੀਂ, ਹਾਂਜੀ, ਜਿਵੇਂ ਆਪਣਾ ਫਿਲਮ ਚ ਚੀਮਾ ਮੁੰਡਾ ਉਹ ਪੰਗੜਚੀ ਹੈ, ਹਾਂਜੀ, ਸਰਬਜੀਤ, ਹਾਂਜੀ ਹਾਂਜੀ ਹਾਂਜੀ, ਇਵੇਂ ਜੀ ਕਰਨਾ ਮੈਨੂੰ ਆਪਣੇ ਆਪ ਹੀ ਡਾਂਸ ਆ ਗਿਆ, ਤਾਲ ਸੁਣ ਕੇ ਆਪਣੇ ਆਪ ਹੀ, ਜਦੋਂ ਜੱਟੀ ਸਰ ਨਾਲ ਪਹਿਲਾਂ ਭੰਗੜਾ ਪਾਉਣਾ ਸੀ ਨਾ, ਹਾਂਜੀ, ਜਦੋਂ ਪਹਿਲਾਂ ਮੈਂ ਪੈਰ ਮਾਰਿਆ ਲੋਕ ਕਹਿੰਦੇ ਤੂੰ ਤਾਂ ਕਮਾਲ ਹੀ ਕਰਤੀ ਯਾਰ, 16 ਸਾਲ ਕੀਤਾ ਤੇਰਾ ਇੰਤਜ਼ਾਰ ਜੱਟੀ ਹੈ, ਮੈਂ ਗਾਣਾ ਗਾਇਆ ਪੂਰਾ, ਲੋਕ ਕਹਿੰਦੇ ਤੂੰ ਪੂਰਾ ਬਰਾਬਰ ਮੁਕਾਬਲਾ ਕੀਤਾ ਰੇਸਾਂ ਦਾ ਜੀ, ਹਰਪ੍ਰਾਂਤ ਚੌਧਰੀ ਦਾ, ਕੰਚਨ ਮੱਟੂ ਦਾ, ਸੀਮਾ ਕਪੂਰ ਦਾ, ਹੋਰ ਸਾਰਿਆਂ ਦਾ ਜੀ, ਮੈਂ ਇਸ ਵਾਸਤੇ ਮੈਨੂੰ ਇਹ ਨੈਚੁਰਲ ਡਾਂਸ ਆਉਂਦਾ ਸੀ ਜੀ, ਉਹ ਡਾਂਸ ਨਾਲ ਫਿਰ ਮੈਂ ਘਰ ਪੂਰਾ ਕੀਤਾ ਸਾਰਾ ਜੀ। ਵਾਹੀ ਵਾਹ, ਤੁਸੀਂ ਜੀ ਮੈਨੂੰ ਇਹ ਵੀ ਦੱਸੋ ਕਿ ਤੁਹਾਡੇ ਜੋ ਜਿਹਨਾਂ ਨੂੰ ਵੀ ਤੁਸੀਂ ਕਾਮੇਡੀ ਕੀਤੀ ਹੈ, ਫਿਲਮਾਂ ਕੀਤੀਆਂ, ਤੁਹਾਡੇ ਮਨਪਸੰਦ ਕੋ ਸਟਾਰ ਕੌਣ ਸੀਗੇ? ਕਿਉਂਕਿ ਤੁਹਾਡੀ ਜੋੜੀਆਂ ਵਰਿੰਦਰ ਜੀ ਨਾਲ ਬੜੀ ਹਿੱਟ ਰਹੀ, ਤੁਹਾਡੀ ਯਾਰੀ ਜੱਟ ਦੀ ਜੋ ਫਿਲਮ ਸੀਗੀ ਜੋ ਤੁਸੀਂ ਇੰਗਲੈਂਡ ਆਏ ਉਹਦੇ 'ਚ ਬਹੁਤ ਅੱਛੇ ਸੀਨ ਸੀਗੇ, ਇੱਕ ਤੋਂ ਜਦੋਂ ਚਾਹ ਬਣਾਉਣ ਵਾਲੀ ਸੀਨ ਸੀ ਖੂਹੀ 'ਚੋਂ ਪਾਣੀ, ਉਹ ਵਧੀਆ ਸੀ, ਇੱਕ ਜੋ ਤੁਸੀਂ ਨਾਈਟ ਕਲੱਬ 'ਚੋਂ ਗਏ ਸੀ ਬੜੇ ਸੀਨ ਮਸ਼ਹੂਰ ਹੋਏ, ਅਤੇ ਉਹ ਮੈਨੂੰ ਖਿਆਲ ਕਰੋੜਾਂ ਬੰਦਿਆਂ ਨੇ ਦੇਖੇ ਹੋਗੇ ਜੀ। ਗੱਲ ਸੁਣ ਲਓ, ਹਾਂਜੀ, ਵੀ ਇੱਕੋ ਇੱਕੋ ਫਿਲਮ ਐਸੀ ਹੈ, ਹਾਂਜੀ, ਆਪਣੇ ਵਰਿੰਦਰ ਜੀ, ਹਾਂਜੀ, ਜਿਹੜੀ ਫਿਲਮ ਬਣ ਗਈ ਸੀ ਪਹਿਲਾਂ, ਹਾਂਜੀ, ਮਤਲਬ ਉਹਨੇ ਪੂਰੀ ਕਰ ਲਈ, ਹਾਂਜੀ, ਉਹਨੇ ਕਿਹਾ ਹੁਣ ਮਿੱਤਲ ਨੂੰ ਬੁਲਾਓ, ਹਾਂਜੀ, ਉਹ ਥੋੜ੍ਹਾ ਜਿਹਾ ਪਤਾ ਕਿਉਂ ਵਰਿੰਦਰ ਜੀ ਆਪਾਂ ਬਹੁਤ ਰਿਸਪੈਕਟ ਕਰਦੇ ਹਾਂ, ਪਰ ਥੋੜ੍ਹਾ ਜਿਹਾ ਕਿਉਂਕਿ ਮੇਰੇ ਸਾਹਮਣੇ ਤਾਂ ਝੋਣਾ ਪੈਂਦਾ ਸੀ ਉਹਨੂੰ, ਇੱਕਦਮ ਵੱਡਾ ਸੀ, ਇੱਕ ਮੈਨੂੰ ਡਾਇਲੋਗ ਜ਼ਿਆਦਾ ਆਉਂਦੇ ਸੀ, ਇਸ ਵਾਸਤੇ ਉਹ ਕਹਿੰਦੇ ਸੀ ਉਹਨੂੰ ਬਾਅਦ ਬੁਲਾਵਾਂਗੇ, ਸਾਰੇ ਮੈਨੂੰ ਜੀ ਜੀ ਕਰਦੇ ਫਿਰਦੇ ਤੇ, ਹਾਂ ਵਰਿੰਦਰ ਕੀ ਕੰਮ ਕਰਨਾ ਪੈਂਦਾ, ਅਤੇ ਉਹ ਮੈਨੂੰ ਬੁਲਾਇਆ, ਹਾਂਜੀ, ਇਹ ਸਾਰਾ ਹੀ ਕੰਮ ਮੇਰਾ ਡੂਡ ਦਿੰਦਾ ਸੀ, ਬਸ ਸੱਚੀ, ਬਿਲਕੁਲ ਕੰਪਲੀਟ ਡੂਡ ਦਿਨ ਲਾਇਆ ਜੀ ਮੈਂ ਉੱਥੇ ਜੀ, ਜਦੋਂ ਮੈਂ ਕਹਿੰਦਾ ਵੀ ਉਹ ਤੇਰੇ ਕਿੰਨੇ ਪੈਸੇ ਦੇਣੇ ਆ, ਉਹ ਸਰ ਮੈਂ ਦੱਸਿਆ ਉਹਨੂੰ, ਅੱਛਾ ਜੀ, ਹਾਂ, ਮੈਂ ਕਿਹਾ ਜੀ ਪਿੰਡ 'ਚ ਕੋਈ ਐਸਾ ਬੰਦੇ ਨੇ ਜਿਹਨੂੰ ਕਰਨਾ ਵੀ ਦੇਣਾ ਹੋਵੇ, ਇੰਨੇ ਬੰਦੇ ਨੇ ਘੇਰ ਲਿਆ, ਅੱਛਾ ਜੀ, ਕਹਿੰਦਾ ਤੂੰ ਇਹਨੂੰ 300 ਰੁਪਏ ਦੇਣਾ, ਮੈਂ ਕਿਹਾ ਨਹੀਂ ਦੇਣਾ, 300 ਕਿਹਾ ਦੇਣਾ, ਮੈਂ ਕਿਹਾ 100 ਦੇਣਾ, ਹੋਰ ਕਿੰਨੇ, ਮੈਂ 201 ਦੇਣਾ, ਕਹਿੰਦਾ 300 ਤਾਂ ਹੋ ਗਈ, ਮਤਲਬ ਸਾਰੀਆਂ ਗੱਲਾਂ ਦੋ ਗੱਲਾਂ ਮੈਂ ਦੱਸੀਆਂ, ਫਿਰ ਬਾਕੀ ਗੱਲਾਂ ਉਹਨੇ ਵੀ ਦੱਸਿਆ, ਵਰਿੰਦਰ ਦੱਸਣੀਆਂ ਸੀ ਵਰਿੰਦਰ ਨੇ, ਹਾਂਜੀ, ਫਿਰ ਉਹ ਕੰਮ ਬਹੁਤ ਫਾਸਟ ਕੀਤਾ ਜੀ ਅਸੀਂ, ਬਸ ਡੁੱਟਦੇ। ਤੁਸੀਂ ਆਮ ਤੌਰ 'ਤੇ ਆਪਣਾ ਕੰਮ ਕਿੰਨੀ ਕੁ ਜਲਦੀ ਨਿਬੇੜ ਦਿੰਦੇ ਸੀ, ਕਿਉਂਕਿ ਬਹੁਤ ਹੁਣ ਸਟੋਰੀਆਂ ਸੁਣਦੀਆਂ ਕਿ ਐਕਟਰ ਜੀ ਟਾਈਮ ਬਹੁਤ ਲਾਉਂਦੇ, ਮੇਕਅਪ ਬਹੁਤ ਲਾਉਂਦੇ। ਮੈਂ ਤੁਹਾਨੂੰ ਦੱਸਾਂ, ਹਾਂਜੀ, ਮੈਂ ਇਹ ਗੱਲ ਤੁਹਾਨੂੰ ਹੋਰ ਗੱਲਾਂ ਨਹੀਂ, ਮੈਂ ਪਰਮਾਤਮਾ ਵੀ ਮੈਨੂੰ ਮੇਰੇ ਟੇਲੈਂਟ ਇਹ ਨਹੀਂ ਮੈਂ ਕਹਿੰਦਾ, ਹਾਂਜੀ, ਇਹ ਵਾਹਿਗੁਰੂ ਨੇ ਦਿੱਤਾ, ਇਹ ਮੈਂ ਤੁਹਾਨੂੰ ਬਾਅਦ ਪੁੱਛੋ, ਮੈਂ ਤੁਹਾਨੂੰ ਦੱਸੂੰ, ਹਾਂਜੀ, ਵੀ ਮੈਂ ਕਿਉਂ ਕਿਹਾ, ਪਰ ਜਿਹੜੀ ਇਹ ਟਾਈਮ ਹੈ ਨਾ, ਮੈਂ ਕਿੱਡੀ ਫਿਲਮ ਹੋਵੇ 2.5 ਦਿਨ 'ਚ ਕੰਮ ਕਰ ਸਕਦਾ, ਵਾਹੀ ਵਾਹ, ਚਾਹੇ 2 ਗਾਣੇ ਹੁਣ ਉਹ ਸਭ ਬੱਚੇ ਪਕਾ ਦਿੰਦਾ, ਵਾਹੀ ਵਾਹ। ਮਿੱਤਲ ਸਾਹਿਬ, ਇਹ ਜੋ ਤੁਸੀਂ 2.5 ਦਿਨਾਂ 'ਚ ਰੋਲ ਖਤਮ ਕਰ ਦਿੱਤੇ, 3 ਦਿਨ ਲਾ ਲਓ ਬਸ ਕੰਪਲੀਟ, ਹਾਂਜੀ, ਇਹਦੀ ਵਜ੍ਹਾ ਕੀ ਸੀ ਤੁਹਾਡੇ ਵੱਲੋਂ, ਤੁਸੀਂ ਕੀ ਸਮਝਦੇ? ਵਜ੍ਹਾ ਇਹਦੀ ਵਜ੍ਹਾ ਇਹ ਹੈ ਜੀ ਵੀ ਇੱਕ ਤਾਂ ਮੈਨੂੰ ਡਾਇਲੋਗ ਯਾਦ ਕਰਨ ਦੀ ਲੋੜ ਨਹੀਂ, ਕੁਦਰਤੀ ਆਉਂਦੇ ਸੀ ਤੁਹਾਨੂੰ, ਉਹਦਾ ਨਹੀਂ, ਉਹਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਨਾ, ਬਸ ਉਹ ਤਾਂ ਮੈਂ ਬੁੱਲੀ ਤੁਰ ਜਾਣਾ। ਆ ਜੋ ਹੁਣ ਜਿਹੋ ਜਿਹੇ ਤੁਸੀਂ, ਤੁਹਾਨੂੰ ਡਾਇਲੋਗ ਉਹ ਹੈ ਨਾ, ਹਾਂਜੀ, ਇਹ ਤੁਹਾਨੂੰ ਕੁਦਰਤੀ ਆਉਂਦੀ ਹੈ, ਤੁਹਾਨੂੰ ਸਕ੍ਰਿਪਟ ਪੜ੍ਹਨੀ ਪੈਂਦੀ ਹੈ? ਨਾ, ਮੈਨੂੰ ਤੁਸੀਂ ਆ ਗਏ, ਹਾਂਜੀ, ਚਲੋ ਤੁਹਾਨੂੰ ਦੱਸ ਦਿੰਦਾ ਮੈਂ, ਹਾਂਜੀ, ਤੂੰ ਬੈਠਾ ਸੀ, ਇੱਕ ਆਦਮੀ ਕਹਿੰਦਾ ਜੀ ਮੈਂ ਗੱਲ ਕਰੀ, ਹਾਂਜੀ, ਬਿਲਕੁਲ, ਅਤੇ ਮੈਂ ਬੋਲਿਆ ਬੋਲੀ ਚੱਲ ਰੱਖ ਗਿਆ, ਮੈਂ ਯਾਦ ਹੁਣ, ਉਹਦੇ ਬਾਅਦ ਜੀ ਉਹ ਕਹਿੰਦਾ ਜੀ ਵੀ ਮਿੱਤਲ ਸਾਹਿਬ ਨੂੰ ਰੋਲ ਦੱਸਤਾ, ਕਦੇ ਦੱਸ ਤਾਂ ਦਿੱਤਾ ਪਰ ਧਿਆਨ ਤਾਂ ਦਿੱਤਾ ਨਹੀਂ ਉਹਨੂੰ ਬੜਾ, ਅਤੇ ਉਹ ਕਹਿੰਦੇ ਰੋਲ ਯਾਦ ਹੈ, ਮੈਂ ਯਾਦ ਹੈ, ਮਤਲਬ ਕਿ ਉਹਨੂੰ ਸੈਕਿੰਡ ਟਾਈਮ ਕਿਸੇ ਬੰਦੇ ਨੂੰ ਪੁੱਛ ਲਿਆ ਅਸਿਸਟੈਂਟ ਨੂੰ ਵੀ ਉਹਨੂੰ ਸੈਕਿੰਡ ਟਾਈਮ ਮੈਨੂੰ ਪੜ੍ਹ ਕੇ ਸੁਣਾਇਆ ਨਹੀਂ ਅੱਜ ਤੱਕ, ਬਾਈ ਕੋਈ ਸੁਣਾਦਾ ਮੈਂ ਤੂੰ ਜਾੜ ਹੁਣ ਮੈਂ ਆਪੇ ਬੋਲੂੰਗਾ। ਫਿਰ ਜੋ ਗੱਲਾਂ ਤੁਹਾਡੀਆਂ ਸੀਗੀਆਂ ਉਹ, ਫਿਰ ਜੋ ਤੁਹਾਡੀਆਂ ਜਿਹੜੀਆਂ ਗੱਲਾਂ ਸੀਗੀਆਂ ਡਾਇਲੋਗ ਸੀਗੇ ਉਹ ਤੁਹਾਨੂੰ ਡਾਇਰੈਕਟਰ ਲਿਖ ਕੇ ਦਿੰਦੇ ਸੀ, ਤੁਹਾਨੂੰ ਫ੍ਰੀ ਹੈਂਡ ਦਿੰਦੇ ਸੀ ਕਿ ਤੁਸੀਂ ਜੀ ਕਰੋ ਜੀ ਆਪਣਾ ਕੁਝ ਕਰਨਾ? ਨਹੀਂ ਨਹੀਂ, ਮੈਂ ਫ੍ਰੀ ਹੈ। ਅਤੇ ਮਿੱਤਲ ਜੀ ਇਹ ਜੋ ਤੁਹਾਨੂੰ ਗੱਲਾਂ ਆਉਂਦੀਆਂ ਸੀ ਇਹ ਡਾਇਰੈਕਟਰ ਤੁਹਾਨੂੰ ਲਿਖ ਕੇ ਦਿੰਦਾ ਸੀ, ਤੁਹਾਨੂੰ ਡਾਇਰੈਕਟਰ ਫ੍ਰੀ ਹੈਂਡ ਦਿੰਦਾ ਸੀ ਕਿ ਤੁਸੀਂ ਕਰੋ ਜੀ? ਇਹਦੇ ਬਾਰੇ ਮੈਂ ਦੱਸਦਾ, ਹਾਂਜੀ, ਕੋਈ ਬੰਦਾ ਚਾਹੇ ਮੈਂ ਹਾਂ, ਹਾਂਜੀ, ਜਦੋਂ ਕੈਮਰਾ ਚੱਲ ਪਿਆ ਨਾ
ਇਹ ਨਹੀਂ ਮੈਂ ਉਦੋਂ ਜੋੜੂੰਗਾ ਨਾ, ਇਹ ਤਾਂ ਹੋ ਨਹੀਂ ਸਕਦੀ। ਅਗਰ ਉਹ ਜੋੜੂਗਾ ਨਾ ਦੋ ਤਿੰਨ ਚੀਜ਼ਾਂ ਜੁੜ ਜਾਣਗੀਆਂ, ਬਾਕੀ ਨਹੀਂ ਜੁੜਦੀਆਂ, ਕਿਉਂਕਿ ਮੈਂ ਕਨੈਕਸ਼ਨ ਵੀ ਜੋੜਨਾ ਨਾ, ਮੈਂ ਲੜਕੀ ਦਾ ਕਨੈਕਸ਼ਨ ਜੋੜਨਾ, ਉਹਨੂੰ ਕਿਵੇਂ ਛੇੜਨਾ, ਉਹਨੇ ਮੈਨੂੰ ਭੇਜਣਾ, ਫਿਰ ਮੈਨੂੰ ਔਖਾ ਹੋਣਾ, ਫਿਰ ਮੈਂ ਉਹਦੇ ਪਿਓ ਨੂੰ ਦੇਖਣਾ, ਫਿਰ ਮੈਂ ਐਟਮੋਸਫੀਅਰ ਦੇਖਣਾ ਵੀ ਮੇਰੇ ਪਿੱਛੇ ਕੋਈ ਆਦਮੀ ਤਾਂ ਨਹੀਂ ਆ ਗਿਆ, ਫਿਰ ਮੇਰੀ ਗੱਲਾਂ ਸੁਣਦੇ ਹੀ ਨਹੀਂ ਸੁਣਦੀ। ਪਰ ਉਹ ਗੱਲਾਂ ਇਹ ਸੀ ਵੀ ਜਦੋਂ ਤੱਕ ਹਲੇ ਮੈਨੂੰ ਮਿਲਦਾ ਸੀ ਨਾ, ਮੈਂ ਆਪਣਾ ਆਪੇ ਬਣਾ ਲੈਂਦਾ ਸੀ, ਬਣਾ ਲੈਂਦਾ ਸੀ, ਫਿਰ ਮੈਂ ਕੁੜੀ ਨੂੰ ਬੁਲਾ ਕੇ ਸਮਝਾ ਦਿੰਦਾ ਵੀ ਤੈਨੂੰ ਮੈਂ ਜਦੋਂ ਇੱਥੇ ਹੱਥ ਲਾਊਂਗਾ ਨਾ, ਮੈਂ ਫਿਰ ਦੱਸਦਾ ਕੰਚਨ ਮੱਟੂ ਸਮਝਦੀ ਸੀ, ਅਰਪਣਾ ਚੌਧਰੀ ਬਹੁਤ ਸਮਝਦੀ ਸੀ, ਅਰਪਣਾ ਚੌਧਰੀ ਦਾ ਵਿਚਾਰੀ ਵਿਆਹ ਕਰਾ ਲਿਆ, ਬਹੁਤ ਗ੍ਰੇਟ ਆਰਟਿਸਟ ਸੀ ਮੇਰੇ ਨਾਲ, ਜੱਟੀ ਚ ਉਹ ਹੀਰੋਇਨ ਆਈ, ਦੋਮਦਾਰੀ ਚ ਉਹ ਹੀਰੋਇਨ ਆਈ, ਤੇ ਚੀਜ਼ਾਂ ਸਾਰੀ ਚ ਉਹ ਹੀਰੋਇਨ ਆਈ ਤਿੰਨ ਫਿਲਮਾਂ 'ਚ, ਅਤੇ ਕੰਚਨ ਮੱਟੂ ਸੀ ਮੇਰੇ ਨਾਲ, ਅਤੇ ਮਤਲਬ ਜੀ ਬਸ ਪਰਮਾਤਮਾ ਕਰਨੀ ਹੋਈ ਆਪ ਹੀ ਆਈ ਹੈ ਜੀ। ਹੁਣ ਵੀ ਮੇਰੇ ਕੋਲ ਇਹੀ ਗੱਲ ਆਉਂਦੀ ਹੈ ਵੀ ਮਾਂ ਜੀ ਆਪਣੇ ਇੱਕ ਮਿੰਟ ਜੋੜ ਲੈਣਾ ਜੀ, ਹਜੇ ਵੀ ਔਰਤਾਂ ਕਹਿੰਦੀਆਂ ਜੀ ਸਾਡੇ ਨਾਲ ਜੱਫੀ ਪਾਓ, ਹਾਂ ਆਂਡਾ ਛੱਡਦਾ ਮੀਟ ਛੱਡਦਾ ਸ਼ਰਾਬ ਛੱਡਦਾ ਮੈਂ ਹੱਥ ਲਿਆ ਜੀ 71 ਜਨਵਰੀ 75 ਦੇ ਬਾਅਦ ਮੈਂ ਗਲਾਸ ਪਾਣੀ ਨਹੀਂ ਪੀਤਾ ਜੀ, ਰਾਜ ਸ਼ਰਾਬ ਦੇਖਦੇ ਬੈਲਜੀਅਮ ਹਾਲੈਂਡ ਇਟਲੀ ਫਰਾਂਸ ਅਮਰੀਕਾ ਕੈਨੇਡਾ ਇੰਨੇ ਵਾਰੀ ਗਿਆ, ਜ਼ੋਰ ਤਾਂ ਬਹੁਤ ਲਾਇਆ ਹੋਣਾ ਲੋਕਾਂ, ਜ਼ੋਰ ਲਾਇਆ ਭਾਈ ਫੜ ਕੇ ਬਾਅਦ ਚ, ਅੱਛਾ ਜੀ ਹਟ ਜਾਂਦੇ ਅੱਜ ਕੱਲ੍ਹ ਕਹਿੰਦੇ ਹੁਣ ਪੀਣੇ ਨਹੀਂ ਫਾਇਦਾ ਕੋਈ ਨਹੀਂ। ਇੱਕ ਜੀ ਮੈਨੂੰ ਇਹ ਦੱਸੋ ਕਿ ਜਿੱਦਾਂ ਦੇ ਰੋਲ ਤੁਹਾਡੇ ਸੀਗੇ ਕਿ ਜੱਫੀਆਂ ਪਾਉਣ ਵਾਲੇ ਆ, ਕੁੜੀਆਂ ਨੂੰ ਛੇੜਨ ਵਾਲੇ, ਕੁਛ ਉਹਦੇ 'ਚੋਂ ਕੁਛ ਓਬਜੈਕਸ਼ਨ ਵੀ ਆਇਆ ਲੋਕਾਂ ਦਾ ਕਿ ਜੀ ਕਿ ਤੁਹਾਨੂੰ ਕਦੇ ਕਿਸੇ ਨੇ ਕਿਹਾ ਵੀ ਕਿ ਤੁਸੀਂ ਜੀ ਕਿੱਦਾਂ ਦੇ ਰੋਲ ਕਰਦੇ? ਬਹੁਤ ਸ਼ਾਨਦਾਰ ਗੱਲ ਪੁੱਛੀ ਹੈ। ਹਾਂਜੀ, ਇੱਕ ਤਾਂ ਮੈਨੂੰ ਬੰਦਾ ਆਇਆ ਨਾਲ ਦਿੱਤੀ ਵੀ, ਹਾਂਜੀ ਤੁਹਾਨੂੰ ਦੱਸ, ਹਾਂਜੀ, ਅਤੇ ਉਹ ਆ ਕੇ ਕਹਿੰਦਾ ਜੀ ਤੁਸੀਂ ਬਹੁਤ ਹੀ ਗੰਦੇ ਡਾਇਲੋਗ ਬੋਲਦੇ ਹੋ। ਮੈਂ ਕਿਹਾ ਦੱਸੋ ਕੀ ਬੋਲਦੇ ਹੋ? ਕਹਿੰਦੇ ਤੁਸੀਂ ਤਹਿਜ਼ੀਬ ਤੋਂ ਗੰਦੇ ਬੋਲਦੇ ਹੋ। ਮੈਂ ਫਿਰ ਚੁੱਪ ਕਰ ਗਿਆ। ਕਹਿੰਦੇ ਮੇਰੇ ਖਿਆਲ ਵਿੱਚ ਤੁਸੀਂ ਬਹੁਤ ਹੀ ਗਲਤ ਬੋਲਦੇ ਹੋ। ਉਹਦੀ ਘਰ ਵਾਲੀ ਕਹਿੰਦੀ ਉਹਦਾ ਭੌਂਕਣ ਦੀ ਆਦਤ, ਤੁਸੀਂ ਮੇਰੇ ਨਾਲ ਫੋਟੋ ਖਿਚਾਓ ਜੀ। ਮੈਂ ਪੰਜਾਬ ਕਹਿੰਦੀ ਉਹਦਾ ਭੌਂਕਣ ਦੀ ਆਦਤ ਹੈ ਨਾ, ਉਹਦਾ ਮੇਰੇ ਨਾਲ ਫੋਟੋ ਖਿਚਾਓ। ਪਰ ਉਹਦੇ ਬਾਅਦ ਨਾਲ ਖੜਨਾ ਕਹਿੰਦੀ ਤੂੰ ਨਾਲ ਨਹੀਂ ਖੜਨਾ, ਮੈਂ ਕੱਲ੍ਹ ਲਿਖ ਜਾਊਂਗੀ ਇਹਨਾਂ ਨੂੰ। ਬੀਬੀ ਤੂੰ ਪੁੱਛਾ ਲਾ, ਬੀਬੀ ਆਪਾਂ ਤਾਂ ਭੈਣ ਕਹਿਣਾ ਇਹਦੇ, ਆਪਾਂ ਇੱਥੇ ਸਾਰੀਆਂ ਕੁੜੀਆਂ ਮੇਰੀਆਂ ਭੈਣਾਂ ਧੀਆਂ। ਮੈਂ ਕਿਸੇ ਕੁੜੀ ਨੂੰ ਅੱਜ ਤੱਕ ਤੁਸੀਂ ਐਂ ਦੱਸੋ ਵੀ ਮੈਂ ਇੰਨੇ ਵਾਰੀ ਇੱਥੇ ਆਇਆ ਪੰਜਾਬ ਛੁੱਟੀ ਕਰ, ਮੈਂ ਕਿਸੇ ਕੁੜੀ ਨੂੰ ਮਾਹੌਲ ਵੀ ਕੀਤਾ ਹੋਵੇ, ਮੈਨੂੰ ਕੋਈ ਆਦਮੀ ਕਹਿੰਦੇ ਵੀ ਮੇਰੀ ਕੁੜੀ ਨੂੰ ਮਾਹੌਲ ਕੀਤਾ? ਮਤਲਬ ਇਹ ਤੁਹਾਨੂੰ ਮੈਨੂੰ ਧੀਆਂ ਲੱਗਦੀਆਂ ਮੇਰੀਆਂ, ਕਿੰਨੀਆਂ ਕੁੜੀਆਂ ਆਉਂਦੀਆਂ। ਵਾਹੀ ਵਾਹ। ਸੋ ਇਹਦੇ ਵਿੱਚ ਇਹ ਕਿ ਜੋ ਕਿ ਓਬਜੈਕਸ਼ਨ ਲੋਕ ਕਰਦੇ ਸੀ, ਕਿਉਂਕਿ ਅੱਜ ਅੱਜ ਕੱਲ੍ਹ ਤੁਸੀਂ ਮੈਂ ਨਹੀਂ ਮੈਂ ਮੈਂ ਇੱਕ ਇੱਕ ਡਾਇਲੋਗ ਸੀ, ਇੱਕ ਫਿਲਮ ਸੀ ਉਹਦੀ ਆਸਰਾ ਪਿਆਰ ਦਾ, ਉਹਦੇ ਮੈਨੂੰ ਦੋ ਤਿੰਨ ਡਾਇਲੋਗ ਗਲਤ ਬੁਲਵਾਏ, ਮੈਂ ਮੰਨਦਾ। ਹਾਂਜੀ, ਇੱਕ ਫਿਲਮ ਐਸੀ ਸੀ ਜਿਹਦੇ ਵਿੱਚ ਮੈਨੂੰ 10 ਸਾਲਾਂ ਬਾਅਦ ਸਮਝ ਆਇਆ ਵੀ ਇਹਦਾ ਮਤਲਬ ਕੀ ਹੈ। ਅੱਛਾ ਜੀ। ਹਾਂ, 10 ਸਾਲਾਂ ਬਾਅਦ ਮੈਨੂੰ ਬੜਾ ਸਮਝ ਨਹੀਂ ਆਇਆ। ਹਾਂਜੀ, ਅਤੇ ਉਹ ਤੁਹਾਨੂੰ ਮੈਂ ਤਾਂ ਦੱਸਦਾ ਵੀ ਜਿਹੜੀ ਫਿਲਮ ਸੀ ਆਸਰਾ ਪਿਆਰ ਦਾ, ਉਹ ਤਾਂ ਹੁਣ ਉਹ ਤਾਂ ਗਲਤ ਗਲਤ ਕਰਤੀ ਸੀ ਉਹਨੇ, ਵੀ ਕਦੇ ਦੀ ਆਈ ਮੈਨੂੰ ਪਸੰਦ ਨਹੀਂ ਸੀ, ਤੁਹਾਨੂੰ ਪਸੰਦ ਨਹੀਂ ਆਇਆ, ਪਰ ਮੈਨੂੰ ਬੋਲਣਾ ਪਿਆ। ਰਾਈਟ। ਹਾਂ, ਫਰੈਂਕਲੀ ਸਪੀਕਿੰਗ, ਇੱਕ ਸੀ ਆਪਣਾ ਆਪਣਾ ਉਹਦੀ ਹਰਪਾਲ ਬਣਾਈ ਪਹਿਲੀ ਫਿਲਮ, ਹਾਂਜੀ, ਉਹ ਨਾ ਕੀ ਸੋਚਦਾ, ਹਾਂ ਲੌਂਗਦਾ ਲਸ਼ਕਰ, ਉਹਦੇ ਵਿੱਚ ਮੈਂ ਨੀਚੇ ਖੜਾ ਅਤੇ ਕੁੜੀ ਉੱਚੇ ਖੜੀ ਹੈ, ਉਹ ਵੀ ਨੌਕਰਨੀ ਹੈ, ਹਾਂਜੀ, ਜਿਹਦੇ ਨਾਲ ਰਾਜ ਵਿਆਹ, ਹਾਂਜੀ ਹਾਂਜੀ, ਮੈਰਿਜ ਕਰਦਾ, ਅਤੇ ਉਹ ਮੈਨੂੰ ਕਹਿੰਦੀ ਵੀ ਮੇਰੀ ਗੱਲ ਸੁਣ, ਹਾਂਜੀ, ਅਤੇ ਮੈਂ ਉਹਨੂੰ ਕਹਿੰਦਾ ਵੀ ਤੂੰ ਨੀਚੇ ਆਏਂਗੀ ਮੈਂ ਉੱਤੇ ਆਵਾਂ, ਹਾਂਜੀ, ਵੀ ਮੈਂ ਤੂੰ ਨੀਚੇ ਆਏਂਗੀ ਮੈਂ ਉੱਤੇ ਆਵਾਂ, ਹਾਂਜੀ, ਉਹ ਕਹਿੰਦੀ ਬਵਾਦ ਨਾ ਕਰ, ਅਤੇ ਇਹਦੇ ਬਾਅਦ ਜੀ ਉਹ ਮੈਨੂੰ ਗੱਲ ਦੱਸਣ ਲੱਗ ਗਈ। ਪਹਿਲਾਂ ਤਾਂ ਮੈਨੂੰ ਇਹ ਬੁਰਾ ਲੱਗੇ ਵੀ ਉਹਨੇ ਇਹ ਉਹ ਡਾਇਰੈਕਟਰ ਇਹ ਕਿਉਂ ਕਹਾ ਵੀ ਬਕਵਾਸ ਨਾ ਕਰ, ਮੈਨੂੰ ਸਮਝ ਨਹੀਂ ਆਇਆ, ਹਾਂਜੀ, ਵੀ ਬਕਵਾਸ ਨਾ ਕਰ ਕੀ ਖਾਸ ਗੱਲ ਸੀ, ਹਾਂਜੀ, ਕਿਉਂ ਕੀ ਗੱਲ ਆ, ਉਹ ਉਸ ਵੇਲੇ ਸਮਝ ਨਹੀਂ ਆਈ ਗੱਲ ਦੀ, ਮੈਨੂੰ ਸਮਝ ਨਹੀਂ ਆਈ ਜੀ, ਹਾਂਜੀ, ਜਦੋਂ ਮੈਂ ਲੋਕ ਕਹਿੰਦੇ ਰਹੇ ਕਹਿੰਦੇ, ਫਿਰ ਮੈਨੂੰ ਸਮਝ ਆਈ ਸਾਲੇ ਵੇ ਤਾਂ ਉਹ ਲੋਕ ਸਮਝ ਜਾਂਦੇ ਕਿਹਾ ਗਿਆ, ਦੇਖੋ ਜੀ ਕੀ ਕਿਹਾ, ਹੁਣ ਇਹੋ ਜਿਹਾ ਮਤਲਬ ਸਮਝੀ ਆਉਂਗੇ ਤਾਂ ਮੈਂ ਕਹਿੰਦਾ ਕਿੱਲ ਕੱਢਦੇ ਸਮਾਲੇ ਗੱਡੀ ਅਤੇ ਫਿਰ ਜੋ ਮਰਜ਼ੀ ਮਤਲਬ ਕੱਢੀ ਜਾਵੇ, ਹਾਂਜੀ ਹਾਂਜੀ, ਐਂ ਤਾਂ ਗੱਲ ਕੋਈ ਨਹੀਂ ਬਣਦੀ, ਪਰ ਮੈਂ ਕਹਿੰਦੇ ਕੋਈ ਆਦਮੀ ਗਲਤ ਲਫ਼ਜ਼ ਬੋਲ ਕੇ, ਮੈਂ ਸਾਰੇ ਮਤਲਬ ਕਿ ਜਿਹੜੇ ਇੰਗਲੈਂਡ ਦੇ ਭਰਾ ਹੈ ਅਤੇ ਹੋਰ ਭਰਾ ਦੇਖ ਰਹੇ ਹੈ,
ਕੋਈ ਆਦਮੀ ਨੰਬਰ 2 ਦੇ ਡਾਇਲੋਗ ਬੋਲ ਕੇ ਗਲਤ ਬੋਲ ਕੇ ਲੋਕਾਂ ਨੂੰ ਹਸਾ ਨਹੀਂ ਸਕਦਾ ਨਾ। ਅਸੀਂ ਤਾਂ ਹਸਾਵਾਂਗੇ ਜੇ ਉੱਤੋਂ ਹੋ ਰਿਹਾ, ਸਾਨੂੰ ਸੁਣਾਉਣ ਵਿੱਚ ਹੋ ਰਿਹਾ, ਅੰਦਰੋਂ ਅਸੀਂ ਪਿਆਰ ਕਰਦੇ ਹਾਂ ਧੀਆਂ ਨਾਲ, ਪੈਰਾਂ ਨਾਲ। ਔਰ ਮੈਂ ਜਿੱਦੇ ਵੀ ਲੰਡਨ 'ਚ ਗਿਆ ਅੱਜ ਤੱਕ, ਮੈਨੂੰ ਕੋਈ ਕੁੜੀ ਕਹਿ ਦਿਆ ਕਿ ਮੈਨੂੰ ਕਿੰਨੀਆਂ ਕੁੜੀਆਂ ਮੇਰੇ ਕੋਲ ਬੈਠੀਆਂ ਰਹਿੰਦੀਆਂ, ਭਾਈ ਮੇਰੀ ਲੜਕੀ ਜਿਹੜਾ ਗੱਲਾਂ ਕਰਨ ਜਾਂਦੀਆਂ, ਨਾ ਮੇਰੀ ਭੈਣ ਹੈ ਭਾਈ, ਮੈਨੂੰ ਕੀ ਫਰਕ ਪੈਂਦਾ, ਮੇਰੀਆਂ ਆਦੀਆਂ ਧੀਆਂ ਚਾਰ। ਇਸ ਵਾਰ ਸੋਚਿਆ ਜੀ ਪਰਜਾਪ ਸਿੰਘ ਜੀ ਬਿਲਕੁਲ ਮਿੱਤਲ ਸਾਹਿਬ, ਅੱਜ ਕੱਲ੍ਹ ਜੋ ਫਿਲਮਾਂ ਬਣਦੀਆਂ ਤੁਸੀਂ ਸ਼ਾਇਦ ਵੀ ਦੇਖਦੇ ਹੋਗੇ, ਅਸੀਂ ਵੀ ਦੇਖਦੇ ਹਾਂ, ਉਹਨਾਂ ਵਿੱਚ ਕਮੇਡੀਅਨ ਵੀ ਅੱਛੇ ਆ, ਜਿਸ ਤਰ੍ਹਾਂ ਘੁੱਗੀ ਸਾਹਿਬ ਹੋ ਗਏ, ਭਗਵੰਤ ਮਾਨ ਜੀ ਹੋ ਗਏ, ਪੋਟੂ ਸ਼ਾਹ ਹੋਣੀ ਹੋ ਗਏ, ਪਰ ਉਹਦੇ 'ਚ ਜੋ ਗੀਤ ਗਾਏ ਗਏ ਉਹ ਲੋਕ ਕਾਫੀ ਓਬਜੈਕਟ ਕਰਦੇ, ਕਿਉਂਕਿ ਗੀਤਾਂ ਦੇ ਲਵ 'ਚ ਕੁਛ ਕਾਫੀ ਅਸ਼ਲੀਲ ਹੋ ਗਏ, ਜਿਸ ਤਰ੍ਹਾਂ ਲੱਕ 28 ਹੋ ਗਿਆ ਜਾਂ ਇਸ ਤਰ੍ਹਾਂ ਹੋ ਗਏ, ਉਹਦੇ ਬਾਰੇ ਤੁਹਾਡਾ ਕੀ ਵਿਚਾਰ, ਕਿ ਫਿਲਮਾਂ ਦੇ ਵਿੱਚ ਜੋ ਗਾਣੇ ਆ ਉਹ ਕਿਸ ਤਰ੍ਹਾਂ ਜਾ ਰਿਹਾ ਇਸ ਵੇਲੇ? ਮੈਂ ਗਾਣੇ ਐਕਚੁਅਲੀ ਫਿਲਮਾਂ ਦੇ ਗਾਣੇ ਬੜੇ ਸੁਣੇ ਨਹੀਂ, ਹਾਂਜੀ, ਅਤੇ ਇਸ ਵਾਸਤੇ ਇਹਨਾਂ ਬਾਰੇ ਮੈਂ ਕਮੈਂਟ ਨਹੀਂ ਕਰ ਸਕਦਾ, ਅਤੇ ਵੀ ਹੋ ਸਕਦਾ ਅੱਧੇ ਇਤਰਾਜ਼ ਲੋਕਾਂ ਨੂੰ ਹੋਣ, ਅੱਧੇ ਇਤਰਾਜ਼ ਉਹਨਾਂ ਨੂੰ ਹੋਣ, ਔਰ ਜੇ ਲੈਂਗੁਏਜ ਉਹ ਸਮਟਾਈਮ ਖੁੱਲ੍ਹੀ ਬੋਲ ਦਿੰਦੇ ਹੋ, ਜਿਹੜੇ ਆ ਹੁੰਦਾ ਨਾ ਆਪਣਾ ਲਾਫਟਰ 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 ਇਹਨੇ ਤਾਂ ਬੋਲ ਦਿੰਦੇ ਆ, ਪਰ ਗਾਣੇ ਤਾਂ ਮੈਨੂੰ ਪਤਾ ਨਹੀਂ, ਮੈਨੇਜਮੈਂਟ ਨਾਲੇਜ ਹਰਜਾਪ ਸਿੰਘ ਜੀ, ਮੈਂ ਤੈਨੂੰ ਗਲਤ ਗੱਲ ਦੱਸਾਂ ਜੀ। ਹਾਂ, ਤੁਸੀਂ ਮੈਨੂੰ ਇਹ ਦੱਸੋ ਕਿ ਪੰਜਾਬ ਦੀ ਫਿਲਮ ਇੰਡਸਟਰੀ ਜਿਹੜੀ ਆ ਤਾਂ ਬੰਬੇ ਦੀ ਫਿਲਮ ਇੰਡਸਟਰੀ, ਕਿਉਂਕਿ ਤੁਸੀਂ ਹਿੰਦੀ ਫਿਲਮਾਂ ਵਿੱਚ ਵੀ ਐਕਟਿੰਗ ਕੀਤੀ, ਮੈਨੂੰ ਤਾਂ ਬਹੁਤ ਟਾਈਮ ਮੰਗਦੇ ਸੀ, ਪਰ ਮੇਰੇ ਕੋਲ ਟਾਈਮ ਨਹੀਂ ਮਿਲਦਾ ਸੀ ਪਰਮਾਤਮਾ ਨੇ, ਮੇਰਾ ਖਿਆਲ ਪ੍ਰਤਿਗਿਆ ਫਿਲਮ ਵਿੱਚ ਵੀ ਤੁਸੀਂ, ਹਾਂਜੀ ਹਾਂਜੀ, ਉਹਦੇ ਵਿੱਚ ਤੁਹਾਨੂੰ ਕੀ ਫਰਕ ਲੱਗਾ ਜੋ ਤੁਸੀਂ ਪੰਜਾਬੀ ਫਿਲਮ 'ਚ ਜਾਂ ਤੁਸੀਂ ਹਿੰਦੀ ਫਿਲਮ 'ਚ, ਕਿਉਂਕਿ ਪ੍ਰੋਫੈਸ਼ਨਲਿਜ਼ਮ ਵਿੱਚ ਫਰਕ ਸੀ, ਐਕਟਰਾਂ 'ਚ ਫਰਕ ਸੀ? ਸੁਣ ਮੈਂ ਰੀਅਲ ਦੱਸਾਂ, ਹਾਂਜੀ, ਪਹਿਲੀ ਗੱਲ ਤਾਂ ਇਹ ਵੀ ਜਿਹੜੇ ਮੈਂ ਐਕਟਰ ਸੀ ਨਾ, ਹਾਂਜੀ, ਮੈਂ ਤੁਹਾਨੂੰ ਇਹ ਗੱਲ ਪਰਮਾਤਮਾ ਡਰ, ਹਿੰਦੀ 'ਚ ਆਮ ਆਦਮੀ ਐਕਟਿੰਗ ਕਰ ਸਕਦਾ, ਰਾਈਟ, ਇਹ ਆਮ ਬੰਦੇ ਦੇ ਬਸ ਦਾ ਰੋ ਨਾ, ਮੈਂ ਕਰ ਹੀ ਨਹੀਂ ਸਕਦਾ, ਮੇਰਾ ਕੀਤੀ ਗੱਲ, ਉਹਨਾਂ ਨੂੰ ਭੁੱਲ ਜਾਂਦੇ ਸੀ, ਅਸੀਂ ਭੁੱਲ ਕੇ ਜਾਂਦੇ, ਤੁਸੀਂ ਐਡੇ ਵੱਡੇ ਐਕਟਰ ਹੋ, ਓਡੇ ਵੱਡੇ ਮੈਂ ਤੁਸੀਂ ਐਕਟਰ ਹੋ, ਤੁਸੀਂ ਕੋਲੋਂ ਸਾਨੂੰ ਮੈਂ ਸਮਝਾਈ ਜਾਂਦਾ ਗੱਲ, ਪਰ ਕਿਉਂਕਿ ਸਾਡੀ ਫਿਲਮ ਇੰਡਸਟਰੀ ਛੋਟੀ ਹੈ, ਸਾਡਾ ਘਰ ਛੋਟਾ ਹੈ, ਸਾਡੀ ਬੱਚਤ ਛੋਟੀ ਹੈ, ਸਾਨੂੰ ਪੈਸੇ ਥੋੜ੍ਹੇ ਮਿਲਣੇ ਆ, ਅਸੀਂ ਉਹਨਾਂ ਦਾ ਗੁਜ਼ਾਰਾ ਕਰਨਾ ਹੈ ਕਿ ਨਹੀਂ ਜੀ, ਅਤੇ ਉਹ ਵੱਡਾ ਸਰਕਲ ਹੀ ਵੱਡਾ, ਜੇ ਪੰਜਾਬੀ ਸਰਕਲ ਐਡਾ ਵੱਡਾ ਹੁੰਦਾ ਮੈਂ 20 ਕਰੋੜ ਰੁਪਏ ਲੈਂਦਾ ਹੁੰਦਾ, ਉਹ ਘੱਟ ਪੈਸੇ ਲੈਂਦੇ ਹੁੰਦੇ, ਫਿਰ ਲੋਕਾਂ ਨੇ ਮੇਰਾ ਰੋਲ ਵੀ ਵਧਾਉਣਾ ਸੀ, ਹੁਣ ਤਾਂ ਪੰਜਾਬੀ ਪ੍ਰੋਡਿਊਸਰਾਂ ਨੇ ਕਈ ਜਣਾ ਕਹਿੰਦੇ ਮਿੱਤਰ ਨੂੰ ਪਾ ਲਓ ਭਾਈ ਫਿਲਮ ਨਹੀਂ ਵਿਕਦੀ, ਉਹਨਾਂ ਨੂੰ ਤਾਂ ਰੋਲ ਪਾਉਣਾ ਹੀ ਨਹੀਂ ਆਇਆ, ਮੈਨੂੰ ਲੈਣਾ ਪੈਂਦਾ ਸੀ ਆਪਦਾ ਰੋਲ, ਕਈ ਵਾਰੀ ਹਮੇਸ਼ਾ ਤਕਰੀਬਨ ਮੈਂ ਹੀ ਲਿਖਿਆ ਰੋਲ ਆਪਦਾ, ਮਤਲਬ ਜਿੰਨਾ ਕੁ ਵੀ ਉਹ ਇੱਦਾਂ ਨਹੀਂ ਸੀ ਕਿ ਤੁਹਾਨੂੰ ਆਹ ਦੇ ਦਿੱਤੀ ਸਕ੍ਰਿਪਟ ਕਿ ਤੁਸੀਂ ਡਾਇਲੋਗ ਜੀ ਆਪ ਬੋਲੋ ਆਹ ਕੰਮ ਕਰਕੇ ਜਾਣਾ, ਤੁਹਾਨੂੰ ਬੇਸਿਕਲੀ ਦੱਸ ਦਿੰਦੇ ਸੀ ਕਿ ਰੋਲ ਇਹ ਕਰਨਾ ਅਤੇ ਬਾਕੀ ਕੰਮ ਤੁਹਾਨੂੰ ਹੀ ਕਰਨਾ? ਨਹੀਂ, ਉਹਦੇ ਡਾਇਲੋਗ ਲਿਖੇ ਹੁੰਦੇ ਸੀ, ਮੈਂ ਉਹ ਗੱਲ ਐਂ ਬਣਦੀ ਹੈ ਨਾ, ਉਹਨੇ ਡਾਇਲੋਗ ਨੂੰ ਕੱਟ ਕੇ ਮੈਂ ਡਾਇਲੋਗ ਲਿਖ ਸਕਦਾ, ਠੀਕ ਹੈ ਠੀਕ ਹੈ, ਜੇ ਉਹ ਮੈਨੂੰ ਦੱਸ ਦੇ ਮੈਨੂੰ ਮੈਟਰ ਸਮਝ ਆ ਜਾਊਗਾ, ਹਾਂਜੀ, ਫਿਰ ਤੁਸੀਂ ਸਮਝ ਗਏ ਕਿ ਸੀਨ ਇੱਦਾਂ ਮੈਟਰ ਹੈ, ਫਿਰ ਮੈਂ ਕੱਟੂਗਾ, ਬੈਟਰ ਜੇ ਮੈਂ ਆਪਣੇ ਆਪ ਲਿਖਾ, ਫਿਰ ਮੈਨੂੰ ਹੋ ਸਕਦਾ ਵੀ ਉਹਨਾਂ ਦੇ ਹਿਸਾਬ ਨਾਲ ਨਾ ਠੀਕ ਲਿਖਿਆ, ਉਹ ਮੈਨੂੰ ਕਹਿੰਦੇ ਅੱਡ ਡਾਇਲੋਗ, ਫਿਰ ਮੈਂ ਸਾਰਾ ਕੱਟਣ ਦਾ ਕੱਟ ਕੇ ਮੈਂ ਹੁਣ ਲਿਖੋ ਮੇਰਾ ਸੀ। ਇੱਕ ਤੁਹਾਡੀ ਫਿਲਮ ਜੋ ਕਿ ਮੈਂ ਬਹੁਤ ਵਾਰੀ ਦੇਖੀ ਆ, ਸਾਡੇ ਘਰ 'ਚ ਬਹੁਤ ਚੱਲੀ ਸੀ, ਉਹ ਰੀਅਲੀ ਘਸਾਤੀ ਅਸੀਂ ਦੇਖ ਦੇਖ ਕੇ, ਉਹ ਸੀ ਵਲੈਤੀ ਬਾਬੂ। ਅੱਛਾ, ਉਹਦੇ ਵਿੱਚ ਇੱਕ ਤਾਂ ਤੁਸੀਂ ਵਲੈਤ ਰਿਲੇਟਡ ਸੀਗਾ ਅਤੇ ਅਸੀਂ ਇੰਗਲੈਂਡ ਵਾਲਿਆਂ ਨੇ ਬਹੁਤ ਪਸੰਦ ਕੀਤੀ, ਦੂਜੀ 'ਚ ਉਹਦੇ ਤੁਸੀਂ ਪਹਿਲੀ ਵਾਰੀ ਮੈਂ ਖਿਆਲ ਪੰਜਾਬੀ ਫਿਲਮ 'ਚ ਦੇਖਿਆ ਕਿ ਬੜੇ ਇਸ ਵੇਲੇ ਦੇ ਸਟਾਰ ਐਕਟਰ ਜੋ ਅਮਿਤਾਭ ਬੱਚਨ, ਤਰੀਨਾ ਰੋਏ, ਉਹਨਾਂ ਨੂੰ ਵੀ ਤੁਸੀਂ ਖਿੱਚ ਲਿਆ ਫਿਲਮ 'ਚ ਕਰਨ ਲਈ, ਉਹਨਾਂ ਨੂੰ ਵੀ ਖਿੱਚ ਲਿਆ, ਅਤੇ ਬਾਕੀ ਜੋ ਐਕਟਿੰਗ ਸੀਗੀ ਜੋ ਤੁਹਾਡੇ ਬਹੁਤ ਇੱਕ ਫੇਮਸ ਡਾਇਲੋਗ ਹੋਇਆ, ਲੈਂਡ ਆਫ ਦਾ ਗੋਲਡਨ, ਉਹ ਬੜਾ ਮਸ਼ਹੂਰ ਹੋਇਆ, ਇੱਕ ਸ਼ੈਂਟੀ ਫਲੈਟ ਤੁਹਾਡਾ ਲਫ਼ਜ਼ ਅਜੇ ਤੱਕ ਵੀ ਅਸੀਂ ਪੰਜਾਬੀ 'ਚ ਵਰਤਿਆ ਜਾਂਦਾ, ਯਾਨੀ ਇੱਕ ਇੱਦਾਂ ਦਾ ਲਫ਼ਜ਼ ਬਣਿਆ, ਉਸ ਫਿਲਮ ਬਾਰੇ ਕੁਛ ਦੱਸੋ ਕਿ ਉਸ ਫਿਲਮ ਬਾਰੇ। ਫਿਲਮ ਠੀਕ ਵਧੀਆ ਸੀ, ਬਹੁਤ ਵਧੀਆ ਸੀ, ਪਰ ਉਹ ਫਿਲਮ ਦਾ ਚੱਲਣ ਦਾ ਥੋੜ੍ਹਾ ਜਿਹਾ ਕਾਰਨ ਆ ਰਿਹਾ ਵੀ ਪਹਿਲੇ ਦਿਨ ਪ੍ਰਿੰਟ ਨਹੀਂ ਆਈ ਸੀ ਇੱਥੇ। ਅੱਛਾ ਜੀ, ਮਿੱਤਲ ਸਾਹਿਬ, ਉਹ ਮੈਂ ਜੋ ਫਿਲਮ ਵਲੈਤੀ ਬਾਬੂ ਸੀ, ਤੁਹਾਡੀ ਆਪਣੀ ਘਰ ਦੀ ਫਿਲਮ? ਆਪਣੀ, ਹਾਂਜੀ। ਤਾਂ ਤੁਸੀਂ ਕਿੰਨੀਆਂ ਫਿਲਮਾਂ ਬਣਾਈਆਂ? ਮੈਂ 4 ਫਿਲਮਾਂ ਬਣਾਈਆਂ ਜੀ, ਜੀ ਤਾਂ ਪਹਿਲੀ ਫਿਲਮ ਸੀ ਮਾਂ ਦਾ ਲਾਡਲਾ, ਹਾਂਜੀ, ਫਿਰ ਜੈ ਮਾਤਾ ਸ਼ੇਰਾਂ ਵਾਲੀ, ਹਾਂਜੀ, ਫਿਰ ਵਲੈਤੀ ਬਾਬੂ, ਹਾਂਜੀ, ਫਿਰ ਅੰਬੇ ਮਾਜੀ ਦੰਬੇ ਮਾਂ। ਹਾਂਜੀ, ਤੁਸੀਂ ਜੋ ਵਲੈਤੀ ਬਾਬੂ ਬਣਾਈ ਆ ਉਹਦੇ 'ਚ ਤੁਸੀਂ ਅਮਿਤਾਭ ਬੱਚਨ ਤਾਂ ਰੀਨਾ ਰੋਏ ਨੂੰ ਕਿਸ ਤਰ੍ਹਾਂ ਖਿੱਚ ਕੇ ਲਿਆ? ਦੇਖੋ ਜੀ, ਜਿਹੜੇ ਵੱਡੇ ਆਰਟਿਸਟ ਹੈ ਨਾ, ਹਾਂਜੀ, ਦੇਖੋ ਇੱਕ ਆਦਮੀ ਮੈਂ ਦਿੱਲੀ ਗਿਆ, ਹਾਂਜੀ, ਇੱਕ ਆਦਮੀ ਮੈਰਿਜ 'ਤੇ ਪ੍ਰੈਜ਼ੀਡੈਂਟ ਆਫ ਇੰਡੀਆ ਲਿਆ, ਅੱਛਾ, ਜੈਲਸੀ ਨੂੰ ਲਿਆ ਮੈਰਿਜ 'ਤੇ। ਅੱਛਾ ਜੀ, ਹਾਂ, ਮੈਂ ਮੈਰਿਜ ਗਿਆ ਸੀ, ਹਾਂਜੀ ਹਾਂਜੀ, ਤਾਂ ਹਰਜਾਪ ਸਿੰਘ ਪਬਲਿਕ ਸੁਣ ਰਹੀ ਆਪਣੇ ਭਰਾ ਹੈ, ਬਿਲਕੁਲ, ਉਹ ਜੀ ਮੈਂ ਕਿਹਾ ਤੂੰ ਪ੍ਰੈਜ਼ੀਡੈਂਟ ਨੂੰ ਕਿਵੇਂ ਲਿਆ? ਹਾਂ, ਕਹਿੰਦੇ ਮਿੱਤਲ ਇਹ ਪ੍ਰੈਜ਼ੀਡੈਂਟ ਤੋਂ ਮੈਂ ਜਾਣਦਾ ਵੀ ਨਹੀਂ ਸਮਾਰ ਕੇ, ਮੈਂ ਕਿਉਂ ਲਿਆ ਕਿਵੇਂ? ਕਹਿੰਦੇ ਇਹਦੇ ਡਾਕਟਰ ਸੀ ਨਾ, ਮੈਂ ਜਾ ਕੇ ਉਹਨੂੰ 50,000 ਰੁਪਏ ਉਠਾ ਦਿੱਤਾ ਡਾਕਟਰ ਨੂੰ, ਅਤੇ ਕਹਿੰਦਾ ਵੀ ਤੈਨੂੰ ਹੋਰ ਜਿੰਨੇ ਮਰਜ਼ੀ ਪੈਸੇ ਦੇਊਂਗਾ, ਵੀ ਤੂੰ ਕਹਿ ਵੀ ਉਹ ਡਾਕਟਰ ਸਾਹਿਬ ਤਾਂ ਡਾਕਟਰ ਸਾਹਿਬ। ਅੱਛਾ ਜੀ,
ਅੱਛਾ ਜੀ ਹਾਂ ਜੀ ਇੱਕ ਕੰਮ ਸੀ ਮਾੜਾ ਜਿਹਾ ਜੀ ਕਹਿੰਦੇ ਦੱਸੋ ਭਾਈ ਕੀ ਕੰਮ ਮੈਂ ਤੁਸੀਂ ਸਿਹਤ ਠੀਕ ਚੱਲ ਰਹੀ ਹੈ ਮੈਂ ਦੇਖ ਲਿਆ ਅਤੇ ਤੁਸੀਂ ਹੋ ਵੀ ਠੀਕ ਹੋ ਮੈਂ ਪਰਸੋਂ ਤੁਹਾਡੀ ਦਵਾਈ ਦਿੱਤੀ ਤੁਸੀਂ ਤਾਜ਼ੇ ਲੱਗਦੇ ਹੋ ਆਪਣੇ ਕਹਿੰਦੇ ਕਿ ਮੈਰਿਜ ਸੀ ਅਤੇ ਜੇ ਕਹੋ ਤਾਂ ਚੱਲੇ ਹੋ ਇਹ ਕਿੱਥੇ ਜੀ ਕਹਿੰਦੇ ਇੱਥੇ ਆਪਣੇ ਦਿੱਲੀ ਹੈ ਜੀ ਵੱਡੇ ਹੋਟਲ ਕਹਿੰਦਾ ਚਲੋ ਉਹ ਆ ਗਿਆ ਅੱਛਾ ਆਪਣੇ ਚੱਲਦੇ ਹਾਂ ਐਵੇਂ ਜੇ ਕਰਨਾ ਮੈਂ ਇਹਦੇ ਇਹੋ ਜਿਹੇ ਬੰਦੇ ਨੂੰ ਫਸਾਇਆ ਜਿਹੜਾ ਬੰਦਾ ਇਹਨੂੰ ਕਹਿੰਦਾ ਮੈਂ ਤੇਰੀ ਮਦਦ ਕਰਨੀ ਹੈ ਤੁਸੀਂ ਕਿਹੜਾ ਲੱਭਿਆ ਫਿਰ ਡਾਕਟਰ ਲੱਭਿਆ ਕਿ ਪੰਡ ਤੋਂ ਲੱਭਿਆ ਮੈਂ ਹੋਰ ਲੱਭਿਆ ਭਾਜ ਸਿੱਧੀ ਗੱਲ ਵਾਹ ਜੀ ਵਾਹ ਫਿਰ ਇਹਦੇ ਵਿੱਚ ਕਿਉਂਕਿ ਉਸ ਹੱਦ ਉਸ ਵੇਲੇ ਤੱਕ ਧਰਮਿੰਦਰ ਜੀ ਨੇ ਤਾਂ ਬਹੁਤ ਪੰਜਾਬੀ ਫਿਲਮਾਂ ਕੀਤੀਆਂ ਸੀ ਦਾਰਾ ਸਿੰਘ ਨੇ ਜੀ ਅਤੇ ਸ਼ਤਰੂਘਨ ਸਿਨਹਾ ਜੀ ਵੀ ਇੱਕ ਅੱਧੀ ਫਿਲਮ 'ਚ ਆ ਚੁੱਕੇ ਸੀਗੇ ਅਤੇ ਪਰ ਅਮਿਤਾਭ ਬੱਚਨ ਨਹੀਂ ਆਏ ਸੀਗੇ ਹਾਲੇ ਕਿ ਉਹਦੀ ਮਦਰ ਉਹ ਸਿੱਖ ਬੈਕਗਰਾਉਂਡ ਤੋਂ ਮੇਰੇ ਖਿਆਲ ਉਹਨਾਂ ਦੇ ਮਦਰ ਵੀ ਸਿੱਖ ਪਰਿਵਾਰ ਤੋਂ ਹੈ ਪਰ ਉਹ ਆਪ ਤਾਂ ਨਹੀਂ ਸੀ ਹਾਂਜੀ ਹਾਂਜੀ ਪਰ ਉਹਦੇ ਵਿੱਚ ਹਾਂਜੀ ਉਹ ਆਏ ਨਹੀਂ ਸੀ ਅਤੇ ਉਹ ਫਿਰ ਹੁਣ ਰਾਜ਼ ਖੁੱਲ੍ਹਾ ਤੁਸੀਂ ਬੰਦਾ ਫੜਿਆ ਹਮੇਸ਼ਾ ਹੀ ਜਦੋਂ ਤੁਸੀਂ ਐਂ ਬੁਲਾਉਣਾ ਨਾ ਕਿਸੇ ਬੰਦੇ ਬੰਦੇ ਨੂੰ ਉਹਦੇ ਜਿਹੜੇ ਨੀਚੇ ਬੰਦੇ ਨਾ ਜਿਹੜਾ ਸਰਵਿਸ ਕਰਦਾ ਉਹਨੂੰ ਕਹਿੰਦੇ ਆਹ ਦੇਖੋ ਜੀ ਤੁਹਾਨੂੰ ਇੱਕ ਨੰਬਰ ਦੀ ਗੱਲ ਦੱਸ ਦਿੱਤੀ ਜੇ ਤੁਸੀਂ ਕਿਸੇ ਬੜੇ ਬੰਦੇ ਨੂੰ ਪਟਾਉਣਾ ਨਾ ਤਾਂ ਉਹਦੇ ਜਾਂ ਡਾਕਟਰ ਨੂੰ ਫੜੋ ਜਾਂ ਉਹਦੇ ਕੋਈ ਕਲੋਸ ਵਾਲੇ ਬੰਦੇ ਨੂੰ ਆਪਣੇ ਵਕੀਲ ਸਾਹਿਬ ਵੱਡੇ ਹਾਂ ਜੇ ਤਾਂ ਫੀਸ ਘੱਟ ਕਰਾਉਣੀ ਹੈ ਨਾ ਜਿਹੜੇ ਮੁਨਸ਼ੀ ਕਹਿੰਦੇ ਜਿਹੜੇ ਮੇਰੇ ਬੰਦੇ ਔਖੇ ਤੋਂ ਔਖੇ ਘੱਟ ਉਹਨੂੰ ਘੱਟ ਕਰ ਦੋ ਬਾਕੀ ਨੂੰ ਕਰਦਾ ਘੱਟ ਹਾਂ ਬਿਲਕੁਲ ਜਾਂ ਫਿਰ ਉਹ ਬੰਦੇ ਨੂੰ ਫੜੋ ਜਿਹਨਾਂ ਅਸੀਂ ਪੈਗ ਸ਼ੈਗ ਲਾਉਂਦੇ ਹਾਂ ਇਹਨਾਂ ਨੂੰ ਬਹਿੰਦੇ ਆ ਉਹ ਬੰਦੇ ਨੂੰ ਫੜੋ ਤਾਂ ਵੀਜ਼ੇ ਲੱਗਣੇ ਤਾਂ ਵੀਜ਼ੇ ਲੱਗਣੇ ਤੁਸੀਂ ਜਦੋਂ ਵਿਦੇਸ਼ ਗਏ ਆ ਹਾਂਜੀ ਕੈਨੇਡਾ ਹੋਇਆ ਅਮਰੀਕਾ ਹੋਇਆ ਯੂਕੇ ਹੋਇਆ ਉਹਦੇ ਬਾਰੇ ਤੁਸੀਂ ਸਾਨੂੰ ਦੱਸੋ ਕਿ ਉਹਦੇ ਸਾਨੂੰ ਕਿਸ ਤਰ੍ਹਾਂ ਦਾ ਰਿਸਪੌਂਸ ਮਿਲਿਆ ਕਿਹੜੀ ਚੀਜ਼ਾਂ ਵਧੀਆ ਲੱਗੀਆਂ ਕਿਹੜੀਆਂ ਨਹੀਂ ਨਹੀਂ ਜੀ ਉੱਥੇ ਤਾਂ ਐਕਚੁਅਲੀ ਸਾਡੀ ਮੇਰੀ ਪੌੜੀ ਤਾਂ ਉੱਥੇ ਵੱਸਦੀ ਹੈ ਅੱਛਾ ਜੀ ਸੁਣ ਮੈਂ ਤੈਨੂੰ ਦੱਸ ਇੱਥੋਂ ਨਾਲੋਂ ਵੀ ਅੱਛਾ ਜੀ ਕਿਉਂਕਿ ਉੱਥੇ ਨਾ ਤਾਂ ਅੰਗਰੇਜ਼ੀ ਭਾਸ਼ਾ ਸਮਝਦੇ ਗੱਲ ਹਾਂਜੀ ਅਤੇ ਹਿੰਦੀ ਹੈ ਨਹੀਂ ਹਾਂਜੀ ਉਹ ਤਾਂ ਪੰਜਾਬੀ ਬੋਲਦੇ ਵਾਹ ਇਸ ਵਾਸਤੇ ਜਿਹੜੀ ਮੇਰੀ ਗੱਲ ਹੈ ਨਾ ਉਹ ਤਾਂ ਉਹ ਗੱਲਾਂ ਹੀ ਸੁਣ ਕੇ ਹੋਰ ਆਈ ਹੈ ਜੀ ਉੱਥੋਂ ਹੁਣ ਵੀ ਪੰਜਾਬੀ ਆ ਲੋਕ ਜੇ ਉੱਥੇ ਮੈਂ ਇੰਗਲੈਂਡ ਵੀ ਚਲਾ ਜਾਵਾਂ ਨਾ ਅਤੇ ਜੇ ਮੈਂ ਗੱਲਾਂ ਹਾਸੀ ਦਾ ਦੱਸਣ ਲੱਗ ਜਾਵਾਂ ਹੁਣ ਤਾਂ ਆਪਾਂ ਅੱਜ ਤਾਂ ਕਰ ਹੀ ਰਹੇ ਹਾਸੀਆਂ ਗੱਲਾਂ ਤਾਂ ਲੋਕਾਂ ਨੂੰ ਇਹ ਲੱਗਣੀ ਵੀ ਨਵੀਆਂ ਗੱਲਾਂ ਦੱਸੀਆਂ ਨੇ ਭਾਈ ਅਸੀਂ ਕਿੱਥੇ ਬੈਠੇ ਹਾਂ ਜੇ ਇੱਥੇ ਬੈਠੇ ਬਹੁਤ ਦੂਰ ਇਸ ਵਾਸਤੇ ਲੋਕ ਹੱਸਣਗੇ ਇਸ ਵਾਸਤੇ ਪਬਲਿਕ ਦਾ ਉੱਥੇ ਮਤਲਬ ਬਹੁਤ ਰਿਸਪੋਂਸ ਪੈ ਰਿਹਾ ਕਿਸੇ ਨੇ ਪਬਲਿਕ ਦਾ ਜੀ ਮੇਰੇ ਨਾਲ ਉਹ ਘੱਟ ਵੀ ਕੋਈ ਬੰਦਾ ਚਲੇ ਜਾਵੇ ਨਾ ਟੈਲੈਂਟਡ ਜਿਹਨੂੰ ਉਹਨੂੰ ਵੀ ਬੜਾ ਸਰਵ ਕਰਦੇ ਆ ਉਹ ਤਾਂ ਕਰਦੇ ਆ ਵੀ ਨਹੀਂ ਬੰਦਾ ਨਵਾਂ ਆਇਆ ਇਹਨੂੰ ਹੋਟਲ ਆ ਕਰੋ ਵਾਹ ਵਾਹ ਤੁਹਾਡਾ ਨਹੀਂ ਕਦੇ ਮਨ ਕੀਤਾ ਕਿ ਅਸੀਂ ਬਾਹਰ ਵਸ ਜਾਈਏ ਕਿ ਅਸੀਂ ਬਾਹਰ ਜਿਸ ਤਰ੍ਹਾਂ ਸਾਰੇ ਪੰਜਾਬੀ ਬਾਹਰ ਆ ਕੇ ਮੇਰੇ ਸਹੁਰੇ ਬਾਹਰ ਹੈ ਅਮਰੀਕਾ 'ਚ ਅੱਛਾ ਜੀ ਮੇਰਾ ਕਾਰਡ ਆ ਗਿਆ ਸੀ ਅੱਛਾ ਜੀ ਪਰ ਜੀ ਮੈਂ ਨਹੀਂ ਲੱਗ ਰਿਹਾ ਸੀ ਪਤਾ ਵੀ ਮੈਂ 2 ਕੁ ਮਹੀਨੇ ਦਾ ਰਹੂੰਗਾ ਐਕਟਰ ਹਾਂ 2 ਕੁ ਮਹੀਨੇ ਰਹੂੰਗਾ ਐਡਵਾਈਜ਼ਰ ਲੋਕਾਂ ਦਾ ਹਾਂਜੀ ਅਤੇ 3 ਮਹੀਨੇ ਮੈਂ ਫੀਲਡਾਂ 'ਚ ਕੰਮ ਕਰਦਾ ਹੂੰ ਇੱਥੇ ਜੋ ਹਜੇ ਵੀ ਤੁਹਾਨੂੰ ਲੋਕ ਦੇਖਦੇ ਆ ਹਜੇ ਵੀ ਕਿਆ ਲੋਕਾਂ ਦਾ ਰਿਸਪੌਂਸ ਬਹੁਤ ਅੱਛਾ ਤੁਹਾਨੂੰ ਪੰਜਾਬ 'ਚ ਖਾਸ ਤੌਰ ਤੇ ਹਲੇ ਵੀ ਤੁਸੀਂ ਹੁਣ ਮੈਂ ਅੱਜ ਪਹਿਲੀ ਵਾਰੀ ਆਇਆ ਤੁਸੀਂ ਕਿਸੇ ਹੋਟਲ ਚਲੇ ਜਾਓ ਉਹ ਸਟਾਫ ਵੀ ਸਾਰਾ ਖੜਾ ਹੋ ਜਾਂਦਾ ਜੀ ਕਈ ਵਾਰੀ ਸਟਾਫ ਬਾਹਰ ਆ ਜਾਂਦਾ ਜੀ ਮਿੱਤਰਾਂ ਨੂੰ ਮਿਲਣ ਪਰ ਬਸ ਹੁਣ ਫਿਰ ਹਟ ਗਏ ਜੀ ਹੁਣ ਕੰਮ ਨਹੀਂ ਕਰਦੇ ਹੁਣ ਅੱਗੇ ਤੁਹਾਡਾ ਪਲਾਨਸ ਕੀ ਹੈ ਹੁਣ ਤੁਸੀਂ ਹਾਂਜੀ ਹਾਂਜੀ ਬਸ ਮੈਂ ਜੀ ਐਕਚੁਅਲੀ ਬ੍ਰਹਮਾ ਜਿਹੜੀ ਜਵਾ ਇਹ ਕੀਤਾ ਬ੍ਰਹਮਾ ਕੁਮਾਰੀ ਸੀ ਹਾਂਜੀ ਪ੍ਰਜਾਪਿਤਾ ਬ੍ਰਹਮਾ ਕੁਮਾਰੀ ਈਸ਼ਵਰੀ ਵਿਸ਼ਵ ਵਿਦਿਆਲਿਆ ਇਹ ਸਿੱਧਾ ਈਸ਼ਵਰ ਨਾਲ ਜੁੜੇ ਹੋਏ ਆ ਅਤੇ ਮੈਨੂੰ ਇਹਨਾਂ 'ਚ ਇੱਕ ਨਿਰਾਲੀ ਚੀਜ਼ ਨਜ਼ਰ ਆਈ ਹੈ ਐਕਚੁਅਲੀ ਜਿਹੜੀ ਕਿਸੇ 'ਚ ਹੋਰ ਹੈ ਨਹੀਂ ਵੀ ਟੈਲ ਅਸੀਂ ਇਹ ਦੱਸਦੇ ਹਾਂ ਵੀ ਭਗਵਾਨ ਕਿੱਥੇ ਹੈ ਕਦੋਂ ਇੱਥੇ ਆਉਂਦਾ ਕਿਵੇਂ ਤੁਸੀਂ ਗੱਲਾਂ ਕਰ ਰਹੀ ਹੈ ਉਹਦੇ ਨਾਲ ਔਰ ਸੁਣੋ ਮੈਂ ਤੁਹਾਨੂੰ ਇਹ ਗੱਲ ਦੱਸਾਂ ਸਾਰਿਆਂ ਸਾਹਮਣੇ ਕਿ ਵੀ ਮੈਂ ਇਹ ਗੱਲ ਜੇ ਮੈਂ ਇੰਨਾ ਸੱਚਾ ਹੈਗਾ ਮੈਂ ਗੱਲ ਗਲਤ ਨਹੀਂ ਕਹਿੰਦਾ ਵੀ ਮੈਂ ਭਗਵਾਨ ਨੂੰ ਮਿਲਿਆ ਈਸ਼ਵਰ ਨੂੰ ਜੋ ਹੈ ਨਿਰਾਕਾਰ ਹੈ ਏਕ ਓਮਕਾਰ ਹੈ ਆ ਅਜੂਮਾ ਉਹਨੂੰ ਮੈਂ ਮਿਲਿਆ ਹੋਇਆ ਤੁਸੀਂ ਅਕਸਰ ਇੰਟਰਵਿਊ 'ਚ ਮਿੱਤਲ ਜੀ ਇੰਟਰਵਿਊ 'ਚ ਤੁਸੀਂ ਕਾਫੀ ਰੱਬ ਦਾ ਵਾਹਿਗੁਰੂ ਦਾ ਮੈਂਸ਼ਨ ਕੀਤਾ ਹੈ ਹਾਂਜੀ ਤੁਹਾਡੇ ਨਾਲ ਕੁਛ ਇੰਸੀਡੈਂਟਸ ਹੋਏ ਕਿ ਵਾਹਿਗੁਰੂ ਜੀ ਨੇ ਤੁਹਾਡੀ ਮਦਦ ਕੀਤੀ ਕੁਛ ਸਾਨੂੰ ਇੱਦਾਂ ਦੇ ਹਾਦਸੇ ਦੱਸੋ ਜ਼ਿੰਦਗੀ 'ਚ ਜਿੱਥੇ ਤੁਸੀਂ ਸੋਚਦੇ ਹੋ ਕਿ ਹਾਂਜੀ ਇੱਥੇ ਵਾਕਈ ਵਾਹਿਗੁਰੂ ਜੀ ਨੇ ਤੁਹਾਡੀ ਮਦਦ ਕੀਤੀ ਹੋਵੇ ਪਹਿਲਾਂ ਤਾਂ ਇਹ ਹੈ ਕਿ ਐਕਚੁਅਲੀ ਵੀ ਮੈਂ ਤਾਂ ਹੁਣ ਮਰ ਜਾਂਦਾ ਮੈਂ 17 ਵਾਰੀ ਐਂ ਮਰ ਕੇ ਬਚਿਆ ਵੀ ਮੈਂ ਕਿਹਾ ਕੋਈ ਬੰਦਾ ਇੰਨੇ ਵਾਰੀ ਮਰ ਕੇ ਨਹੀਂ ਬਚਿਆ ਕਿਉਂਕਿ ਪਰਮਾਤਮਾ ਨੇ ਮੈਨੂੰ ਰੱਖਣਾ ਸੀ ਤੁਸੀਂ ਐਂ ਦੱਸੋ ਵੀ ਮੇਰਾ ਜੀ 1962 'ਚ ਇਲੈਕਸ਼ਨ ਆਪਰੇਸ਼ਨ ਹੋਇਆ ਬੈਕਬੋਨ ਦਾ ਡਬਲ ਅੱਛਾ ਜੀ ਡਬਲ
ਤੁਸੀਂ ਦੁਨੀਆ ਦੇ ਕਿਸੇ ਡਾਕਟਰ ਨੂੰ ਪੁੱਛ ਲਓ ਵੀ ਜਿਹਦਾ ਡਬਲ ਆਹ ਤਿੰਨ ਕੱਟੀਆਂ ਵੀ ਹੈ ਉਹ ਤੁਰਸਦ ਹੈ ਮਣ ਕੇ ਹਿੱਲੇ ਸੀ ਹਾਂ ਤਿੰਨੇ ਕੱਢਦੇ ਬਾਹਰ ਉਹਨਾਂ ਨੇ ਹਥੌੜੀਆਂ ਮਾਰ ਕੇ ਉਹਦੇ ਬਾਅਦ ਕੱਢਦੇ ਹੀ ਅੱਛਾ ਜੀ ਠੀਕ ਹੈ ਅਤੇ ਉਹਦੇ ਬਾਅਦ ਜੀ ਮੈਂ ਇੰਨੇ ਸਾਲ ਨੱਚਿਆ ਟੱਪਿਆ ਰੌਲਾ ਪਾਇਆ ਇਹ ਸਭ ਕਿਰਪਾ ਉਹਦੀ ਹੈ ਕਹਿੰਦੇ ਹੁੰਦੇ ਜੀ ਜਿਹੜੇ ਮਣ ਕੇ ਨਿਕਲ ਜਾਣ ਓਪਰੇਸ਼ਨ ਹੋ ਜਾਵੇ ਫਿਰ ਉਹ ਬੈਠਦੇ ਪਿਆ ਰਹਿੰਦੇ ਹਾਂ ਡਾਕਟਰ ਚਰਚ ਪਿਆ ਰਹਿੰਦੇ ਪੁੱਛੋ ਕਹਿੰਦੇ ਹੁੰਦੇ ਜੀ ਕਿ ਜਿਹਨਾਂ ਦੇ ਮਣਕਿਆਂ ਦੇ ਆਪਰੇਸ਼ਨ ਹੋਇਆ ਹੁੰਦਾ ਉਹ ਫਿਰ ਵੀਲ ਚੇਅਰ 'ਚ ਬਹਿ ਜਾਂਦੇ ਉਹ ਟੱਪ ਨਹੀਂ ਫਿਰ ਸਕਦੇ ਪਰ ਤੁਸੀਂ ਤਾਂ ਕਾਫੀ ਰਹੇ ਐਕਟਿਵ ਅਤੇ ਬਾਕੀ ਗੱਲ ਇਹ ਹੈ ਜੀ ਵੀ ਮੈਂ ਜਦੋਂ ਦਾ 2.5 ਸਾਲ ਦਾ ਸੀ ਨਾ ਸੁਣ ਮੈਂ ਦਿਲੋਂ ਗੱਲ ਦੱਸ ਹਾਂਜੀ ਮੈਂ ਜੇ ਮੈਨੂੰ ਕੋਈ 1 ਕਰੋੜ ਰੁਪਇਆ ਦੇ ਮੈਂ ਕਿਸੇ ਦਾ ਬੁਰਾ ਨਹੀਂ ਕਰ ਸਕਦਾ ਕਿਸੇ ਦਾ ਨੁਕਸਾਨ ਨਹੀਂ ਕਰ ਸਕਦਾ ਕਿਸੇ ਬਾਰੇ ਬੁਰਾ ਸੋਚ ਨਹੀਂ ਸਕਦਾ ਕਿਸੇ ਨੂੰ ਦੁੱਖ ਨਹੀਂ ਦੇ ਸਕਦਾ ਇਹ ਲਹਿਦਾ ਗੱਲ ਮੇਰੇ ਕੋਲ ਡੇਟ ਨਾ ਲਈ ਹੋਵੇ ਤੇ ਕਹਿੰਦੇ ਸ਼ੁਰੂ ਨਹੀਂ ਕਰਨੀ ਮੈਂ ਵੀ ਸ਼ੁਰੂ ਮੈਂ ਕਿਵੇਂ ਕਰੂੰ ਜਦੋਂ ਤੂੰ ਮੈਥੇ ਡੇਟ ਹੀ ਨਹੀਂ ਲਈ ਹਾਂਜੀ ਹਾਂਜੀ ਉਹ ਤਾਂ ਲਹਿਦਾ ਗੱਲ ਹੈ ਜੀ ਬਿਲਕੁਲ ਜੀ ਅਦਰਵਾਈਜ਼ ਮੈਂ ਪਹਿਲਾਂ ਬੈਠਾ ਹੁੰਦਾ ਸੀ ਲੋਕ ਕਹਿੰਦੇ ਸੀ ਤੂੰ ਤਾਂ ਐਕਟਰ ਯਾਰ ਤੈਨੂੰ ਤੂੰ ਤਾਂ ਜੇ ਘੰਟਾ ਲੇਟ ਆਵੇ ਤਾਂ ਜਾ ਸਤਾਰਾਂ ਅੰਗਰ ਆਓ ਤੁਸੀਂ ਮੈਂ ਸਤਾਰਾਂ ਮੰਗ ਲਿਆ ਮੈਂ ਸਤਾਰਾਂ ਮੰਗ ਆਇਆ ਹੀ ਨਹੀਂ ਕਦੇ ਵਾਹ ਕਦੇ ਵੀ ਨਹੀਂ ਆਇਆ ਮੈਂ ਆਈ ਉਹੀ ਆਈ ਕੱਪੜੇ ਪਾਏ ਹੁੰਦੇ ਸੀ ਮੇਰੇ ਪੰਜਾਬੜ ਦਾ ਸੀ ਔਰ ਕਿੰਨੇ ਫਿਰ ਮੈਂ ਜੀ ਇੱਕ ਵਾਰੀ ਬੰਬੇ ਬੱਸ 'ਤੇ ਆ ਰਿਹਾ ਸੀ ਹਾਂਜੀ ਮੈਂ ਕਿਹਾ ਮੇਰੀ ਮਾਂ ਉੱਥੇ ਉਤਰਨਾ ਹੈ ਹਾਂਜੀ ਅਤੇ ਉਹ ਕਹਿੰਦੇ ਜੀ ਇੱਥੇ ਉਤਰੋ ਅਤੇ ਆ ਗਿਆ ਆ ਗਿਆ ਮੈਂ ਉਤਾਰਤਾ ਮੈਨੂੰ ਧੱਕਾ ਮਾਰ ਕੇ ਮੈਂ ਸਾਡਾ ਬੜਾ ਕਮਲਾ ਆਦਮੀ ਕਹਿ ਰਹੇ ਨੇ ਮੈਨੂੰ ਮੈਂ ਧੱਕਾ ਮਾਰ ਕੇ ਉਤਾਰਤਾ ਵੀ ਉੱਥੇ ਮੈਂ ਇੱਕ ਫਰਲਾਂਗ ਪਿਆ ਜੀ ਉਹ ਹਾਂਜੀ ਹਾਂਜੀ ਮੈਂ ਕਿਹਾ ਬਹੁਤ ਗਲਤੀ ਕੀਤੀ ਪਰ ਗਾਂਹ ਗਏ ਤੇ ਉਲਟੀ ਪਈ ਸੀ ਬਸ ਜੀ ਉੱਥੇ ਮੈਨੂੰ ਧੱਕਾ ਮਾਰੇ ਭਰਾਵਾ ਮੈਂ ਉਸ ਤੋਂ ਧੱਕਾ ਚੰਗਾ ਮਾਰਿਆ ਮੈਨੂੰ ਮੈਂ ਵਧੀਆ ਹੋ ਗਿਆ ਮੇਰੇ ਤਾਂ ਵਾਕਈ ਰੱਬ ਨੇ ਇਹੋ ਜਿਹੇ ਕਿੰਨੇ ਚਾਂਸ ਸੀ ਮਤਲਬ ਕਿ ਫਿਰ ਉਹਦੇ ਬਾਰੇ ਹੈ ਜੀ ਵੀ ਇਹ ਜਿਹੜੇ ਬ੍ਰਹਮਕ ਬਾਰੇ ਨੇ ਤਾਂ ਕਿਤੇ ਇਹ ਰੌਲਾ ਨਹੀਂ ਪਾਉਂਦੇ ਹਾਂਜੀ ਸਾਨੂੰ ਇਹ ਪਤਾ ਵੀ ਕਦੋਂ ਦੁਨੀਆ ਚੈਨਲ ਦੇ ਦੁਨੀਆ ਤਬਾਹ ਹੋਣੀ ਹੈ ਇਹ ਪਤਾ ਸਾਨੂੰ ਬੜਾ ਹੈ ਸਾਨੂੰ ਦੱਸਤਾ ਪਰਮਾਤਮਾ ਨੇ ਸਾਨੂੰ ਪਰਮਾਤਮਾ ਨੇ ਇਹ ਦੱਸਤਾ ਵੀ ਸਤਯੁਗ ਤ੍ਰੇਤਾ ਦੁਆਪਰ ਕਦੋਂ ਕਦੋਂ ਕੀ ਹੁੰਦਾ ਅਤੇ ਹੁਣ ਕਲ ਯੁੱਗ ਹੈ ਹੁਣ ਘੋਰ ਕਲ ਯੁੱਗ ਹੈ ਉਹ ਕਿੰਨਾ ਚਿਰ ਰਹੂਗਾ ਕਦੋਂ ਇਹ ਖਤਮ ਹੋਊਗਾ ਅਤੇ ਇਸ ਤੋਂ ਬਾਅਦ ਕੀ ਹੋਊਗਾ ਇਸ ਬਾਅਦ ਕੀ ਹੋਊਗਾ ਉਹਦੇ ਬਾਰੇ ਕਈ ਚੀਜ਼ਾਂ ਅਸੀਂ ਦੱਸੀਆਂ ਵੀ ਹੈ ਤੁਸੀਂ ਮੈਂ ਖਾਲੀ ਤੂੰ ਕਹਿ ਦੱਸ ਵੀ ਸਕਦਾ ਵੀ ਜਿਹਦੇ ਤੁਸੀਂ ਸੋਚ ਵੀ ਨਹੀਂ ਸਕਦੇ ਅਤੇ ਫਿਰ ਉਹ ਤਾਂ ਕਿ ਬਸ ਬਸ ਜਿਹੜਾ ਬੰਦਾ ਦਿਲ ਸਾਫ਼ ਹੋਵੇ ਮੈਂ ਹੁਣ ਜੇ ਸੁਣ ਜੇ ਹੋਰ ਕੋਈ ਬੈਠਾ ਹੁੰਦਾ ਨਾ ਸੁਣ ਬਦਲ ਹਾਂ ਬਾਈ ਕੀ ਗੱਲ ਹੈ ਕੌਣ ਹੈ ਕੌਣ ਆਇਆ ਮੈਨੂੰ ਲੈਣ ਵਾਸਤੇ ਹਾਂਜੀ ਮੈਂ ਮਰੂੰਗਾ ਮੈਂ ਪੈਸੇ ਲਊਂਗਾ ਉਹ ਪੈਸੇ ਲਊ ਕੋਈ ਇੱਕ ਕੀ ਗੱਲਬਾਤ ਹੈ ਮੈਂ ਕਿਹਾ ਵੀ ਨਹੀਂ ਬੰਦਾ ਹੈ ਮੈਂ ਤਿੰਨ ਵਾਰੀ ਕਿਹਾ ਮੈਂ ਤਿਆਰ ਹਾਂ 2:30 ਵਜੇ ਮੈਂ ਮੇਰੇ ਕੰਮ ਕਰਿਆ ਜੋ ਇਹ ਕਹਿੰਦੇ 5-6 ਬੰਦੇ ਹੈ ਮੈਂ ਯਾਰ ਉਹ ਬੰਦੇ ਆਪਣਾ ਕੋਈ ਹੋਰ ਬਚਾਓ ਅੱਛਾ ਜੀ ਮੈਂ ਪਹਿਲਾਂ ਘਰੇ ਗਿਆ ਨਾ ਇਹ ਵੀਰੇ ਮੇਰਾ ਮੁੰਡਾ ਸੈਟੀ ਮੰਗੂ ਇਹ ਉਹਦਾ ਇੱਥੇ ਹਾਂਜੀ ਹਾਂਜੀ ਮੈਂ ਇੱਕ ਕਮਲੇ ਆਪਣੇ ਫਿਰ ਠੰਡਾ ਬਚਦਾ ਨਹੀਂ ਅਸੀਂ ਵੀ ਜਦੋਂ ਮੈਂ ਆਪਾਂ ਚਲੋ ਹੋਟਲ ਚਲੋ ਕੋਈ ਆਪਾਂ ਕੀ ਲੈਣਾ ਸੀ ਨੁੱਕ ਨੂੰ ਭੇਜਦਾ ਜਦੋਂ ਅਸੀਂ ਤੁਹਾਨੂੰ ਫੋਨ ਕੀਤਾ ਜੀ ਤੇ ਤੁਹਾਡਾ ਬੜਾ ਪਣ ਨਹੀਂ ਹੈ ਜੀ ਕਿ ਤੁਸੀਂ ਕੋਈ ਨਾਂ ਨਹੀਂ ਕੀਤੀ ਸਟ੍ਰੇਟ ਵੇ ਰੈਡੀ ਹੋ ਗਏ ਜੀ 2:30 ਵਜੇ ਦੇ ਬੈਠੇ ਆ ਤੇ ਮੈਂ ਰੈਡੀ ਹੋ ਕੇ ਜੀ ਇੰਟਰਵਿਊ ਲਈ ਤਾਂ ਬਾਕੀ ਇਹ ਤਾਂ ਨਹੀਂ ਤਾਂ ਅੱਜ ਕੱਲ੍ਹ ਇੰਟਰਵਿਊ ਲੈਣਾ ਵੀ ਇੱਕ ਬਹੁਤ ਮੁਸ਼ਕਿਲ ਹੋ ਰਿਹਾ ਕਰਨੀ ਹੋਵੇ ਕਿਸੇ ਨੂੰ ਫਿਰ ਮੈਂ ਕਹਿੰਦਾ ਵੀ ਤੁਸੀਂ ਪਹਿਲਾਂ ਲੈ ਚੁੱਕੇ ਹੁਣ ਬਾਰੀ ਬਾਰੀ ਨਹੀਂ ਦੇ ਹਾਂਜੀ ਵਾਹ ਜੀ ਵਾਹ ਇੱਕ ਤੁਸੀਂ ਮੇਰੇ ਤੁਸੀਂ ਮੈਨੂੰ ਇਹ ਦੱਸੋ ਕੁਛ ਆਪਣੀ ਪਰਿਵਾਰਿਕ ਲਾਈਫ ਬਾਰੇ ਦੱਸੋ ਕਿ ਤੁਹਾਡੀ ਪਰਿਵਾਰਿਕ ਲਾਈਫ ਕਿੱਦਾਂ ਕਰੀ ਤੁਹਾਡੀ ਫੈਮਿਲੀ ਨੇ ਕਿਸ ਤਰ੍ਹਾਂ ਤੁਹਾਡਾ ਇਹ ਟੇਕ ਕੀਤਾ ਕਿ ਜੀ ਤੁਸੀਂ ਐਕਟਰ ਆ ਜਾਂ ਤੁਹਾਡੇ ਬੱਚਿਆਂ ਨੇ ਵੀ ਕਹਾਂ ਕੁਛ ਸੋਚਿਆ ਕਿ ਅਸੀਂ ਐਕਟਰ ਬਣੂਗੇ ਜਾਂ ਨਹੀਂ ਬੱਚਿਆਂ ਨੂੰ ਤਾਂ ਮੇਰਾ ਸਵਾਲ ਹੀ ਨਹੀਂ ਪੈਦਾ ਹੁੰਦਾ ਐਕਟਰ ਬਣਨ ਦਾ ਉਹ ਕੋਈ ਟੈਲੈਂਟ ਸੀ ਭਵਨਾ ਸੀ ਉਹਦਾ ਕਾਰਨ ਇਹ ਸੀ ਹਾਂਜੀ ਕਿ ਕੁੜੀਆਂ ਸੀ ਮੇਰੇ ਤੇ ਆਪ ਬਾਣੀਆਂ ਦੇ ਘਰੇ ਆਪਣੇ ਅਸੀਂ ਅਸੀਂ ਇਸੋ ਕਿਵੇਂ ਲਾਗੂ ਕਰ ਸਕਦੇ ਹਾਂ ਅਸੀਂ ਪਹਿਲਾਂ ਹੀ ਬੈਕਵਰਡ ਲੋਕ ਦੇ ਆਦਮੀ ਤੁਹਾਨੂੰ ਪਤਾ ਸੀ ਸਾਡਾ ਪਿੰਡ ਬੈਕਵਰਡ ਦਾ ਜੀ ਅਤੇ ਜਿਹੜੀ ਮੇਰੀ ਵਾਈਫ ਸੀ ਉਹਨੂੰ ਸਮਝ ਆ ਗਈ ਸੀ ਵੀ ਇਹ ਬੰਦਾ ਨਾ ਉੱਥੇ ਵਿਗੜਦਾ ਨਹੀਂ ਲੋਕਾਂ ਨੇ ਦੇਖਿਆ ਵੀ ਦੂਜਾ ਵਿਆਹ ਜਾਇ ਕਰਾ ਲੂਗਾ ਆਮ ਕਰਾਉਂਦੇ ਇਹ ਹੋਈ ਜਾਂਦੇ ਆ ਉਹ ਕਹਿੰਦੇ ਜੀ ਮੈਨੂੰ ਪਤਾ ਵੀ ਇਹ ਕੁਛ ਨਹੀਂ ਕਰ ਸਕਦਾ ਐਕਟਿੰਗ ਕਰੂਗਾ ਉੱਥੇ ਜਿੰਨਾ ਮਰਜ਼ੀ ਜ਼ੋਰ ਲਾ ਲਈ ਠੀਕ ਹੈ ਅਤੇ ਫਿਰ ਉਹਦੀ ਮੈਨੂੰ ਦਾਸ ਮਿਲ ਗਈ ਜੀ ਹਾਂਜੀ ਅਤੇ ਬਸ ਫਿਰ ਮੈਂ ਐਕਟਿੰਗ ਕਰਦਾ ਰਿਹਾ ਹਾਂਜੀ ਫਿਰ ਪਰਮਾਤਮਾ ਨੇ ਆਪੇ ਮਸ਼ਹੂਰੀ ਦੇ ਦਿੱਤੀ ਕਦੇ ਤੁਹਾਡੇ ਘਰ ਵਾਲੀ ਨੇ ਕਦੇ ਇੱਦਾਂ ਸ਼ੱਕ ਨਹੀਂ ਕੀਤਾ ਜੀ ਕਿ ਤੁਸੀਂ ਕੇਅਰ ਕੰਮਾਂ 'ਚ ਨਹੀਂ ਕਰਦੇ ਇੱਕ ਵਾਰੀ ਵੀ ਨਹੀਂ ਕੀਤਾ ਨਹੀਂ ਅੱਛਾ ਜੀ ਕੋਈ ਜਾਂ ਕਦੇ ਤੁਹਾਡੇ ਬੱਚਿਆਂ ਨੇ ਕਿਹਾ ਹੋਊਗਾ ਕਿ ਡੈਡੀ ਆ ਤੁਸੀਂ ਕੀ ਕਰ ਰਹੇ ਹੋ ਕੀ ਨਹੀਂ ਬੱਚੇ ਜਾਂ ਕੁੜੀਆਂ ਕੀ ਕਹਿ ਸਕਦੀਆਂ ਫਿਰ ਜਦੋਂ ਬਾਅਦ 'ਚ ਉਦੋਂ ਬੜੀਆਂ ਹੋਈਆਂ ਜਦੋਂ ਪਾਪੂਲਰ ਹੋ ਗਿਆ ਮੈਂ ਹਾਂਜੀ ਫਿਰ ਤਾਂ ਲੋਕ ਫਿਰ ਤਾਂ ਉਹਨਾਂ ਨੇ ਕੀ ਕਹਿਣਾ ਸੀ ਹਾਂਜੀ ਤਾਂ ਕਰਕੇ ਫਿਰ ਚਲੋ ਜੀ ਇਹ ਤਾਂ ਫਿਰ ਕਾਫੀ ਤੁਸੀਂ ਖੋਜ ਭਾਗਾਂ ਵਾਲੇ ਰਹੇ ਨਾ ਕਿ ਕੋਈ ਨਾ ਬਿਲਕੁਲ ਕਿ ਤੁਹਾਡੀ ਕੋਈ ਇੱਦਾਂ ਦੀ ਕੋਈ ਗੱਲ ਸੁਣੀ ਕਿ ਜੀ ਕਿ ਤੁਸੀਂ ਇੱਦਾਂ ਕਰਦੇ ਜਾਂ ਇੱਦਾਂ ਨਾ ਜਦੋਂ ਮੈਂ ਵੀ ਬੰਬੇ 'ਚ ਕਿਤੇ ਵੀ ਅੱਜ ਇੱਕ ਵਾਰੀ ਮਾਸੀ ਨਾਲ ਕਿਹਾ ਮਗਰ ਮੈਂ ਅੱਜ ਤਾਈਂ ਕੋਈ ਲੜਕੀ ਛੇੜੀ ਨਹੀਂ ਮੈਂ ਕਦੇ ਨਹੀਂ ਛੇੜੀ ਬੰਦਾ ਬੈਠਾ ਸੁਣਦਾ ਮੇਰੇ ਕੋਲ ਬੰਦਾ ਬੈਠਾ ਸੀ ਕਹਿੰਦਾ ਤੁਸੀਂ ਜਿਹੜੇ ਛੇੜਦੇ ਹੁੰਦੇ ਸੀ ਜੋ ਆ ਗਈ ਤਾਂ ਮੈਂ ਕਿਹਾ ਉਹ ਮਰ ਗਈ ਮੈਂ ਤਾਂ ਕਿਤੇ ਕਹੀ ਜਾਂਦਾ ਨਹੀਂ ਮੈਂ ਕਿਹਾ ਮੈਂ ਕਿੱਥੇ ਬੋਲਣਾ ਸੀ
ਮਿੱਤਲ ਸਾਹਿਬ ਹੁਣ ਜਿੱਦਾਂ ਤੁਸੀਂ ਤੁਸੀਂ ਕਾਫੀ ਰੂਹਾਨੀਅਤ ਦੀ ਗੱਲ ਕੀਤੀ ਆ, ਤੁਸੀਂ ਹੁਣ ਇਹ ਦੱਸਿਆ ਕਿ ਤੁਸੀਂ ਭਗਤੀ ਵੱਲ ਚੱਲ ਗਏ ਆ, ਤੁਸੀਂ ਨਵਾਂ ਬ੍ਰਹਮਕੁਮਾਰੀ ਵੱਲ? ਹੁਣ ਟਾਈਮ ਭਗਤੀ ਦਾ ਹੈ ਨਹੀਂ, ਹੁਣ ਟਾਈਮ ਆ ਗਿਆ ਗਿਆਨ ਦਾ। ਰਾਈਟ, ਭਗਤੀ ਤਾਂ ਅਸੀਂ ਜੰਡ ਨੂੰ ਪੂਜੀ ਜਾਂਦੇ ਹਾਂ। ਹਾਂਜੀ, ਕਹਿੰਦਾ ਉਹਨੂੰ ਪੂਜੀ ਜਾਂਦੇ ਹਾਂ। ਕੁੜੀਆਂ ਨੇ ਤਿੰਨ ਕਿਹੜੇ ਘਤਲੇ, ਕਹਿੰਦੇ ਉਹਦੇ ਧਾਗੇ ਦੇ, ਇੱਕ ਨੇ ਚਾਰ ਘਤਲੇ, ਵੀ ਚਾਰ ਘਤਲੇ ਦੇ, ਦੂਜੇ ਨੇ ਚਾਰ ਘਤਲ ਲਾ ਗਈ, ਇੱਕ ਪੰਡਿਤ ਨੇ ਸੱਤ ਕਹਿੰਦੇ ਸੱਤ ਘਤਲ ਲਾ ਗਿਆ, ਪੰਡਿਤ ਨੇ ਐਂ ਕਹਿੰਦੇ ਉਹ ਐਂ ਕਰਨ ਲੱਗ ਗਿਆ। ਉਹ ਗੱਲ ਖਤਮ ਹੋ ਗਈ। ਪਰਮਾਤਮਾ ਕਹਿੰਦਾ ਹੁਣ ਆ ਗਿਆ ਗਿਆਨ। ਰਾਈਟ, ਇਹ ਲਾਸਟ ਟਾਈਮ। ਹਾਂਜੀ, ਹੁਣ ਜਿਹੜਾ ਮੇਰਾ ਗਿਆਨ ਲੈ ਲਊਗਾ ਨਾ, ਉਹ ਤਾਂ ਸਤਿਯੁਗ ਵਧੀਆ ਆਊਗਾ। ਸਤਿਯੁਗ ਸਾਰੇ ਦੁਨੀਆਂ ਦੇ ਵਿੱਚ 10 ਲੱਖ ਆਪ ਜੀ ਰਹਿ ਰਹੇ ਇੱਕ ਵਾਰੀ। ਇੱਦੂ ਕਰ ਰਹੇ ਬਾਈ ਨੇ ਰਹਿ ਨਹੀਂ 10-15 ਲੱਖ ਰੁਪਏ। ਕਹਿੰਦਾ ਉਹ ਬਾਕੀ ਕਹਿੰਦਾ ਬਾਕੀ ਵੀ ਸਾਰੇ ਪਾਵਰ ਬਣ ਗਏ। ਕਹਿੰਦਾ ਪਾਵਰ ਬਣਾਉਣ ਵਾਲਾ ਸਿਰਫ ਮੈਂ ਹੈ ਦੁਨੀਆਂ ਦੇ ਵਿੱਚ। ਕਹਿੰਦਾ ਕ੍ਰਿਸ਼ਨ ਪਰਮਾਤਮਾ ਨੇ ਨਾ ਕੋਈ, ਕਹਿੰਦਾ ਨਾ ਕ੍ਰਿਸ਼ਨ ਪਰਮਾਤਮਾ ਹੈ ਨਾ ਆਪਣਾ ਬ੍ਰਹਮਾ ਪਰਮਾਤਮਾ ਹੈ, ਸਿਰਫ ਕਹਿੰਦਾ ਪਰਮਾਤਮਾ ਪਰਮਾਤਮਾ ਸਾਰੀ ਦੁਨੀਆਂ ਦੀ ਆਤਮਾ, ਸਾਰੀ ਦੁਨੀਆਂ ਦੀ ਆਤਮਾ ਦਾ ਕਹਿੰਦਾ ਜਿਹੜਾ ਪਿਓ ਹਾਂ ਪਰਮ। ਅਤੇ ਮੈਂ ਕਹਿੰਦਾ ਕੀ ਹੈ, ਮੈਂ ਇੱਕ ਪੁਆਇੰਟ ਆਫ ਲਾਈਟ ਹੈ, ਇਹ ਆਹ ਬਾ ਐਡਾ ਮੈਂ ਹਾਂਜੀ ਬਾ ਐਡਾ ਆਹ ਕਹਿੰਦਾ ਮੈਂ, ਮੇਰੀ ਕੋਈ ਸ਼ਕਲ ਨਹੀਂ, ਮੇਰੀ ਕੋਈ ਸ਼ਕਲ ਖਿੱਚ ਨਹੀਂ ਸਕਦਾ, ਇਹ ਗੱਲ ਨਾਨਕ ਨੇ ਕਿਹਾ। ਹਾਂਜੀ ਬਿਲਕੁਲ ਜੀ, ਬਿਲਕੁਲ ਜੀ। ਕਹਿੰਦਾ ਨਾ ਮੈਂ ਜਨਮ ਮਰ ਜਾਵਾਂ। ਹਾਂਜੀ ਬਿਲਕੁਲ, ਉਹ ਆਪ ਕਹਿੰਦੇ ਕਹਿੰਦਾ ਮੈਂ ਜਨਮ ਮਰ ਜਾ। ਉਹਦਾ ਗੱਲਾਂ ਸੀ, ਮੈਨੂੰ ਕੋਈ ਪੁੱਛੋ ਉਹਦੇ ਬਾਰੇ ਜੀ, ਮੈਂ ਕਦੋਂ ਇੱਥੇ ਆਉਣਾ, ਕਦੋਂ ਜਾਣਾ। ਕਹਿੰਦਾ ਲੋਕ ਕਹਿੰਦੇ ਜੀ ਕੱਛੂ ਦਾ ਸੀ ਉਤਾਰ ਲਿਆ ਸੀ, ਮੱਛ ਦਾ ਉਤਾਰ ਲਿਆ ਸੀ, ਇਹਨੇ ਇਹਦਾ ਅਵਤਾਰ ਲਿਆ ਸੀ। ਕਹਿੰਦਾ ਮੈਂ ਕੋਈ ਅਵਤਾਰ ਲੈ ਨਹੀਂ ਸਕਦਾ, ਲੋਕਾਂ ਨੇ ਗੱਲਾਂ ਬਣਾ ਲਈਆਂ 25,000। ਮੇਰਾ ਕੋਈ ਰੂਪ ਹੀ ਨਹੀਂ, ਰੂਪ ਹੀ ਨਹੀਂ ਕਹਿੰਦਾ ਮੇਰਾ। ਮਿੱਤਲ ਸਾਹਿਬ ਮੈਨੂੰ ਇਹ ਚੀਜ਼ ਦੱਸੋ ਕਿ ਤੁਸੀਂ ਜਿੱਦਾਂ ਤੁਹਾਡੀ ਜ਼ਿੰਦਗੀ ਬੀਤੀ ਆ, ਉਹਦੇ ਨਾਲ ਤੁਸੀਂ ਸੰਤੁਸ਼ਟ ਆ, ਖੁਸ਼ ਆ, ਜਾਂ ਕੋਈ ਸ਼ਿਕਵੇ ਗਿਲੇ ਵੀ ਹੈਗੇ ਤੁਹਾਡੇ 'ਚ ਕਿ ਯਾਰ ਆਹ ਰਹਿ ਗਿਆ ਜਾਂ ਆਹ ਕਰ ਲੈਂਦੇ ਜਾਂ ਆਹ ਕਰ ਲੈਂਦੇ, ਕਿਉਂਕਿ ਇਹ ਵੀ ਇਨਸਾਨ ਕੁਛ ਸ਼ਿਕਵੇ ਗਿਲੇ ਕਰਦੇ। ਇਹ ਹੈ ਜੀ, ਹਾਂਜੀ ਵੀ ਮੈਂ ਤੁਹਾਨੂੰ ਦਿੱਲੀ ਗੱਲ ਦੱਸਾਂ। ਹਾਂਜੀ ਵੀ ਐਕਚੁਅਲੀ ਤੁਸੀਂ ਤਾਂ ਮੈਨੂੰ ਲਾਈਕ ਕਰੀ ਜਾਂਦੇ ਹੋ। ਹਾਂਜੀ ਐਡਿਟ, ਹਾਂਜੀ ਬਿਲਕੁਲ ਜੀ, ਪਰ ਮੇਰੀ ਖੁਆਇਸ਼ 35% ਪੂਰੀ ਹੋਈ ਹੈ। ਅੱਛਾ ਜੀ, ਵਾਹ। 65 ਕਿੱਥੇ ਰਹਿ ਗਈ? ਮਤਲਬ 65 ਨਾ, ਕਿਉਂਕਿ ਜਿਹੜੇ ਆਪਣੇ ਪੰਜਾਬੀ ਆਦੀ ਫਿਲਮ ਬਣਾਉਂਦੇ ਆ ਨਾ, ਹਾਂਜੀ ਉਹ ਐਂ ਬਣਾਉਂਦੇ ਆ ਵੀ ਉਹ ਇਹ ਨਹੀਂ ਬਣਾਉਂਦੇ ਮਿੱਤਲ ਨੂੰ ਲੈਣਾ। ਹਾਂਜੀ, ਉਹ ਤਾਂ ਕਹਿੰਦੇ ਮਿੱਤਲ ਨਾਲ ਫਿਲਮ ਵਿਕਦੀ ਹੈ ਤਾਂ ਲੈ ਲਓ, ਕਿਉਂਕਿ ਡਿਸਟ੍ਰੀਬਿਊਟਰ ਲੈਂਦਾ ਨਹੀਂ ਸੀ ਪਹਿਲਾਂ। ਕਿ ਇਹਨਾਂ ਗੱਲਾਂ ਐਂ ਬਣਾਤੀਆਂ ਵੀ ਡਿਸਟ੍ਰੀਬਿਊਟਰ ਨੂੰ ਪੈਸੇ ਖਵਾਉਂਦਾ ਇਹ, ਚਾਰ-5 ਸੀਨ ਲਿਖ ਦੋ ਆਪੇ ਕਰਨਗੇ, ਫਿਰ ਉਹ 4-5 ਸੀਨ ਮੈਂ ਲਿਖ ਲੈਂਦਾ, ਕਈ ਨਹੀਂ ਲਿਖੇ ਸੀ। ਯਾਨੀ ਤੁਹਾਡਾ ਇਹ ਕਹਿਣਾ ਕਿ ਡਿਸਟ੍ਰੀਬਿਊਟਰ ਤੁਹਾਨੂੰ ਫਿਲਮ 'ਚ ਲੈਂਦੇ ਸੀ ਤਾਂ ਕਿ ਉਹਨਾਂ ਦੀ ਫਿਲਮ ਵਿਕੇ, ਨਾ ਕਿ ਉਹ ਸੋਚਦੇ ਸੀ ਕਿ ਯਾਰ ਫਿਲਮ ਇਹਨਾਂ ਦੇ ਆਲੇ ਦੁਆਲੇ ਬਣਾਈਏ ਜਾਂ ਇਹਨਾਂ ਨੂੰ ਸੈਂਟਰ। ਇੱਕ ਨੇ ਬਣਾਈ ਜੱਟੀ, ਉਹ ਹਿੱਟ ਹੋ ਗਈ। ਪਹਿਲਾਂ ਕਹਿੰਦੇ ਸੀ ਵੀ ਹੀਰੋ ਮਿੱਤਲ ਨੂੰ ਲੈ ਲਿਆ ਤਾਂ ਪਹਿਲਾਂ ਮੇਰੇ ਹੀਰੋ ਮਿੱਤਲ ਨੇ ਚੱਲਣਾ ਨਹੀਂ। ਹਾਂਜੀ, ਲੋਕਾਂ ਦਾ ਐਂ ਵਹਿਮ ਸੀ। ਹਾਂਜੀ, ਅਤੇ ਜੇ ਫਿਰ ਹੀਰੋ ਜਦੋਂ ਲਿਆ ਉਹਦੇ ਮੈਂ ਲਾਸਟ ਟਾਈਮ ਆ ਗਿਆ ਜੱਟੀ ਅਤੇ ਦੋ ਮਦਾਰੀ ਵਿੱਚ ਬਲੈਤੀ ਬਾਬੂ। ਬਲੈਤੀ ਬਾਬੂ ਤੁਹਾਡਾ ਹੀ ਖੁਆਇਸ਼ ਸੀਗੀ ਕਿ ਯਾਰ ਇਹ ਕਾਮੇਡੀ 'ਚ ਕਿੱਥੇ ਫਸ ਗਏ, ਹੀਰੋ ਬਣੀਏ? ਨਹੀਂ, ਮੈਂ ਕਹਿੰਦਾ ਸੀ ਹੀਰੋ ਬਣਿਆ ਨਹੀਂ, ਮੈਂ ਕਹਿੰਦਾ ਸੀ ਮੈਂ ਰੋਲ ਹੀ ਐਸਾ ਬਣਾਊਂਗਾ ਆਪਦਾ ਵੀ ਲੋਕ ਤੂੰ ਹੀ ਦੰਗ ਰਹਿ ਜਾਣਗੇ ਵੀ ਕੱਲ੍ਹ ਕੀ ਹੋ ਗਈ ਕਿ ਕਾਮੇਡੀ ਵਾਲੇ ਬੰਦਾ ਵੀ ਹੀਰੋ ਬਣ ਸਕਦਾ, ਕਾਮੇਡੀ ਵਾਲਾ ਹਾਈ ਹੀਰੋ ਵੀ ਮੈਂ ਅਸੀਂ ਦੇਖਣਾ ਹੀ ਉਹਨੂੰ ਹੈ। ਵਾਹ ਜੀ ਵਾਹ, ਮੈਂ ਇਹੋ ਜਿਹੀ ਐਕਟਿੰਗ ਕਰਦਾ ਵੀ ਤੁਸੀਂ ਕਹਿੰਦੇ ਮਿੱਤਰ ਸਾਰੇ ਘਰੇ ਆਈ ਭਰਾਵਾ ਪਾਪਾ ਕਿੰਨੇ ਪੈਸੇ ਲੈ ਲਾ। ਵਾਹ ਜੀ ਵਾਹ, ਸਾਨੂੰ ਮਿੱਤਲ ਜੀ ਆ ਗਏ ਹੁਣ ਫਿਲਮ ਦੇ ਨੰਬਰ ਇਹਨਾਂ ਨੇ ਲੈ ਜਾਣੇ, ਸਾਨੂੰ ਤਾਂ ਕਿਸੇ ਨੇ ਪਛਾਣਨਾ ਨਹੀਂ। ਸਾਰਿਆਂ ਨੂੰ ਯਕੀਨ ਸੀ ਪਰ ਸਾਰਿਆਂ ਨੂੰ ਬਰਦਾਸ਼ਤ ਕਰਨਾ ਪੈਂਦਾ ਸੀ, ਸਮਝੇ ਨੀ ਜੀ। ਏਦਾਂ ਦੀ ਵੀ ਵਿਅਕਤੀ ਤੁਸੀਂ ਦੇਖੀ ਸੀ ਕਿ ਜਦੋਂ ਤੁਸੀਂ ਸੈੱਟ ਤੇ ਆਉਂਦੇ ਸੀ ਉਹ ਇਨਸਿਕਿਓਰ ਹੋ ਜਾਂਦੇ ਸੀ ਕਿ ਜੀ ਇੱਥੇ ਹੁਣ ਮਿੱਤਲ ਸਾਹਿਬ ਆ ਗਏ ਫਿਲਮ 'ਚ, ਇਹਨਾਂ ਨੇ ਨੰਬਰ ਲੈ ਜਾਣੇ, ਸਾਨੂੰ ਕਿਸੇ ਨੇ ਪੁੱਛਣਾ ਨਹੀਂ? ਕੋਈ ਗੱਲ ਇਹ ਜਨਰਲੀ ਹੁੰਦਾ ਹੈ, ਪਰ ਜਦੋਂ ਆਦਮੀ ਨੂੰ ਇਹ ਪਤਾ ਜਿਹੜਾ ਇੱਕ ਭਲਵਾਨ ਹੈ, ਹਾਂਜੀ ਵੀ ਇੱਕ ਤਾਂ ਭਲਵਾਨ ਹੈ ਬਠਿੰਡੇ ਦਾ, ਦਾਰਾ ਸਿੰਘ ਹੈ, ਜਦੋਂ ਉਹਨੂੰ ਪਤਾ ਵੀ ਦਾਰਾ ਸਿੰਘ ਨੇ 2.5 ਲੈਣਾ ਹੈ, ਫਿਰ ਕੀ ਖੜਨਾ, ਫਿਰ ਡਰਨਾ ਕੀ ਹੈ? ਖੜੇ ਰਹੋ, ਫਿਰ ਖੜੇ ਰਹੋ ਵੀ ਜਦੋਂ ਉਹ ਕਹਿੰਦੇ ਉਹ ਜਿਹੜੇ ਆਉਂਦੇ ਸੀ ਉਹ ਕਹਿੰਦੇ ਸੀ ਜਦੋਂ ਅਸੀਂ ਇਹਦਾ ਮੁਕਾਬਲਾ ਕਰ ਹੀ ਨਹੀਂ ਸਕਦੇ, ਫਿਰ ਅਸੀਂ ਕਿਉਂ ਸੋਚੀਏ ਵਾਰੀ ਵਾਰੀ ਕਾਹਨੂੰ ਐਵੇਂ ਚੱਲੀ ਜਾਂਦੇ, ਫਿਰ ਐਵੇਂ ਕਾਹਨੂੰ ਚੱਲੀ ਜਾਂਦੇ ਵੀ ਇੱਕ ਵਾਰੀ ਹੋਇਆ, 2 ਵਾਰੀ ਹੋਇਆ, 3 ਵਾਰੀ ਹੋਇਆ, ਫਿਰ ਜਾਣ ਦਾ ਫਾਇਦਾ ਕੋਈ ਨਹੀਂ। ਹਾਂਜੀ ਹਾਂਜੀ, ਤਾਂ ਕਰਕੇ ਫਿਰ ਕੋਈ ਫਿਰ ਬਸ ਕਹਿੰਦੇ ਵੀ ਮਿੱਤਰ ਤੂੰ ਹੀ ਹੈ ਭਰਾਵਾ ਸੀ, ਤਾਂ ਕਰਕੇ ਤੁਹਾਨੂੰ ਕਦੇ ਕਿਸੇ ਨੇ ਇਹ ਵੀ ਕਿਹਾ ਜੀ ਕਿ ਤੁਸੀਂ ਸਟੇਜ 'ਤੇ ਕਾਮੇਡੀ ਕਰੋ ਜਾਂ ਸਟੈਂਡ ਅਪ ਕਰੋ ਜਾਂ ਤੁਸੀਂ ਸਟੇਜ 'ਤੇ ਪਲੇ ਕਰੋ? ਦੇਖੋ ਸਟੇਜ 'ਤੇ ਸੁਣੋ ਵੀ ਮੈਂ ਤੁਹਾਨੂੰ ਦੱਸਦਾ ਵੀ ਜਿੰਨੇ ਪੈਸੇ ਮੈਂ ਫਿਲਮਾਂ 'ਚ ਕਮਾਏ ਨਾ, ਹਾਂਜੀ ਉਹਦੇ ਡੂਢੇ ਪਏ ਸ਼ੋਆਂ 'ਚ ਕਮਾਏ। ਅੱਛਾ ਜੀ, ਹਾਂਜੀ ਵਾਹ ਜੀ ਵਾਹ, ਜੇ ਸ਼ੋਅ ਬਾਰ ਕੀਤੇ ਉਹ 'ਚ ਪੈਸੇ ਬੜੇ ਕਮਾਏ ਸੀ। ਵਾਹ ਜੀ ਵਾਹ, ਤਾਂ ਉਹਦੇ ਵਿੱਚ ਜਦੋਂ ਤੁਸੀਂ ਭਰਿਓ
ਤੇ ਉਹਦੇ ਵਿੱਚ ਜਦੋਂ ਤੁਸੀਂ ਭਰਿਓ ਹਾਲ ਦੇ ਮੋਹਰੇ ਪਰਫਾਰਮ ਕਰਦੇ ਸੀ ਹਾਂ ਸਟੇਜ ਤੇ, ਉਹਦੇ ਵਿੱਚ ਤੁਹਾਨੂੰ ਫਰਕ ਵੀ ਲੱਗਾ ਯਾਰ ਕਿ ਕੈਮਰਾ ਦੇ ਮੋਹਰੇ ਆਪਾਂ ਕਹਿੰਦੇ ਕਿ ਮੈਂ ਜਨਰਲੀ ਸਟੇਜ ਐਕਟਰ ਹਾਂ ਰਾਈਟ ਤੁਸੀਂ ਪਹਿਲਾਂ ਤਾਂ ਸਟੇਜ ਐਕਟਰ ਪਰ ਸਟੇਜ ਐਕਟਰ ਰਾਈਟ ਤੁਹਾਨੂੰ ਫਿਰ ਨੈਚੁਰਲ ਸਾਡੇ ਸਟੇਜ ਤੇ ਮੇਰੇ ਸਟੇਜ ਦਾ ਤਾਂ ਮੈਂ ਪਰਮਾਤਮਾ ਸਟੇਜ ਦਾ ਮੈਂ ਰੱਬ ਮੰਗੂਗਾ ਨਹੀਂ ਸਟੇਜ ਦੇ ਖੜ ਜਾਣਾ ਮੈਨੂੰ ਨਸ਼ਾ ਆਉਂਦਾ ਬੋਲੇ ਸਾਹਮਣੇ ਬੈਠੀ ਹੈ ਹੁਣ ਤਾਂ ਵਿਸ਼ਵਾਸ ਹੀ ਆ ਗਿਆ ਬਸ ਜਿਹੜੇ ਇਸ ਇੰਡਸਟਰੀ ਵਿੱਚ ਹੁਣ ਯੰਗਸਟਰ ਸਾਡੇ ਦੇਖ ਲਏ ਬੱਚੇ ਦੇਖ ਰਹੇ ਆ ਉਹ ਆਉਣਾ ਚਾਹੁੰਦੇ ਇਸ ਇੰਡਸਟਰੀ ਵਿੱਚ ਜਾਂ ਕੋਈ ਕਮੇਡੀਅਨ ਬਣਨਾ ਚਾਹੁੰਦੇ ਜਾਂ ਕਿ ਹੀਰੋ ਕਰਨਾ ਚਾਹੁੰਦੇ ਉਹਦੇ ਵਾਸਤੇ ਤੁਸੀਂ ਕੀ ਮਸ਼ਵਰਾ ਦੇ ਸਕਦੇ ਕਿਸ ਲਈ ਪਹਿਲੀ ਗੱਲ ਤਾਂ ਜੀ ਉਹਨਾਂ 'ਚੋਂ 80 ਤਾਂ ਇਹ ਚਾਹੁੰਦੇ ਹੈ ਵੀ ਸਾਡੇ ਕੋਲ ਕਾਰਾਂ ਹੋਣਗੀਆਂ ਹਾਂਜੀ ਸਾਡੀ ਠੁੱਕ ਹੋਊਗੀ ਕੁੜੀਆਂ ਨਮਸਤੇ ਕਰਨਗੀਆਂ ਹਾਂਜੀ ਉਹਨਾਂ ਨੂੰ ਟੀਲੈਟ ਦਾ ਨਹੀਂ ਪਤਾ ਹੁੰਦਾ ਅੱਛਾ ਨੰਬਰ ਇੱਕ ਹਾਂਜੀ ਉਹਨਾਂ ਨੂੰ ਭੇਜ ਨਹੀਂ ਪਤਾ ਹਾਂ ਸੈਕਿੰਡ ਥਰਡ ਵਾਲੀ ਗੱਲ ਇਹ ਵੀ ਹੁਣ ਚੈਨਲ ਹੋ ਗਏ ਬਾਲੇ ਹਾਂਜੀ ਚੈਨਲ ਬਾਲਿਆਂ ਨਾਲ ਕਮੇਡੀਅਨ ਬਾਲੇ ਬਣ ਗਏ ਹਾਂਜੀ ਹੁਣ ਕਮੇਡੀਅਨ ਆਇਆ ਵੀ ਪਹਿਲਾਂ ਤਾਂ ਮੈਂ ਨੈਚੁਰਲ ਹੋ ਗਿਆ ਹਾਂਜੀ ਜਦੋਂ ਹੁਣ ਨਵੇਂ ਆ ਗਏ ਹਾਂਜੀ ਉਹਨਾਂ ਨੇ ਕਿਹਾ ਸਾਰਾ ਕੋਈ ਤਿਆਰ ਕਰ ਲਓ ਹਾਂਜੀ ਤੂੰ ਹੁਣ ਕਮੋਟੀ ਕੁੜੀ ਆਪਣੀ ਪੰਜਾਬ 'ਚ ਆਉਂਦੀ ਹਾਂਜੀ ਹਾਂਜੀ ਉਹ ਪਰਮਾਨੈਂਟ ਹੀ ਆਉਣ ਲੱਗ ਗਈ ਹਾਂਜੀ ਅੱਗੇ ਪੈਸੇ ਕਮਾਉਣ ਲੱਗ ਗਈ ਹਾਂਜੀ ਹਾਂਜੀ ਉਹ ਬਹੁਤ ਪੈਸੇ ਕੁੱਟਦੀ ਆ ਹਾਂ ਖੁੱਲ੍ਹ ਗਿਆ ਜੀ ਕੋਈ ਮੁੱਠ ਬੜਾਓ ਕੋਈ ਚਾਰ ਡਾਲਾ ਬੋਲੋਗੇ ਉਹ ਵੀ ਆਉਣ ਲੱਗ ਗਿਆ ਲਹਿਰੀ ਦੋ ਵਾਰੀ ਮੇਰੇ ਕੋਲ ਲੈ ਘਰੇ ਆਇਆ ਇਹ ਬਾਈ ਯਾਰ ਹੁਣੇ ਹਾਂਜੀ ਸੁਦੇਸ਼ ਹਾਂ ਕਹਿੰਦਾ ਮੈਂ ਤੇਰੇ ਯਾਰ ਅਸਾਂ ਤੇਰੇ ਬੱਚੇ ਸੀ ਅਤੇ ਹੁਣ ਉਹ ਜੀ ਅਸੀਂ ਉਹਦੇ ਮੁਕਾਬਲਾ ਕਰ ਹੀ ਸਕਦੇ ਸਭ ਕਮਾਉਂ ਸਾਨੂੰ ਤਾਂ ਕੋਈ ਦਿੰਦਾ ਹੀ ਨਹੀਂ ਸੀ ਪੈਸੇ ਉਦੋਂ ਅਤੇ ਪੈਸੇ ਤਾਂ ਹੁਣ ਦਿੰਦੇ ਆ ਜੀ ਤੁਹਾਨੂੰ ਉਸ ਵੇਲੇ ਅਸੀਂ ਤਾਂ ਉਦੋਂ ਪੈਸੇ ਹੀ ਕਿਸੇ ਨੇ ਨਹੀਂ ਕਮਾਏ ਫਰੈਂਕਲੀ ਸਪੀਕਿੰਗ ਅੱਛਾ ਮੈਂ ਮੈਕਸੀਮਮ ਲਿਆ ਸਾਰਿਆਂ ਨੂੰ ਦੱਸਦਾ ਹਾਂਜੀ ਅਤੇ ਮੈਂ ਹੁਣ ਤੁਹਾਨੂੰ ਕਹਾਂ ਦੇ ਪੈਸੇ ਕੀ ਦੱਸਦਾ ਨਹੀਂ ਆਮ ਤੌਰ 'ਤੇ ਕਿੰਨੇ ਕੁ ਮਿਲ ਜਾਂਦੇ ਸੀ ਉਸ ਵੇਲੇ 35,000 ਵੱਧ ਤੋਂ ਵੱਧ ਇੱਕ ਫਿਲਮ 30,000 ਹਾਂ ਬਈ ਵੱਧ ਤੋਂ ਵੱਧ ਹੀ ਬਸ ਵਾਹ ਮਸਾਂ ਅੱਜ ਕੱਲ੍ਹ ਤਾਂ ਉਹਨੇ ਟਿਕਟ ਵੀ ਨਹੀਂ ਆਉਂਦੀ ਕਿਤੇ ਨਾ ਜੀ 35 ਹੁਣ ਤਾਂ 35 ਲੱਖ ਰੁਪਈਆ ਮੰਗੀ ਜਾਂਦੇ ਸਾਰੇ ਜੀ 44,000 ਲੱਖ ਮੰਗ ਲਓ ਵਾਹ ਜੀ ਵਾਹ ਕੁੜੀ ਆ ਜਿਹੜੀ ਹੋ ਕਰੋੜ ਰੁਪਈਆ ਮੰਗ ਲੱਖ 50 ਕਰੋੜ ਰੁਪਈਆ ਮੰਗਣ ਲੱਗ ਗਈ ਤੁਹਾਨੂੰ ਜੋ ਫਿਲਮਾਂ ਤੁਸੀਂ ਆਪ ਪਰ ਮੈਂ ਸੈਟਿਸਫਾਈਡ ਮੈਨੂੰ ਪੈਸੇ ਦੀ ਲੋੜ ਵੀ ਨਹੀਂ ਬਣੀ ਜਿਹੜਾ ਵੀ ਸਾਡੇ ਪਾਸ ਸਿੰਪਲ ਹੋਵੇ ਮੈਨੂੰ ਹਾਜ਼ਮੇ ਬਸ ਦੋ ਰੋਟੀ ਖਾਣੀ ਇਸ ਮਾਰ ਕੋਈ ਨਾ ਖੁਸ਼ ਹੈ ਵਧੀਆ ਤਾਜ਼ਾ ਰਹਿਣਾ ਕੋਈ ਡਰ ਨਹੀਂ ਮੈਨੂੰ ਤੁਹਾਨੂੰ ਇਸ ਵੇਲੇ ਜੋ ਤੁਸੀਂ ਆਪਣੀਆਂ ਫਿਲਮਾਂ ਬਣਾਈਆਂ ਉਹਨਾਂ 'ਚ ਕੋਈ ਫਾਇਦਾ ਵੀ ਹੋਇਆ ਜਾਂ ਘਾਟਾ ਹੀ ਹੋਇਆ ਜਾਂ ਕੀ ਕਿਸ ਤਰ੍ਹਾਂ ਹੋਇਆ ਕੋਈ ਜਾਂ ਸਮਾਂ ਹੀ ਸਰ ਗਿਆ ਸੀ ਕੁਝ ਗੱਲ ਇਹ ਹੈ ਇਹ ਗੱਲ ਤਿੰਨੇ ਵਧੀਆ ਹਰਜਾਪ ਸਿੰਘ ਇਹ ਗੱਲਾਂ ਤੋਂ ਸਿਆਣਾ ਹੈ ਤੂੰ ਇਹ ਬਹੁਤ ਗ੍ਰੇਟ ਆ ਰਹੀ ਹੈ ਪਤਾ ਕਿਉਂ ਕਰ ਯਾਰ ਸਮਾਂ ਹੀ ਸਰ ਗਿਆ ਸੀ ਓਏ ਵਕੀਲੀ ਕੀਤੀ ਉਹ ਗੁਰੂ ਉਹ ਸੁਣੋ ਇਹਦਾ ਮਤਲਬ ਇਹ ਹੈ ਵਾਕਈ ਮਸਾਵਾਂ ਹੀ ਸਰਿਆ ਮੈਨੂੰ ਦੇ ਜੇ ਇੱਕ ਜੀ ਘੱਟ ਮੈਂ ਕਿਹਾ ਦੂਜੀ ਮਸਾ ਪੂਰਾ ਕੀਤਾ ਐਕਚੁਅਲੀ ਮੈਂ ਤਾਂ ਮੁੜ ਕੇ ਪਰਮਾਤਮਾ ਨੂੰ ਕਹਿੰਦਾ ਵੀ ਮੈਨੂੰ ਫਿਲਮਾਂ ਬਣਾਉਣ ਦੀ ਲੋੜ ਕੀ ਸੀ ਵਾਹ ਮੈਂ ਤਾਂ ਕਹਿੰਦਾ ਰਿਹਾ ਮੈਂ ਵਾਹ 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 ਬਿਲਕੁਲ ਇਹਦੇ ਵਿੱਚ ਕਿਉਂਕਿ ਕਈ ਲੋਕ ਹੁਣ ਅੱਜ ਕੱਲ੍ਹ ਬਹੁਤ ਫਿਲਮਾਂ ਬਣਦੀਆਂ ਤੇ ਜਦ ਤੱਕ ਲੱਗਦੇ ਵੀ ਕਰੋੜਾਂ ਪੈਸੇ ਲੱਗਦੇ ਪੰਜਾਬੀ ਫਿਲਮ ਤੋਂ ਚੱਲਦੀ ਹੈ ਨਹੀਂ ਵੇਖਦੀ ਹੈ ਨਹੀਂ ਵਿਚਾਰਾ ਪ੍ਰੋਡਿਊਸਰ ਵੀ ਰੋਂਦਾ ਡਾਇਰੈਕਟਰ ਵੀ ਰੋਂਦਾ ਦੇਖੋ ਜੀ ਜਿਹੜਾ ਆਦਮੀ ਕਹਿੰਦਾ 15 ਕਰੋੜ ਵੱਟਿਆ ਗਿਆ ਹਾਂ ਇੱਕ ਫਿਲਮ ਸੀ ਨਾ ਤੂੰ ਦੱਸੀ ਮੈਨੂੰ ਜੀ ਮੈਂ ਕਿਹਾ ਮੈਂ ਦੋ ਦਿਨ ਕੰਮ ਕੀਤਾ ਡੂਢ ਦਿਨ ਹਾਂਜੀ 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 ਕਿਹੜੀ ਫਿਲਮ ਸੀ ਉਹ ਯਾਰੀ ਜੱਟ ਦੀ ਹਾਂ ਹਾਂ ਉਹ ਫਿਲਮ ਉਹਨਾਂ ਨੂੰ ਪ੍ਰੋਡਿਊਸਰਾਂ ਨੂੰ ਘਾਟਾ ਪਿਆ 5-6 ਲੱਖ ਰੁਪਏ ਦਾ ਅੱਛਾ ਜੀ ਤੇ ਬਣੀ ਫਿਲਮ 10-12 ਲੱਖ ਹਾਂਜੀ 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 ਉਹਨਾਂ ਨੂੰ ਘਾਟਾ ਪਿਆ ਮੁੜ ਕੇ ਪੂਰਾ ਨਹੀਂ ਹੋਇਆ ਵਾਹ ਤੇ ਲੋਕ ਕਹਿੰਦੇ ਉਹਨੇ ਫਿਰ 1 ਲੱਖ ਰੁਪਏ ਕਮਾ ਲਿਆ ਸਹੀ ਗੱਲ ਹੈ ਹਾਂ ਬਾਰਾਂ ਵਾ ਹੁਣ ਜੱਟ ਬਲੈਦੀ ਬਾਬੂ ਹਾਂਜੀ ਮਸਾਂ ਐਟ ਬਾਰ ਰਾਈਟ ਜੀਜਾ ਸਾਹਿਬ ਆਪਣੇ ਜੀਜਾ ਮਾਤਾ ਲਾਲ ਦਾ ਹਾਂਜੀ ਨਹੀਂ ਮੇਰੀ ਆਦਮੀ ਫਿਲਮ ਮਾਤਾ ਲਾਲ ਦਾ ਹਾਂਜੀ ਲੋਸ ਵਾਹ ਬਲੈਦੀ ਬਾਬੂ ਜਾਮਾ ਸ਼ੇਰਾਂ ਵਾਲੀ ਨਫਾ ਵਾਹ ਪਲੱਸ ਤੇ ਅੰਬੇ ਮਾਜੇ ਦਾ ਮਹਿਮਾ ਥੋੜ੍ਹਾ ਜਿਹਾ ਲੋਸ ਠੀਕ ਹੈ ਜੀ ਫਿਰ ਬਾਕੀ ਕਿਵੇਂ ਪੂਰਾ ਕਰੋਗੇ ਜੀ ਇਹਨਾਂ ਨੂੰ ਹਾਂ ਸੋ ਬਾਕੀ ਇਹ ਜੇ ਉਹ ਕੋਈ ਪ੍ਰੋਡਿਊਸਰ ਬਣਨਾ ਚਾਹੁੰਦਾ ਉਹਨੂੰ ਪਹਿਲਾਂ ਸੋਚਣਾ ਚਾਹੀਦਾ ਕੋਈ ਫਿਲਮ ਬਣਾਉਣਾ ਚਾਹੁੰਦਾ ਉਹਨੂੰ ਸੋਚਣਾ ਚਾਹੀਦਾ ਕਿ ਇਹਦੇ 'ਚ ਘਾਟਾ ਵੀ ਹੋਣਾ ਹਰਜਾਪ ਸਿੰਘ ਪਹਿਲਾਂ ਤੂੰ ਗੱਲ ਸੁਣ ਹਾਂ ਤੂੰ ਹਾਂ ਕਿੰਨਾ ਹੀ ਸਿਆਣਾ ਹਾਂਜੀ ਚਾਹੇ ਰਿਕਾਰਡ ਕਰ ਲਓ ਹਾਂਜੀ ਕਿੰਨਾ ਹੀ ਤੂੰ ਮੈਨੂਪੁਲੇਟਰ ਹੈ ਨੰਬਰ 1 ਹਾਂਜੀ ਕਿੰਨਾ ਹੀ ਤੂੰ ਵਧੀਆ ਐਕਟਰ ਹੈ ਹਾਂਜੀ ਤਿੰਨੇ ਕੰਮ ਹੋਣ ਦੇ ਬਾਅਦ ਤੂੰ ਫਿਲਮਾਂ 'ਚ ਫੇਲ ਹੋ ਜਾਏਗਾ ਵਾਹਿਗੁਰੂ ਸੋ ਭਾਵੇਂ ਤੁਸੀਂ 3 ਚੀਜ਼ਾਂ ਤੁਹਾਡੇ ਕੋਲ ਗੁਣ ਹੋਣ 4 ਚੀਜ਼ਾਂ ਹੋਣ ਹੋਰ ਫਿਲਮਾਂ 'ਚ ਫੇਲ ਹਾਂ ਨਾ ਵਾਹਿਗੁਰੂ ਤੁਹਾਨੂੰ ਉੱਥੇ ਉਹਨਾਂ ਨੇ ਡੇੜੇ ਲੱਗਣੇ ਦੇਣਾ ਵਾਹ ਤੁਹਾਨੂੰ ਉੱਥੇ ਉਹਨੇ ਥੋੜ੍ਹੀ ਹਾਂ ਜਾਂ ਮਿਲਾਈ ਜਾਣੀ ਹੈ ਜਿਹੜੀ ਚੀਜ਼ ਗੰਦੀ ਉਹ ਵੀ ਕਰੀ ਜਾਣਗੇ ਤਾਂ ਉਹਨਾਂ ਨੂੰ ਵੀ ਫਰਕ ਪੈਂਦਾ ਮੈਂ ਜੀ ਤੁਹਾਨੂੰ ਦੱਸਦਾ ਮੈਂ ਗਲਤੀ ਨਾਲ ਤੁਹਾਨੂੰ ਖਾ ਜਾਣਗੇ ਸੁਣ ਦੋ ਮੈਂ ਗਲਤੀ ਨਾਲ ਬੰਬੇ ਚਲ ਗਿਆ ਇੱਕ ਵਾਰੀ ਉਹ ਮੈਨੂੰ ਕੋਈ ਬੰਦਾ ਕਹਿੰਦਾ ਫਿਲਮ ਸਿਟੀ ਦਾ ਟੂਰ ਕਰਾ ਉੱਥੇ ਜੀ ਇੰਨਾ ਚਿੰਬੜੇ ਬੰਦੇ ਉਹ ਤਾਂ ਜੀ ਇੱਦਾਂ ਖਿੱਚਣ ਇੰਨਾ ਪਤਿਆਉਣ ਕਿ ਤੁਸੀਂ ਹੀਰੋ ਬਣ ਜਾਓ ਤੁਹਾਨੂੰ ਕੀ ਹੋਇਆ 50 ਲੱਖ ਲੱਗਣੇ 60 ਲੱਖ ਲੱਗਣੇ ਫਿਲਮ ਮੈਂ ਕਿਹਾ ਭਰਾਵਾ ਸਾਡੇ ਕੋਲ ਹੈ ਨਹੀਂ ਸਾਨੂੰ ਪਤਾ ਕਿ ਸਾਨੂੰ ਵਕੀਲੀ ਜੋਗਾ ਰਹਿੰਦੇ ਹੋ ਤੁਹਾਡੀ ਇੱਕ ਫਿਲਮ ਕੀਤੀ ਮੈਨੂੰ ਪਤਾ ਨਹੀਂ ਕਿੰਨੇ ਵੀਜ਼ੇ ਲਾਉਣੇ ਪੈਣੇ ਬਾਅਦ 'ਚ ਪੂਰੇ ਕਰ ਲਈ ਪੈਸੇ ਜਿਹੜੇ ਹਰਜਾਪ ਸਿੰਘ ਜੀ ਜਿਹੜੇ ਲੋਕਾਂ ਦੇ ਪੈਸੇ ਗਵਾਏ ਗਏ ਨੇ ਫਿਲਮਾਂ 'ਚ ਹਾਂਜੀ ਮੈਨੂੰ ਪਤਾ ਹੈ ਮੈਂ ਕਹਿ ਦਿੰਦਾ ਸੀ ਮੈਂ ਕਹਿ ਕੇ ਤੁਸੀਂ ਕਿਉਂ ਪੈਸੇ ਗਵਾਉਣੇ ਹੋ ਇਹ ਤੁਸੀਂ ਜ਼ਿਆਦਾ ਕੰਮ ਕਰੋ ਮਿੱਤਰ ਸਾਹਿਬ
ਪੈਸੇ ਲਾਓ ਤੇ ਕੰਮ ਕਰੋ। ਪੱਗ ਲੈ ਗਈ, ਜੁੱਤੀਆਂ ਪਈਆਂ, ਪੁਲਿਸ ਨੇ ਕੁੱਟਿਆ, ਘਰੇ ਆ ਗਏ, ਅਗਲੇ ਸਾਲ ਯਾਰ 2 ਘੰਟੇ ਪਹਿਲਾਂ ਚੱਲਾਂਗੇ। ਜੁੱਤੀਆਂ ਖਾ ਕੇ ਆਏ ਹੋ ਤੁਸੀਂ, ਹਲੇ 2 ਦਿਨ ਦਾ ਰੋਜ਼ ਹੋ ਚੁੱਕੇ। ਤੁਸੀਂ ਜਦੋਂ ਬੰਬੇ ਗਏ ਤਾਂ ਬੜੇ ਬੜੇ ਸਟਾਰ ਦੇਖੇ ਹੋਣੇ, ਅਮਿਤਾਭ ਬੱਚਨ ਹੋਣੇ, ਧਰਮਿੰਦਰ ਹੋਣੇ, ਜੇ ਤੁਸੀਂ ਉਹਨਾਂ ਤੋਂ ਵੀ ਤੁਸੀਂ ਕੋਈ ਪ੍ਰਭਾਵਿਤ ਹੋਏ ਕਿ ਯਾਰ ਕਿ ਸਾਡਾ ਲੈਵਲ ਵੀ ਏਦਾਂ ਬਣੇ, ਜਾਂ ਤੁਸੀਂ ਹਮੇਸ਼ਾ ਰੱਖੇ ਸੀ ਕਿ ਯਾਰ ਕਿਸੇ ਕਾਮੇਡੀ ਰੱਖਣ ਆਪਣਾ ਲੈਵਲ ਜੋ? ਮੈਂ ਕਮੇਡੀਆਂ ਨਾ, ਮੈਂ ਤਾਂ ਕਮੇਡੀ ਕਰੂੰਗਾ ਬਸ। ਵਾਹਿਗੁਰੂ, ਮੈਨੂੰ ਕੀ ਦੱਸੀ ਵੀ ਮੈਂ ਕਮੇਡੀ ਵੱਡਾ, ਪਰ ਮੈਨੂੰ ਵੀ ਬਣ ਜੂ ਕਿਵੇਂ? ਮੈਨੂੰ ਇੱਕ ਵੱਡਾ ਬੰਦਾ ਕਹਿੰਦਾ, ਮੋਹਨ ਚੰਗਾ ਐਕਟਰ ਹੈ, ਉਹ ਕਹਿੰਦਾ ਵੱਧ ਤੋਂ ਵੱਧ ਤੂੰ ਸੁੰਦਰ ਬਣ ਜਾਏਗਾ, ਪੈਰਿਟ ਛੱਡਿਆ। ਮੈਂ ਫਿਰ ਤਾਂ ਭੁੱਖਾ ਮਰ ਗਿਆ, ਮੈਂ ਭਾਈ ਮੈਂ ਗੱਲ ਹੀ ਬਣਦੀ, ਉਦੋਂ ਬਾਅਦ ਬਣ ਹੀ ਨਹੀਂ ਸਕਦਾ, ਸੁੰਦਰ ਬਾਅਦ ਕੀ ਬਣ ਜਾਏਗਾ? ਹਾਂਜੀ, ਪਛਤਾਇਆ ਸੀ, ਹੁਣ ਤਾਂ ਆ ਗਏ ਮਗ ਗਈ। ਫਿਰ ਮੇਰੇ ਜਦੋਂ ਮੇਰੇ ਮਾਤਾ ਲਾਲ ਫਿਲਮ ਹੋ ਗਈ ਨਾ, ਅਤੇ ਮੈਂ ਘਰੇ ਆ ਕੇ ਬਹਿ ਗਿਆ, ਅਤੇ ਮੈਂ ਕਚਹਿਰੀ 'ਚ ਰਹਿ ਗਿਆ। ਹਾਂਜੀ, ਉਹ ਸਾਰੇ ਉਹ ਐਕਟਰ ਸੌ ਮਗੇ ਸੀ, ਬੜਾ ਪੰਗਾ ਪੈ ਗਿਆ। ਮੈਂ ਘਰੇ ਆਇਆ, ਮੈਂ ਵਾਈਫ ਨੂੰ ਕਿਹਾ, ਵਾਈਫ ਕਹਿੰਦੀ ਇੱਕ ਫਿਲਮ ਹੋਰ ਬਣਾਓ, ਕਿਸਮ ਕਿਉਂਕਿ ਹੁਣ ਆਇਆ ਕਰੋ ਤੁਸੀਂ। ਹਾਂ, ਫਿਰ ਮੈਂ ਬੜਾਈ ਜਾਇਆ ਮਦਰ ਸ਼ੇਰਾਂ ਵਾਲੀ, ਉਹ ਫਿਲਮ ਬਹੁਤ ਚੱਲੀ ਵੈਸੇ। ਅੱਛਾ ਜੀ, ਵਾਹਿਗੁਰੂ। ਤਾਂ ਤੁਸੀਂ ਮੈਨੂੰ ਇਹ ਗੱਲ ਦੱਸੋ, ਜਿਸ ਤਰ੍ਹਾਂ ਅਸੀਂ ਤੁਹਾਡੇ ਤੋਂ ਇੰਸਪਾਇਰ ਹਾਂ ਤੇ ਕਈ ਲੱਖਾਂ ਲੋਕ ਤੁਹਾਡੇ ਤੋਂ ਇੰਸਪਾਇਰ ਹੈ, ਤੁਸੀਂ ਕਿਹਨਾਂ ਤੋਂ ਇੰਸਪਾਇਰ ਹੋ? ਤੁਹਾਨੂੰ ਕਿਹੜਾ ਵਧੀਆ ਕਮੇਡੀਅਨ ਲੱਗਾ? ਇੱਕ ਤਾਂ ਮੈਨੂੰ ਮਹਿਮੂਦ, ਵਾਹਿਗੁਰੂ, ਨੰਬਰ 1। ਹਾਂਜੀ, ਇੱਕ ਮੁਨੱਵਰ ਜ਼ਰੂਫ ਸੀ ਪਾਕਿਸਤਾਨ ਦਾ, ਮੁਨੱਵਰ ਜ਼ਰੀਫ, ਤੁਸੀਂ ਨਾਂ ਸੁਣਿਆ ਨਹੀਂ? ਮੈਂ ਸੁਣਿਆ ਨਹੀਂ। ਉਹ ਬਹੁਤ ਜੰਗੀ ਵਿਚਵਾਲ, ਉਹਦੇ ਵਰਗਾ ਐਕਟਰ ਤਾਂ ਖੈਰ ਹੋਣਾ ਹੀ ਨਹੀਂ ਕੋਈ। ਉਹਨੇ ਇੱਕ ਫਿਲਮ ਬਣਾਈ ਸੀ, ਉਹਦੀ ਕਾਪੀ ਕੀਤੀ ਇੰਡੀਆ ਵਾਲੇ ਨੇ, ਅਤੇ ਉਹਦਾ ਰੋਲ ਕੀਤਾ ਧਰਮਿੰਦਰ ਨੇ ਉਦੋਂ। ਹਾਂਜੀ, ਪਰ ਧਰਮਿੰਦਰ ਉਹਦੇ 50% ਵੀ ਨਹੀਂ ਕਰ ਸਕਿਆ ਕਾਪੀਆਂ ਦੇ। ਜਿਵੇਂ ਜੀਜਾ ਸਾਡੀ ਫਿਲਮ ਸੀ, ਚਾਹੇ ਕੋਈ ਬਣਾ ਲੇ, ਜਿਹੜਾ ਜੀਜਾ ਸਾਡੇ ਮੈਂ ਰੋਲ ਕੀਤਾ ਨਾ ਪੰਜਾਬੀ 'ਚ, ਕੋਈ ਹਿੰਦੀ 'ਚ ਨਹੀਂ ਕਰ ਸਕਦਾ। ਮੈਨੂੰ ਪਤਾ ਮੈਂ ਕਿਵੇਂ ਕੀਤਾ, ਉਹ ਮੈਂ ਨਹੀਂ ਕਰ ਸਕਦਾ ਕੋਈ ਆਦਮੀ, ਉਹ ਮੈਂ ਐਕਟ ਨਹੀਂ ਕਰ ਸਕਦਾ ਕੋਈ। ਵਾਹਿਗੁਰੂ, ਤਾਂ ਤੁਸੀਂ ਮਹਿਮੂਦ ਤੋਂ ਕਾਫੀ ਇੰਸਪਾਇਰ ਹੋਏ? ਬਹੁਤ ਜ਼ਿਆਦਾ ਜੀ। ਵਾਹਿਗੁਰੂ, ਉਹਦਾ ਹੀ ਵਾਜ਼ ਵਨ ਆਫ ਦ ਬੈਸਟ ਰਾਈਟ। ਵਾਹਿਗੁਰੂ। ਹੁਣ ਜਿਹੜੇ ਐਕਟਰ, ਕਿਉਂਕਿ ਤੁਹਾਨੂੰ ਪਤਾ ਰੀਸੈਂਟਲੀ ਦਾਰਾ ਸਿੰਘ ਜੀ ਵੀ ਗੁਜ਼ਰ ਗਏ, ਰਜੇਸ਼ ਖੰਨਾ ਜੀ ਵੀ ਗੁਜ਼ਰ ਗਏ, ਉਹ ਪੰਜਾਬੀਆਂ ਦਾ ਸ਼ਾਇਦ ਪ੍ਰਭਾਵ ਨਹੀਂ ਰਿਹਾ ਜੋ ਬੰਬੇ 'ਚ ਇੱਕ ਟਾਈਮ 'ਤੇ। ਹੋਰ ਜੰਮੇ ਹੋ ਗਿਆ, ਹੋਰ ਆ ਜੂ, ਹੋਰ ਆ ਜੂਗੇ, ਕੋਈ ਚੱਲ ਜੂਗੇ, ਜਾਂ ਇਹ ਪੰਜਾਬੀ ਜੋਗੇ ਰਹੂਗੇ? ਆਉਣਗੇ ਜੀ, ਆਉਣਗੇ। ਤੁਸੀਂ ਦੇਖਿਆ ਟੈਲੈਂਟ ਕਿ ਹੈਗਾ ਜਦੋਂ ਨਿਕਲਦਾ ਨਾ, ਐਂ ਨਹੀਂ ਪਤਾ ਵੀ ਖੁੰਬ ਕਦੋਂ ਉਗਰੇ। ਆਸੇ ਇੱਕ ਵਜੋਂ ਜੋ ਝਾੜ ਨੂੰ ਦੇਖੂਗਾ ਨਾ, ਹਾਂਜੀ, ਉਹ ਸਾਲੇ ਉਹ ਖੁੰਬ ਅੱਡੀ ਹੋਈ ਪਈ ਹੈ, ਪਤਾ ਹੀ ਲੱਗਦਾ ਵੀ ਕਦੋਂ ਹੋ ਗਿਆ ਜੀ। ਮਿੱਤਲ ਸਾਹਿਬ, ਤੁਸੀਂ ਆਪਣੀ ਜ਼ਿੰਦਗੀ ਦਾ, ਕਿਉਂਕਿ ਹਰੇਕ ਬੰਦਾ ਜਦੋਂ ਆਪਣੀ ਜ਼ਿੰਦਗੀ ਦੇ ਅਖੀਰਲੇ ਸਟੇਜਾਂ 'ਤੇ ਆਉਂਦੇ ਆ, ਤਾਂ ਕੋਈ ਨਾ ਕੋਈ ਨਿਚੋੜ ਕਰਦਾ ਜ਼ਿੰਦਗੀ ਦਾ, ਤੁਸੀਂ ਨਿਚੋੜ ਕੀ ਕੱਢਿਆ ਇਸ ਜ਼ਿੰਦਗੀ ਦਾ? ਤੁਸੀਂ ਆਪਣਾ ਨਿਚੋੜ ਕੀ ਕੱਢਿਆ ਆਪਣੇ ਲਾਈਫ ਦੇ ਐਕਸਪੀਰੀਅੰਸ ਦਾ, ਜੋ ਤੁਹਾਡੇ ਤੁਹਾਨੂੰ ਜੋ ਪਿਆਰ ਮਿਲਿਆ ਜਾਂ ਤੁਸੀਂ ਜੋ ਐਕਟਿੰਗ ਕੀਤੀ, ਕੀ ਤੁਹਾਨੂੰ ਸਿੱਖਿਆ ਕੀ ਦਿੱਤੀ ਜ਼ਿੰਦਗੀ? ਬਹੁਤ ਸ਼ਾਨਦਾਰ ਗੱਲ ਹੈ। ਇੱਕ ਬੱਚਾ ਜਾਂਦਾ, ਉਹ ਚੌਥੀ ਪੜ੍ਹਦਾ, ਉਹਦਾ ਜਿਹੜਾ ਨਿਚੋੜ ਹੁੰਦਾ ਨਾ, ਉਹ ਪੜ੍ਹਦਾ ਮਾਂ ਬਾਪ ਨਹੀਂ ਰਹਿਣ ਦਿੰਦੇ, ਥੱਪੜ ਮਾਰੀ ਜਾਂਦੇ, ਤੂੰ ਡਾਕਟਰ ਬਣਨਾ। ਹੁਣ ਪਤਾ ਮੈਂ ਡਾਕਟਰ ਨਹੀਂ ਬਣਨਾ, ਆਈ ਵਾਂਟ ਟੂ ਬਿਕਮ ਪਲੇਅਰ, ਮੈਂ ਉੱਥੇ ਲੋਕਾਂ ਨੂੰ ਮੈਂ ਜਿੱਤਣਾ ਓਲੰਪਿਕ, ਤੂੰ ਪਲੇਅਰ ਬਣਨਾ, ਤੈਨੂੰ ਮੈਸੀ ਬਣਾਉਣੇ ਆ, ਉਹ ਜੋ ਕਰੀ ਜਾਣਗੇ ਕਰੀ ਜਾਣਗੇ। ਇੱਕ ਜੀ ਮਿੱਤਲ ਸਾਹਿਬ, ਤੁਸੀਂ ਹੁਣ ਐਕਸਪੀਰੀਅੰਸਡ ਆ, ਆਪਣੀ ਜ਼ਿੰਦਗੀ ਦੀ ਅਖੀਰਲੀ ਸਟੇਜਾਂ 'ਤੇ ਆ, ਤੁਸੀਂ ਜ਼ਿੰਦਗੀ ਦੇ ਨਿਚੋੜ ਕੀ ਕੱਢੇ ਆ ਲਾਈਫ ਦੇ, ਤੁਹਾਨੂੰ ਕੀ ਕੁਛ ਸਿਖਾ? ਨਿਚੋੜੇ ਆ ਜੀ, ਵੀ ਐਕਚੁਅਲੀ ਜਦੋਂ ਬੰਦਾ ਗਰੋ ਕਰਦਾ ਨਾ, ਉਹਦੀ ਜਿਹੜੀ ਉਹਦੇ ਜਿਹੜਾ ਉਹਦਾ ਲੇਵਲ ਹੁੰਦਾ ਨਾ, ਉਹ ਕੋਈ ਰੀਡ ਨਹੀਂ ਕਰਦਾ, ਘੱਟ ਕਰਦੇ, ਰਾਈਟ, ਮਾਂ ਬਾਪ ਆਪਦੇ ਹਿਸਾਬ ਨਾਲ ਚਲਾਉਂਦੇ ਆ। ਹਾਂਜੀ, ਭਾਵਾਂ ਮਾਂ ਬਾਪ ਡਫਰ ਹੈ, ਉਹ ਐਂ ਸਮਝੇ ਵੀ ਅਸੀਂ ਮੁੰਡੇ ਨਾਲ ਸਿਆਣੇ ਹਾਂ, ਭਾਵਾਂ ਮੁੰਡਾ ਜ਼ਿਆਦਾ ਹੀ ਪੜ੍ਹਿਆ ਹੋਵੇ ਉਹਨਾਂ, ਮਗਰ ਜੀ ਉਹ ਪੜ੍ਹੇ ਤਾਂ ਬਾਅਦ ਪੜ੍ਹਦਾ, ਪਹਿਲਾਂ ਤਾਂ ਉਹਨੂੰ ਕੁੱਟੀ ਤੁਰੇ ਜਾਂਦੇ ਨਾ, ਹੁਣ ਕਰਕੇ ਤੂੰ ਆਪ ਬਣਨਾ, ਨਾਲੇਜ ਮੜ ਜੀ ਨਹੀਂ ਹੁੰਦੀ। ਹਾਂਜੀ, ਫਿਰ ਸੈਕਿੰਡਲੀ ਗੱਲ ਇਹ ਹੈ, ਜਦੋਂ ਉਹ ਇਹਦਾ ਉਹ ਬੱਚੇ ਨੂੰ ਵੀ ਪਤਾ ਹੁੰਦਾ, ਕਈ ਵਾਰੀ ਲੱਗ ਜਾਂਦਾ ਵੀ ਇਹ ਪੈਸੇ ਇਹਨਾਂ ਦੇਣੇ ਆ, ਵੀ ਮੇਰੀ ਮਨ ਦੇ ਤਾਂ ਹੈ ਨਹੀਂ, ਜਿਵੇਂ ਕੀ ਇਹਦੇ ਕਰੀ ਚਲੋ। ਹਾਂਜੀ, ਕਈ ਵਾਰੀ ਬੱਚਾ ਡਿਪਰੈਸ ਹੋ ਜਾਂਦਾ, ਮਾਰਦਾ, ਇਸ ਵਾਸਤੇ ਨਿਚੋੜ ਤਾਂ ਇਹ ਵੀ ਬੰਦੇ ਦੀਆਂ ਖੁਆਇਸ਼ਾਂ ਤਾਂ ਇੰਡੀਆ ਇੰਨੀ
ਦਵਾਈ ਆ ਨਹੀਂ ਕੰਟਰੀ ਹੈ, ਇੰਨੀ ਪਬਲਿਕ ਵਧੀ ਜਾਂਦੀ ਹੈ, ਇੰਨੇ ਬੱਚੇ ਵਧੀ ਜਾਂਦੇ ਹੈ ਕਿ ਲੋਕ ਇਹ ਸੋਚਦੇ ਨਹੀਂ ਮੇਰੇ ਪੁੱਤਰ ਮੈਂ ਕੀ ਬਣਾਉਣਾ ਕੀ ਨਹੀਂ ਬਣਾਉਣਾ। ਹਰੇਕ ਆਦਮੀ ਆਪਦੇ ਆਪੇ ਬਣਦਾ, ਮੇਰੇ ਸਾਰੇ ਭਰਾ ਦੁਕਾਨਦਾਰ ਆ, ਮੈਂ ਇਕੱਲਾ ਲਾਈਟਰ ਬਣ ਗਿਆ ਔਰ ਮੈਂ ਇਕੱਲਾ ਮਾਡਰਨ ਸੀ। ਅੱਛਾ ਜੀ। ਹਾਂ ਵੀ ਘੁੰਡ ਨਹੀਂ ਕਰਨਾ, ਆਹ ਨਹੀਂ ਕਰਨਾ, ਕੋਈ ਮਤਲਬ ਨਹੀਂ, ਕੋਈ ਮੈਂ ਤਿਉਹਾਰ ਨਹੀਂ ਮਨਾਉਣਾ, ਆਹ ਸੁਣ ਆ ਗਈ, ਆਹ ਕਰੋ ਆਹ ਕਰੋ, ਮੈਂ ਸਭ ਵਾਈਫ ਨੂੰ ਕਹਿੰਦਾ ਮੈਂ ਸਭ ਬੰਦ ਕਰੋ। ਅੱਛਾ ਜੀ। ਆਪਾਂ ਕੋਈ ਕੰਮ ਨਹੀਂ ਕਰਨਾ। ਠੀਕ ਹੈ। ਅਤੇ ਬਾਕੀ ਇਹ ਦਿਲ ਦਾ ਖੁਆਇਸ਼ ਹੈ ਜੀ। ਹੁਣ ਕਹਿੰਦਾ ਮੈਨੂੰ ਇੰਝ ਕਰਦਾ ਵੀ ਮੈਨੂੰ ਖੁੱਲ੍ਹਾ ਚਾਂਸ ਮਿਲਦਾ ਐਕਟਿੰਗ 'ਚ। ਹਾਂਜੀ। ਅਤੇ ਮੈਨੂੰ ਹਲੇ ਜਿਹੜੇ ਮੈਨੂੰ ਤਾਂ ਐਕਚੁਅਲੀ ਇਹ ਪਰਮਾਤਮਾ ਦੀ ਮਰਜ਼ੀ ਹੈ ਵੀ ਮੈਨੂੰ ਇਹਨਾਂ ਬਣਾ ਤਾ। ਹਾਂਜੀ। ਕਿਸੇ ਨੇ ਮੈਨੂੰ ਦਿਲੋਂ ਸਿਰਫ ਜੱਟੀ ਤੋਂ ਬਗੈਰ ਅਤੇ ਜੀਜਾ ਸਾਹਿਬ ਤੋਂ ਬਗੈਰ, ਇੱਕ ਦੋ ਫਿਲਮਾਂ ਹੋਰ ਉਹ ਵਗੈਰਾ ਐਕਟਿੰਗ ਕਰਵਾਈ ਨਹੀਂ, ਮੈਂ ਆਪਣੇ ਆਪ ਹੀ ਸੀਨ ਲਿਖਿਆ ਹੈ। ਤੁਹਾਨੂੰ ਮੈਂ ਦੱਸ ਨਹੀਂ ਸਕਦਾ, ਮੈਂ ਦੁਖੀ ਹੋ ਗਏ ਦੇ ਬੁੱਤਾ ਹੀ ਲਾਇਆ ਹੋਇਆ, ਮੈਂ ਗੁੱਸਾ ਵੀ ਨਹੀਂ ਹੋਇਆ, ਮੈਂ ਦੁਖੀ ਹੋ ਗਿਆ, ਮੈਂ ਕਿੱਥੋਂ ਯਾਰ ਮੈਨੂੰ ਇੰਨਾ ਕੰਮ ਕਰਨਾ ਪਾ ਕੀ ਕਰਾਂ। ਤੁਸੀਂ ਕੀ ਸੋਚਦੇ ਕਿ ਇੱਥੇ ਜੋ ਕਿ ਬੱਚਿਆਂ ਨੂੰ ਦਬਾਇਆ ਜਾਂਦਾ, ਉਹਨਾਂ ਦੀ ਖੁਆਇਸ਼ਾਂ ਦਬਾਇਆ ਜਾਂਦੀਆਂ ਇਸ ਮੁਲਕ 'ਚ, ਖਾਸ ਤੌਰ 'ਤੇ ਇੰਡੀਆ ਦੇ ਵਿੱਚ, ਕਿ ਉਹਨਾਂ ਨੂੰ ਗਰੋਕ, ਉਹਨਾਂ ਨੂੰ ਕੀ ਕਰ ਦੇਣਾ ਚਾਹੀਦਾ, ਸਾਨੂੰ ਜੋ ਬਣਨਾ ਚਾਹੁੰਦੇ ਉਹ ਉਹਨੂੰ ਸਪੋਰਟ ਕਰਨੀ ਚਾਹੀਦੀ, ਉਹ ਹੀ ਕਰਨੀ। ਹਾਂਜੀ, ਬਹੁਤ ਸ਼ਾਨਦਾਰ ਹਰਜਾਪ ਸਿੰਘ ਗੱਲ ਸੁਣੀ ਵੀ ਲੋਕ ਕਹਿੰਦੇ ਹੈ ਵੀ ਬੰਬੇ ਸੈਕਸ ਹੈ ਅਮਰੀਕਾ 'ਚ, ਹਾਂਜੀ, ਕੈਨੇਡਾ ਬਾਜ਼ਾਰਾਂ 'ਚ ਫੋਟੋਆਂ ਲੱਗੀਆਂ ਵੀ, ਹਾਂਜੀ, ਵੀ ਕੁੜੀਆਂ ਨੂੰ ਇਹ ਪਤਾ ਹੈ ਵੀ ਮੈਂਸਿਸ ਕੀ ਹੁੰਦੇ ਆ, ਹਾਂਜੀ, ਬੱਚਾ ਕਿਵੇਂ ਪੈਦਾ ਹੁੰਦਾ, ਹਾਂਜੀ, ਵੀ ਇਹ ਕਿਉਂ ਹੁੰਦਾ ਹੈ, ਹਾਂਜੀ, ਉਹਦੇ ਬਾਵਜੂਦ ਤੁਸੀਂ ਐਂ ਦੇਖ ਲਓ ਹੁਣ ਓਲੰਪਿਕ ਹੋਈਆਂ, ਹਾਂਜੀ, ਇਹਦੇ ਕੋਲ ਗੋਲਡਨ ਕੱਪ ਹੈ ਕੋਈ ਨਹੀਂ, ਤੇ ਫਿਰ ਇਹਨੇ ਜੇ 100 ਕਰੋੜ 'ਚ ਇਹ ਨਹੀਂ ਕਰ ਸਕਦੇ ਇਸ ਲੈਕਸ ਮਗਰ ਪਰ ਫਿਰਦੇ, ਉਹਨਾਂ ਤੋਂ ਐਂ ਦੇਖੋ ਚਾਈਨਾ ਨੇ ਕਿੰਨੇ ਲਏ ਆਪਾਂ, ਹਾਂਜੀ, ਅਮਰੀਕਾ ਨੇ ਕਿੰਨੇ ਲਏ, ਇੰਗਲੈਂਡ ਨੇ ਕਿੰਨੇ ਲਏ, ਇੰਗਲੈਂਡ ਕਿੰਨੇ ਲਏ, ਫਰਾਂਸ ਨੇ ਕਿੰਨੇ ਲਏ, ਜਰਮਨ ਨੇ ਕਿੰਨੇ ਲਏ, ਹਾਂਜੀ, ਉਹਨਾਂ ਨੇ ਲੈ ਲਏ, ਸਾਡੇ ਕੋਲ ਕਾਪੀ ਹੈ ਨਹੀਂ ਗਾ, ਫਿਰ ਤੋਂ ਐਵੇਂ ਤੋਂ ਫਿਰਦੇ ਹਾਂ ਅਸੀਂ, ਮਤਲਬ ਤਾਂ ਇਹੀ ਹੋਇਆ। ਫਿਰ ਬਾਕੀ ਹੋਰ ਗੱਲ ਹੈ, ਇਹ ਕਹਿੰਦੇ ਜੀਨੀਅਸ ਵਾਲੇ ਹੈ, ਹਾਂਜੀ, ਆ ਜਿੰਨੇ ਬੱਚੇ ਬਣੀਆਂ ਨੇ ਇੰਜੀਨੀਅਰ, ਹਾਂਜੀ, ਵੀ ਬੜੇ ਇੰਜੀਨੀਅਰ, ਹਾਂਜੀ ਹਾਂਜੀ, ਅਮਰੀਕਾ 'ਚ ਵੀ ਜਾਂਦੇ ਆ, ਇੱਥੇ ਵੀ ਕਾਲ ਸੈਂਟਰ ਹੈ, ਹਾਂਜੀ, ਇਹ ਤੁਸੀਂ ਇਹ ਦੇਖ ਲਿਓ ਇਹ ਬੱਚਿਆਂ ਦੇ ਨਾ ਕੁੱਬੇ ਹੋ ਜਾਣਗੇ, ਹਾਂਜੀ, ਤੇ ਇਹ ਜਿਹੜੇ ਇਹਦੇ ਬੱਚੇ ਹੋਣਗੇ ਨਾ, ਆਪਣੇ ਤਾਂ ਬੱਚੇ ਹੋਣ 'ਚ ਨਹੀਂ ਆਉਣੇ, ਜਿਵੇਂ ਭੱਜ ਜਾਣ ਸੀ, ਨਹੀਂ ਪਰਫੈਕਟ ਹੈ, ਅਖਬਾਰ 'ਚ ਆਇਆ ਸੀ ਉਹਦੇ, ਠੀਕ ਹੈ ਜੀ, ਅਖਬਾਰ 'ਚ ਆਇਆ ਸੀ, ਕਹਿੰਦੇ ਜੀ ਮੈਂ ਸਭ ਮੈਂ ਦੇਖੀ ਜਾਂਦਾ, ਇੱਕ ਆਦਮੀ ਕਹਿੰਦਾ ਮੈਂ ਤਾਂ ਜੀ ਕੁਛ ਨਹੀਂ ਕਰ ਸਕਦਾ, ਮੈਂ ਤਾਂ ਮਤਲਬ ਸਾਰਾ ਪੜ੍ਹਾਈ ਯੋਗਾ ਰਹੇ, ਹਾਂ ਪੜ੍ਹਾਈ ਯੋਗਾ ਹੈਗੀ, ਅਤੇ ਜਿਹੜੇ ਪੜ੍ਹਾ ਜੀਨੀਅਸ ਹੈ, ਹਾਂਜੀ, ਵੀ ਕੁਝ ਕੋਈ ਜੀਨੀਅਸ ਹੈ ਜਿਹੜੇ ਸੁਬਹ ਤੋਂ ਲਾ ਕੇ ਸ਼ਾਮ ਤੱਕ ਪੜ੍ਹਦੇ ਰਹੇ, ਹਾਂਜੀ, ਅਤੇ ਉਧਰ ਵਾਈਫ ਵੀ ਜੀਨੀਅਸ ਹੈ, ਹਾਂਜੀ, ਜਿਹੜਾ ਮੁੰਡਾ ਜੰਮੂ ਹੈ ਨਾ, ਕਿਉਂ ਉਹ ਜਿਹੜੀ ਮਲਾਈ ਤਾਕਤ ਦੀ ਸੀ, ਹਾਂਜੀ, ਜਿਹੜੀ ਮਲਾਈ ਜੀਨੀਅਸ ਦੀ ਸੀ, ਜਿਹੜੀ ਗੇਮਾਂ ਦੀ ਸੀ, ਉਹ ਖਤਮ ਹੋ ਗਈ, ਇਕੱਲੇ ਹੀ ਪੈਸੇ, ਜੇ ਤੁਸੀਂ ਇਕੱਲੀ ਇਕੱਲਾ ਤਾਂ ਸੋਨਾ ਨਹੀਂ ਪੜ੍ਹਾ ਸਕਦੇ ਸੀ, ਜੇ ਉਹ ਨਾ ਮਿਲਾਵਟ ਕਰੋਗੇ ਉਹ ਟੇਢਾ ਹੋ ਜਾਂਦਾ, ਮਿੰਟ ਕਿਹੜਾ ਪਾ ਲਓ ਤੁਸੀਂ ਸੋਨੇ ਦਾ, ਹਾਂਜੀ, ਜੇ ਉਹ ਮਿਲਾਵਟ ਨਹੀਂ ਨਾ, ਟੇਢਾ ਹੋ ਜਾਏਗਾ ਮਿੰਟ, ਹਾਂਜੀ, ਅਤੇ ਉਹ ਤੇਰ ਵੀ ਕੀ ਸੰਭਾਵ, ਇਹਦੇ ਵਿੱਚ ਕਿਉਂਕਿ ਮੈਂ ਵੀ ਹੈਰਾਨ ਸੀ ਓਲੰਪਿਕ ਵਿੱਚ ਕਿ ਇੰਨੀ ਆਬਾਦੀ ਆ ਕਿ ਇੱਕ ਨੱਠਣ ਵਾਲਾ ਨਹੀਂ, ਤੁਸੀਂ ਕਰਕੇ ਜਦੋਂ ਤੋਂ ਚੋਰ ਨੱਠਦਾ ਪੁਲਿਸ ਤੋਂ ਬੜਾ ਤੇਜ਼ ਨੱਠਦਾ, ਕਮ ਸੇ ਕਮ ਤੁਸੀਂ 10 ਸਕਿੰਟ ਵਾਲਾ ਨੱਠਣ ਲਾ ਤਾ ਲੱਭੋ, ਨਾ ਕੋਈ ਇੰਨਾ ਸਮੁੰਦਰ ਹੈ ਆਲ ਦੁਆਲੇ ਇੰਡੀਆ ਦੇ, ਕੋਈ ਸਵਿਮਿੰਗ ਵਾਲਾ ਨਹੀਂ, ਆਜ਼ਾਦੀ ਬਹੁਤ ਹੈ ਕਰਨ ਨੂੰ, ਪਰ ਨਹੀਂ ਕੋਈ ਹੋਰ ਹੀ ਪੰਗਾ ਪੈ ਜਾਂਦਾ ਜੀ, ਸਪੋਰਟਸ ਵੱਲ ਤਾਂ ਘੱਟੇ ਹੀ ਧਿਆਨ ਹੈ, ਹਾਕੀ 'ਚ ਵੀ ਐਤਕੀ ਇੱਕ ਮੈਚ ਵੀ ਨਹੀਂ ਜਿੱਤਿਆ ਇਹਨਾਂ ਨੇ, ਹਾਲੇ ਕਿ ਗੋਲਡ ਮੈਡਲ ਜਿੱਤੇ ਸੀ, ਇਹ ਪਹਿਲੇ ਵਾਰੀ ਐਂਟਰੀ ਹੋਈ ਹੈ, 5-7 ਸਾਲ ਐਂਟਰੀ ਨਹੀਂ ਹੋ ਸਕੀ ਹੈ, ਤੁਹਾਨੂੰ ਪਤਾ ਜੀ, ਤੁਹਾਨੂੰ ਨਹੀਂ ਪਤਾ ਗੱਲ ਦਾ, ਨਾ ਭਾਈ ਇਹਨਾਂ ਦੀ ਇਹਨਾਂ ਨੇ ਅੱਗੇ ਐਂਟਰੀ ਨਹੀਂ ਹੋਈ, ਅਮਲੀ ਇਹਨਾਂ ਨੇ ਪਹਿਲਾ ਟੈਸਟ ਹੀ ਨਹੀਂ ਪਾਸ ਕੀਤਾ ਜਿਹਦੇ ਵਿੱਚ ਖੇਡ ਸਕਣ, ਵਾਹ ਜੀ, ਤਿੰਨ ਕੁਆਲੀਫਾਈਂਗ ਆ, ਕੁਆਲੀਫਾਈ ਨਹੀਂ ਕਰ ਸਕੇ, ਵਾਹ ਜੀ ਵਾਹ, ਇੱਕ ਕੁਆਲੀਫਾਈ ਲਾਸਟ ਟਾਈਮ ਕਰਕੇ ਪਤਾ ਕੀ ਨੰਬਰ ਆਇਆ, ਹਾਂਜੀ, ਬਿਲਕੁਲ ਲਾਸਟ, 0 ਗੋਲ ਆਂਡਾ, ਜਿੰਨੇ ਗੇਮ ਆਈਆਂ ਸੀ ਨਾ, ਹਾਂਜੀ, ਸਰ ਨੂੰ ਲਾਸਟ ਦਾ ਨੰਬਰ ਹੈ, ਹਾਲੇ ਕਿ ਇੱਕ ਟਾਈਮ ਤੇ ਗੋਲਡ ਮੈਡਲ ਜਿੱਤਣ ਵਾਲੇ ਸੀ ਹਾਕੀ, ਗੋਲਡ ਮੈਡਲ ਮਰੀ ਜਾਂਦੇ ਗੱਲਾਂ, ਕੌਣ ਜਿੱਤਦਾ ਹਰਜਾਤ ਸਿੰਘ ਵਾਲੇ। ਮਿੱਤਲ ਜੀ ਤੁਸੀਂ ਮੈਨੂੰ ਹੋਰ ਦੱਸੋ ਕਿ ਜਦੋਂ ਤੁਸੀਂ ਜਵਾਨ ਸੀਗੇ ਤਾਂ ਹੁਣ ਤੁਸੀਂ ਇਸ ਉਮਰ 'ਚ ਆ ਕੇ ਤੁਸੀਂ ਕਿਹੜੀ ਕਿਹੜੀ ਚੀਜ਼ਾਂ ਦੇਖੀਆਂ ਜੋ ਬਦਲਿਆ, ਤੁਸੀਂ ਕਦੇ ਇੰਟਰਨੈਟ 'ਤੇ ਜਾਂਦੇ ਹਾਂ, ਤੁਸੀਂ ਕਦੇ ਦੇਖਿਆ ਜਾਂ ਤੁਸੀਂ ਕੰਪਿਊਟਰ ਸਾਹਮਣੇ ਦੇਖਿਆ ਜਾਂ ਚੀਜ਼ਾਂ ਨਾਲ ਤੁਸੀਂ ਹੈਰਾਨ ਹੈ ਜਾਂ ਮੋਬਾਈਲ ਫੋਨ ਨਾਲ ਤੁਸੀਂ, ਇੰਨਾ ਪਤਾ ਹੈ, ਹਾਂਜੀ, ਵੀ ਕਮੇਡੀ ਮੈਂ ਉਦੋਂ ਵਧੀਆ ਸਿੱਖਣ ਲੱਗ ਗਿਆ, ਵਾਹ ਜੀ ਵਾਹ, ਹਲੇ ਵੀ, ਅੱਛਾ ਜੀ, ਹਾਂ ਹਾਂ, ਪਰ ਸੁਣ ਦਿੱਲੀ, ਹਾਂ ਹਾਂ, ਮੈਂ ਲੋਕ ਤੁਹਾਨੂੰ ਇੱਕ ਤਰੀਕੇ ਸੀਨ ਸੁਣਾਉਣਾ, ਹਾਂ, ਸੀਨ ਤਾਂ ਲੰਮੇ ਆ, ਬਹੁਤ ਸੁਣਿਆ, ਸੁਣਾਓ ਸੁਣਾਓ, ਵੀ ਇੱਕ ਸੀਨ ਸੀ ਵੀ ਜਿਵੇਂ ਮੈਂ ਨਾ ਇੱਕ ਘਰੇ ਪਿੰਡ 'ਚ ਨਾ ਉਹ ਜਿਹੜਾ ਹੁੰਦਾ ਨਾ ਉਹ ਸੀਰੀ, ਹਾਂਜੀ, ਉਹ ਹੈ ਤਿੱਖਾ ਸੀਰੀ, ਹਾਂਜੀ, ਸੀਰੀ ਤਿੱਖਾ ਹੈ, 35-36 ਸਾਲ ਦਾ, ਠੀਕ ਹੈ, ਪਰ ਉਹ ਛਿਪ ਜਦੋਂ ਪੈਸਾ ਨਾ ਹੋਵੇ ਕੋਲੇ, ਹਾਂਜੀ, ਅਤੇ ਜ਼ਮੀਨ ਨਾ ਹੋਵੇ, ਹਾਂਜੀ, ਆਪੇ ਟੇਲਰ ਕੋਲ ਜਾਂਦੇ, ਬਿਲਕੁਲ ਜੀ ਬਿਲਕੁਲ, ਇੰਨੀ ਸ਼ੂਟਿੰਗ ਹੋਈ ਜਾਂਦੀ ਸੀ ਉੱਥੇ, ਅਤੇ ਉਹ ਇੰਗਲਿਸ਼ ਲੜਕੀ ਕੰਮ ਕਰ ਰਹੀ ਸੀ, ਅੱਛਾ ਜੀ, ਅਤੇ ਉਹ ਕਹਿੰਦਾ ਜੀ ਖੜ ਗਿਆ ਕੋਲੇ, ਕਹਿੰਦਾ 6 ਕਰਾਉਣਾ ਜੀ, ਕਹਿੰਦੇ ਇੰਗਲਿਸ਼ ਲੜਕੀ, ਅੱਛਾ ਅੱਛਾ, ਬਹੁਤ ਚੰਗਾ ਜੀ, ਬਹੁਤ ਚੰਗਾ ਜੀ, ਇੱਕ ਨੇ ਫੋਟੋ ਖਿਚਾ ਲਈ, ਦੂਜੇ ਨੇ ਖਿਚਾ ਲਈ, ਹਾਂਜੀ,
ਕਹਿੰਦੇ ਮੈਂ ਤਾਂ ਨਹੀਂ ਚਾਹ ਸਕਦਾ, ਉਹਨੂੰ ਸੁਣ ਗਿਆ ਕਹਿੰਦੇ ਇਹ ਕਿਆ ਕਹਿਤਾ ਹੈ, ਇਹ ਕਹਿੰਦੇ ਮੈਂ ਨਹੀਂ, ਇਸਕੋ ਬੁਲਾ ਲਓ ਇਹ ਵੀ ਖਿਚਾ ਲਏਗਾ। ਉਹਨੇ ਬੁਲਾ ਲਿਆ, ਕਹਿੰਦੇ ਬਹਿ ਜਾਓ, ਕਹਿੰਦੇ ਮੈਂ ਸੁਣਨਾ ਫੋਟੋ ਖਿਚਾ ਸਕਦਾ, ਕਹਿੰਦੇ ਖਿਚਾ ਦੇ। ਉਹ ਕਹਿੰਦੇ ਮੈਂ 1 ਮਿੰਟ ਆਇਆ ਜੀ, ਉਹ ਕੈਮਰੇ ਕੋਲ ਚਲੇ ਗਿਆ ਜਿਹੜਾ ਖਿੱਚਦਾ ਸੀ, ਉਹਦੇ ਕੋਲ ਜਾ ਕੇ ਫਿਰ ਵਾਪਸ ਆ ਗਿਆ। ਕਹਿੰਦੇ ਅੱਛਾ ਜੇ ਤੁਸੀਂ ਕਹੋ ਤਾਂ ਮਾੜੇ ਹੱਥ ਲਾ ਲਓ, ਕੁਝ ਲਾ ਲਓ, ਕੀ ਫਰਕ ਪੈਂਦਾ, ਕੀ ਫਰਕ ਪੈਂਦਾ। ਉਹਨੇ ਫਿਰ ਹੋਰ ਲਾ ਲਿਆ, ਕਹਿੰਦੇ ਮੈਂ ਜੇ ਕਹੋ ਤਾਂ ਮਾੜੇ ਪੂਰੇ ਹੀ ਕਰ ਲਿਆ। ਉਹ ਤਾਂ ਜਦੋਂ ਫਿਲਮਾਂ 'ਚ ਪਾਉਂਦੇ ਰਹੇ ਮਿੰਟ ਮਿੰਟ ਦੇ, ਉਹ ਕਹਿੰਦੇ ਗਰੀਬ ਆਦਮੀ ਆ, ਕਹਿੰਦੇ ਉਹਨੇ ਜੀ ਝੂਠ ਕਰ ਕੇ ਵੀ ਪਾ ਲਿਆ। ਉਹ ਕੈਮਰੇ ਵਾਲਾ ਕਹਿੰਦਾ ਜੀ ਉਹ ਸੋਰੀ, ਇਹ ਤਾਂ ਰੀਲ ਮੁੱਕ ਗਈ, ਵੀ ਮੈਂ ਬਦਲ ਜਾਂਦਾ। ਕਹਿੰਦਾ ਬਦਲ ਕੇ ਆਉਣਾ, ਦੱਸ ਕੇ ਆਇਆ ਸੀ ਨਾ ਵੀ ਤੂੰ ਤਿੱਖਾ ਸੀ, ਕਹਿੰਦਾ ਰੀਲ ਬਦਲਦਾ। ਉਹ ਕਹਿੰਦੇ ਛੋੜੋ, ਉਹ ਛੱਡੇ ਨਾ, ਕਹਿੰਦੇ ਛੋੜੋ ਉਹ ਛੱਡੇ ਨਾ। ਡਾਇਰੈਕਟਰ ਆ ਗਿਆ ਕੋਲੇ, ਡਾਇਰੈਕਟਰ ਕਹਿੰਦਾ ਵੀ ਤੂੰ ਛੱਡਦਾ ਕਿਉਂ ਨਹੀਂ, ਕਹਿੰਦਾ ਫਿਰ ਆ ਜਾ ਪੋਜ ਨਹੀਂ ਬਣਨਾ। ਇੱਦਾਂ ਦੀ ਤੇਜ਼ ਦੁਨੀਆ ਬੈਠੀ ਹੈ, ਗੱਲਾਂ ਨਿੱਕੀ ਗੱਲਾਂ ਬਾਏ ਗੱਲਾਂ ਬਹੁਤ ਹੋਰੀਆਂ ਗੱਲਾਂ। ਜਦੋਂ ਫਿਲਮ ਚੱਲੂਗੀ ਨਾ ਤੇ ਲੋਕ ਕਹਿੰਦੇ ਹੁਣ ਇਹਦਾ ਪੋਜ ਨਹੀਂ ਬਣਨਾ, ਲੋਕ ਸਾਰੇ ਹੱਸਣਗੇ। ਦੇਖੋ ਜੀ ਮਿੱਤਲ ਸਾਹਿਬ, ਤੁਸੀਂ ਕਹੋ ਗੋਰੀ ਦੀ ਗੱਲ ਹੋਈ, ਤੁਹਾਡੇ ਵੀ ਕਈ ਸੀਨ ਸੀ ਗੋਰਿਆਂ ਨਾਲ। ਇੱਕ ਮੇਰੇ ਖਿਆਲ ਸਰਪੰਚ ਫਿਲਮ ਵਿੱਚ ਵੀ ਸੀ, ਜਿੱਥੇ ਤੁਸੀਂ ਜੈਰੀ ਦਾ ਰੋਲ ਬਣਿਆ ਸੀ, ਤੇ ਕਾਫੀ ਯਾਨੀ ਕਿ ਫਿਰ ਤੁਹਾਨੂੰ ਗੋਰੀ ਨਾਲ ਐਕਟਿੰਗ ਕਰਕੇ ਤੁਹਾਨੂੰ ਕਿੱਦਾਂ ਮਹਿਸੂਸ ਕਰ ਰਹੇ ਸੀ, ਕਿ ਤੁਸੀਂ ਇੱਕ ਦੂਜੇ ਦੀ ਗੱਲ ਨੂੰ ਸਮਝ ਪਾ ਰਹੇ ਸੀ ਜਾਂ ਨਹੀਂ? ਸਾਨੂੰ ਉਸ ਦਾ ਕੋਈ ਅਟ੍ਰੈਕਸ਼ਨ ਨਹੀਂ ਸੀ, ਕੋਈ ਅਟ੍ਰੈਕਸ਼ਨ ਨਹੀਂ ਸੀ, ਕੋਈ ਸਮਝ ਆਉਂਦੀ ਸੀ ਇੱਕ ਦੂਜੇ ਦੀ ਗੱਲ ਨੂੰ? ਸਮਝ ਨਹੀਂ ਆਉਂਦੀ ਸੀ ਜੈਰੀ ਨੂੰ, ਹਾਂ ਉਹਨੂੰ ਤਾਂ ਕਿੱਥੇ ਕੁਛ ਕਰੀ ਜਾਓ, ਕੋਈ ਹੱਥ ਲਾਈ ਜਾਓ, ਕੁਛ ਕਰੀ ਜਾਓ, ਸਾਨੂੰ ਹੀ ਦੇਖਣਾ ਪੈਂਦਾ ਸੀ ਵੀ ਕਿੱਥੇ ਹੱਥ ਲਾਈ। ਅੱਛਾ ਵੀ ਆਰ ਟੂ ਸੀ, ਹਾਂਜੀ ਹਾਂਜੀ ਬਿਲਕੁਲ, ਫਿਲਮ ਚੱਲ ਰਹੀ ਵੀ ਅਸੀਂ ਕਿਉਂ ਗਲਤ ਲਾਈਏ, ਪਰ ਉਹਨੂੰ ਕੁਛ ਨਹੀਂ ਪਤਾ ਸੀ, ਉਹਨੂੰ ਕੁਛ ਨਹੀਂ ਪਤਾ ਸੀ, ਉਹਦਾ ਕਿਤੇ ਹੀ ਲਾ ਲਓ ਹੱਥ, ਉਹਨੂੰ ਕੋਈ ਰਿਕਾਰਡ ਨਹੀਂ ਸੀ। ਵਾਹ ਜੀ ਵਾਹ, ਫਿਰ ਤਾਂ ਹੀ ਪਿੰਡ ਇਕੱਠਾ ਹੋਇਆ ਸੀ ਜਦੋਂ ਸੰਨ ਬਾਹਰ ਲਾਇਆ, ਉਹਨੂੰ ਕੀ ਫਰਕ ਪੈਂਦਾ ਸੀ। ਅੱਛਾ ਵਾਹ ਜੀ ਵਾਹ, ਉਹ ਕੁਛ ਕਰ ਲੈਂਦੇ ਵਿਚਾਰੀ ਤੋਂ। ਵਾਹ, ਪਰ ਉਹ ਸੀਨਾਂ ਨੇ ਲੋਕਾਂ ਨੇ ਪਸੰਦ ਬਹੁਤ ਕੀਤਾ, ਕਿਉਂਕਿ ਉਹਦੇ ਵਿੱਚ ਅਸਲੀਅਤ, ਥੋੜ੍ਹੀ ਅਸਲੀਅਤ ਦੀ ਝਲਕ ਸੀ। ਉਹ ਫਿਰ ਕਹਾ ਮੈਂ ਪਰਮਾਤਮਾ ਨੂੰ ਯਾਦ ਰੱਖੋ, ਪਰਮਾਤਮਾ ਇਹ ਧਰਤੀ ਤੇ ਆਇਆ ਹੋਇਆ, ਹੁਣ ਕਲਯੁਗ ਹੈ, ਹੁਣ ਕਲਯੁਗ ਨੇ ਖਤਮ ਹੋਣਾ, ਸਾਰੇ ਸੱਚੇ ਰਹੋ। ਔਰ ਸਾਰੇ ਮੈਂ ਇਹ ਕਹਿਣਾ ਵੀ ਇਹ ਤੇ ਹੁਣ ਤੁਸੀਂ ਤਾਂ ਕਾਮਯਾਬ ਹੋਵੋਗੇ ਜੇ ਤਕਰੀਬਨ ਆਂਡਾ ਮੀੜੀ ਸ਼ਰਾਬ ਚੜੋਗੇ। ਵਾਹਿਗੁਰੂ। ਇਹ ਜੀ ਸੀਗੇ ਮੇਹਰ ਮਿੱਤਲ ਜੀ, ਜਿਹਨੂੰ ਅਸੀਂ ਪੰਜਾਬੀ ਲੈਜੈਂਡ ਕਹਿ ਸਕਦੇ ਹਾਂ, ਮੇਰੇ ਜੀ ਆਈਡਲ ਆ, ਅਤੇ ਤੁਸੀਂ ਤੁਹਾਨੂੰ ਪਤਾ ਹੀ ਹੈ ਕਿ ਬਾਕੀ ਜੀ ਇਹਨਾਂ ਦਾ ਮੇਰੀ ਅੱਜ ਤਮੰਨਾ ਪੂਰੀ ਹੋ ਗਈ ਇਹਨਾਂ ਨੂੰ ਮਿਲ ਕੇ, ਇਹਨਾਂ ਨੂੰ ਇੰਟਰਵਿਊ ਕਰਕੇ। ਕਿੱਥੇ ਅਸੀਂ ਜੀ ਇੰਗਲੈਂਡ 'ਚ ਰਹਿਣ ਵਾਲੇ ਦੇਸੀ ਬੰਦੇ ਜੀ, ਜੱਟਾਂ ਦੇ ਮੁੰਡੇ, ਸਾਨੂੰ ਕਿ ਇੱਥੇ ਇਹ ਮੌਕਾ ਕਿੱਥੋਂ ਮਿਲਣਾ ਸੀ, ਬਟ ਇਹ ਜੀ ਇਹਨਾਂ ਨੇ ਦਿੱਲੀ ਖੁਆਇਸ਼ ਪੂਰੀ ਕਰਤੀ ਹੈ ਜੀ। ਅਤੇ ਇਵੇਂ ਤੁਹਾਨੂੰ ਗੱਲ ਦੱਸ ਦਿੰਦਾ, ਜੇ ਮੇਰੀ ਲਾਈਫ ਟਾਈਮ ਤਮੰਨਾ ਅੱਜ ਪੂਰੀ ਹੋ ਗਈ ਤਾਂ ਤੁਸੀਂ ਵੀ ਜੇ ਮਨ ਲਾ ਕੇ ਕੋਈ ਚੀਜ਼ ਕਰੋ ਤੁਹਾਡੀ ਵੀ ਪੂਰੀ ਹੋ ਜਾਏਗੀ, ਤਾਂ ਤੁਸੀਂ ਲਗਾ ਕਰ ਸਕਦੇ। ਦੇਖੋ ਜੀ ਮੇਰੀ ਖੁਆਇਸ਼ ਸੀਗੀ ਇਹ ਤਾਂ ਜੀ, ਬਸ ਇਹੀ ਕਹਿ ਸਕਦੇ ਜੀ, ਹੁਣ ਹੁਣ ਘੱਟੇ ਹੀ ਖੁਆਇਸ਼ਾਂ ਰਹੀਆਂ, ਹੁਣ ਜੇ ਦੋ ਤਿੰਨ ਹੋਰ ਆ ਉਹ ਵੀ ਰੱਬ ਪੂਰੀਆਂ ਕਰ ਦੇਵੇ ਵਧੀਆ, ਫਿਰ ਰੱਬ ਨੂੰ ਮਿਲ ਕੇ ਜਾ ਕੇ ਵਧੀਆ, ਕੋਈ ਖੁਆਇਸ਼ ਨਹੀਂ ਹੋਊਗੀ, ਰੱਜੇ ਹੋ ਜਾਊਂਗੇ ਫਿਰ ਇੱਥੋਂ। ਚਲੋ ਜੀ ਥੈਂਕ ਯੂ ਜੀ ਮਿੱਤਲ ਸਾਹਿਬ, ਬਹੁਤ ਬਹੁਤ ਤੁਹਾਡਾ ਧੰਨਵਾਦ। ਹਾਂਜੀ ਜਾਣਦਾ ਹੈ ਮੀਡੀਆ ਛੜਾ ਅਰਦਾਸ ਕਰਦੇ ਆ, ਉਹੀ ਗੱਲ ਹੋਗੀ ਲੱਕ ਟੁਨੂ ਟੁਨੂ ਕਦੇ ਤਾਂ ਰੱਬ ਸੁਣੋ ਸੁਣੋ। ਥੈਂਕ ਯੂ ਵੈਰੀ ਮਚ ਮੇਰੇ ਵੱਲੋਂ ਤੇ ਮੇਰੇ ਮਿੱਤਰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ।